Consumption of alcohol is injurious to health. आप ही आन के इतने खड़ जाना बच्चे ने तो नाल लेके आया कर जवाक जी दो नंबर गया थोड़ी देर लग जू ओ पाली
ਅੱਜ ਫੇਰ ਕੁੰਡੀ ਲੱਗੀ ਬਾਰੋ ਤੁਸੀਂ ਥੋੜੀ ਦੇਰ ਰੁਕ ਜਾਓ ਜੀ ਹੁਣੀ ਆਜੂ ਉਹ ਤੂੰ ਸਰਪੰਚ ਸਾਹਿਬ ਨੂੰ ਕਹਿ ਦੇ ਬਈ ਆਪਣੇ ਪੋਤੇ ਨੂੰ ਥੋੜਾ ਜਿਹਾ ਘੱਟ ਖਵਾਇਆ ਕਰ ਉਹ ਮੈਡਮ ਇਹਦਾ ਤਾਂ ਰੋਜ਼ ਦਾ ਕੰਮ ਹੈ ਆਪ ਹੀ ਛੱਡੀ ਉਹ ਬੱਚੇ ਨੂੰ ਸਕੂਲੇ ਅਸੀਂ ਚੱਲੇ ਉਹ ਛੇਤੀ ਤੁਰ ਰੋਜ਼ ਲੇਟ ਕਰਵਾ ਦੇਣਾ ਤੂੰ ਮੈਨੂੰ ਗੋਪੀਆ ਝੂਮ ਕੀਤਾ ਤੂੰ ਛੇਤੀ ਯਾਰ ਮਾਸਟਰ ਕੋਲ ਜਾਣਾ ਤੇ ਜਾ ਸਿੱਟ ਸਿੱਟ ਜਿਹੜੇ ਆਏ ਨਹੀਂ ਬਰਾਤੀ ਕਾ ਜਵਾਜ ਕੇ ਜਿਹੜੇ ਆਏ ਨਹੀਂ ਬਰਾਤੀ ਕਾ ਜਵਾਜ ਕੇ ਵੇਖੀ ਭਾਜੀ ਦੇ ਪਲੇਟਾਂ ਕੀ ਵਿੱਚ ਛੱਡ ਕੇ ਨਹੀਂ ਮੂੰਹ ਚ ਚੰਚੇ ਪਾਉਣ ਨਹੀਂ ਦੇਣਾ ਬੈਗ ਫੜਾ ਮੇਰਾ ਜਾ ਹੁਣ ਜਾ ਕੇ ਮੁਰਗੀਆਂ ਦੀਆਂ ਚੁੰਝਾਂ ਵੀ ਤਾਂ ਵੜਨੀਆਂ ਐ ਇੱਥੇ ਖੜਾ ਕੀ ਕਰਦਾ ਕੋਈ ਨਾ ਜਾਣਾ ਆ ਮੁਰਗੀਆਂ ਨੂੰ 1 ਘੰਟੇ ਬਾਅਦ ਦਾ ਟਾਈਮ ਦਿੱਤਾ ਮੈਂ ਮੁਰਗੀਆਂ ਨੂੰ ਟਾਈਮ ਦਿੱਤਾ ਆਹੋ ਉਦੋਂ ਮੁਰਗੀਆਂ ਨਾਲ ਪੁੱਠੀ ਸਿੱਧੀ ਹਰਤਾਂ ਨਾ ਕਰਿਆ ਕਰ ਉਹਨਾਂ ਨੇ ਅੰਡੇ ਦੇਣੇ ਬੰਦ ਕਰ ਦੇਣੇ ਐ ਦਾਦਾ ਜੀ ਵੀ ਪਤਾ ਨਹੀਂ ਕਿਹੋ ਜਿਹੇ ਬੰਦਿਆਂ ਨੂੰ ਕੰਮ ਤੇ ਰੱਖ ਲੈਂਦੇ ਆ ਸਾਰੇ ਮਾਰ ਦੂੰ ਬਰਾਤੀ ਕੁੱਟ ਕੁੱਟ ਕੇ ਵਿਆਹ ਤੇਰਾ ਹੋਣ ਨਹੀਂ ਦੇਣਾ ਦੇਖੀ ਪੱਟ ਦੂੰ ਮੈਂ ਟੈਂਟਾਂ ਦੀਆਂ ਕਿੱਲੀਆਂ ਦੇਖੀ ਪੱਟ ਦੂੰ ਮੈਂ ਟੈਂਟਾਂ ਦੀਆਂ ਕਿੱਲੀਆਂ ਤਾਰਾਂ ਕਰ ਦੂੰ ਸਪੀਕਰਾਂ ਦੀਆਂ ਢਿੱਲੀਆਂ ਉਹ ਜੱਸੀ ਗਿੱਲ ਲਗਾਉਣ ਨਹੀਂ ਦੇਣਾ ਉਹ ਲੈਂਸਰ ਵਾਲੇ ਨੂੰ ਪਾਲੀ ਬੜਾ ਖੁਸ਼ ਨਜ਼ਰ ਆ ਰਿਹਾ ਹੈ ਉਹ ਜੀ ਆਪਣੇ ਮਿੰਟੂ ਦਾ ਰਿਕਸ਼ਾ ਲੰਘ ਗਿਆ ਸੀ ਮੈਂ ਸੋਚਿਆ ਸਾਈਕਲ 'ਤੇ ਛੱਡਾਵਾਂ ਇਹ ਗੱਲ ਇੰਨਾ ਖੁਸ਼ ਹੋ ਕੇ ਦੱਸਣ ਵਾਲੀ ਤਾਂ ਹੈ ਨਹੀਂ ਓ ਹਾਂਜੀ ਇਹ ਤਾਂ ਪਿੰਡ ਜਾਣ ਦੀ ਖੁਸ਼ੀ ਆ ਜੀ ਅੱਜ ਇੰਨੇ ਮਹੀਨਿਆਂ ਬਾਅਦ ਆਪਣੇ ਯਾਰ ਅਣਮੁੱਲਿਆਂ ਨੂੰ ਮਿਲਣਾ ਮੈਂ ਉਹੀ ਯਾਰ ਅਣਮੁੱਲੇ ਜਿਨ੍ਹਾਂ ਨੂੰ ਸਾਰਾ ਦਿਨ ਗਾਲਾਂ ਕੱਢਦਾ ਰਹਿਣਾ ਗਾਲਾਂ ਤਾਂ ਕੱਢਦਾ ਜੀ ਸਾਲੇ ਜ਼ਿੰਦਗੀ 'ਚ ਕਰਨਾ ਬਹੁਤ ਕੁਝ ਚਾਹੁੰਦੇ ਸੀ ਪਰ ਕੀਤਾ ਕੱਖ ਵੀ ਨਹੀਂ ਕੀ ਮਤਲਬ ਮੇਰਾ ਯਾਰ ਡਿਪਟੀ ਸਾਰੀ ਉਮਰ ਮੇਰੇ ਤੋਂ ਇਹ ਕਹਿ ਕੇ ਪੈਸੇ ਉਧਾਰ ਮੰਗਦਾ ਰਿਹਾ ਜਦੋਂ ਤੇਰਾ ਯਾਰ ਧਰਮਿੰਦਰ ਵਾਂਗ ਵੱਡਾ ਸਟਾਰ ਬਣ ਗਿਆ ਤੇਰੀ ਬੱਲੇ ਬੱਲੇ ਕਰਾ ਦੂੰ ਤੇ ਫਿਰ ਕਰਾਤੀ ਤੇਰੀ ਬੱਲੇ ਬੱਲੇ ਕਾਹਦੀ ਬੱਲੇ ਬੱਲੇ ਜੀ ਬੰਬੇ ਜਾ ਕੇ ਬਣਨਾ ਚਾਹੁੰਦਾ ਸੀ ਧਰਮਿੰਦਰ ਬਣ ਗਿਆ ਰਾਮਲੀਲਾ 'ਚ ਸਰੂਪਨਖਾ ਕਾਕਾ ਜੀ ਕੰਮ ਕੀ ਕਰਦੇ ਆ ਪੁਲਿਸ ਅਫਸਰ ਬਣ ਲਈ ਅੰਡਰ ਟ੍ਰੇਨਿੰਗ ਹੈ ਜੀ ਪੁਲਿਸ ਕੈਂਪ 'ਚ ਹੀ ਰਹਿੰਦਾ ਹੈ ਰਾਤ ਦਿਨ ਉਹਦੇ ਤਾਂ ਸੁਪਨੇ ਬੜੇ ਵੱਡੇ ਨੇ ਜੀ ਸਰੂਪਨਖਾ ਹਾਂ ਭਈਆ ਕਟਵਾਲੀ ਨਾਕ ਹਾਂ ਭਈਆ ਤੂੰ ਤਾਂ ਐਂ ਹੱਸਦਾ ਜਿਵੇਂ ਮੈਂ ਨੱਕ ਨਹੀਂ ਰੀਮਨ ਕੱਟ ਕੇ ਆਇਆ ਹੁੰਦਾ ਉਹ ਤੇਰੀ ਭੈਣ ਦਾ ਨੱਕ ਵੱਢਿਆ ਗਿਆ ਜਾ ਕੇ ਭੈਣ ਦਾ ਬਦਲਾ ਲੈ ਗਿਆ ਵੈਸੇ ਕਾਕਾ ਜੀ ਦੀ ਫੋਟੋ ਦੇਖ ਕੇ ਐਂ ਲੱਗਦਾ ਇਹ ਗੱਭਰੂ ਜਵਾਨ ਕੋਈ ਤਗੜਾ ਹੀ ਕੰਮ ਕਰਦਾ ਹੋਊ ਆਪਾਂ ਰਿਸ਼ਤੇ ਪੂਰੇ ਟਿੱਚ ਕਰਾਈਦੇ ਆ ਜੀ ਟਿੱਚ ਰਾਵਣ ਤਾਂ ਹਿੱਟੀ ਇਸੇ ਕਰਕੇ ਆਇਆ ਸੀ ਵੀ ਉਹਨੇ ਭੈਣ ਦਾ ਬਦਲਾ ਲਿਆ ਸੀ ਉਹ ਡਰਾਈਵਰ ਸਮਝਾ ਯਾਰ ਇਹਨੂੰ ਉਹ ਸਮਝਾਇਆ ਤਾਂ ਸੀ ਇਹਨੂੰ ਟਿੱਡਲ ਜੇ ਨੂੰ ਉਹ ਮੇਰੇ ਤਾਂ ਪਹਿਲਾਂ ਹੀ ਚੁੱਕ ਪਈ ਵੀ ਆ ਉਹ ਮੈਂ ਜਾ ਕੇ ਬਦਲਾ ਕਿਵੇਂ ਲਊਗਾ ਇਹ ਵੇਖੋ ਬੈਲਟ ਲਾਈ ਵੀ ਨਾ ਤੈਨੂੰ ਵੀ ਕਿਹਾ ਸੀ ਰਾਵਣ ਬਣਨ ਲਈ ਓਏ ਐਤਕੀ ਰਾਵਣ ਨੂੰ ਪੋਜ਼ਿਟਿਵ ਦਿਖਾ ਦੋ ਉਹ ਵਾਇਲੈਂਸ ਨਾ ਦਿਖਾਓ ਉਹ ਮੇਰੀ ਬੈਲਟ ਦਾ ਹੀ ਇਲਾਜ ਕਰ ਲਓ ਯਾਰ ਓ ਸੋਲਿਆ ਹੁਣ ਤੇਰੇ ਪਿੱਛੇ ਇਤਿਹਾਸ ਬਦਲਦੀ ਓਏ ਤੇਰੇ ਬੈਲਟ ਲੱਗੀ ਆ ਲੋਕਾਂ ਨੇ ਸਾਡੇ ਲਾਲਾ ਮਾਰਨੀਆਂ ਨੇ ਰਾਵਣ ਵੀਰੇ ਤੈਨੂੰ ਮੈਂ ਦੱਸਦਾ ਚੁੱਕ ਕਿਵੇਂ ਕੱਢੀ ਦੀ ਹੁੰਦੀ ਹੈ ਰਾਵਣ ਵੀਰੇ ਖੜ ਜਾ ਜਿਆਦਾ ਬੋਝ ਨਹੀਂ ਪਾਉਂਦੇ ਜਿਆਦਾ ਬੋਝ ਨਹੀਂ ਪਾਉਂਦੇ ਖੜ ਜਾ ਬਸ ਲੈ ਬਸ ਇੱਕ ਮਿੰਟ ਫੋਨ ਆਇਆ ਹਾਂ ਡੈਡੀ ਡੈਡੀ ਦਿਆ ਸਕਿਆ ਚਾਰ ਚਾਰ ਫੋਨ ਕਰੇ ਤੇ ਫੋਨ ਚੁੱਕਦਾ ਕਿੱਥੇ ਮਰਿਆ ਰਾਵਣ ਦੇ ਚੜਿਆ ਆਪਣੇ ਪਿਓ ਨੂੰ ਰਾਵਣ ਬਣ ਤੇ ਮਜਬੂਰ ਨਾ ਕਰ ਮੈਂ ਤੈਨੂੰ ਦੱਸਾਂ ਛੇਤੀ ਕਰ ਤੇ ਘਰੇ ਮਾਰ ਉਹ ਕੀ ਹੋ ਗਿਆ ਰਾਵਣ ਡਿੱਗ ਗਿਆ ਦੁਰ ਫਿਟੇ ਮੂੰਹ ਸਾਲਿਓ ਤੁਹਾਡਾ ਰਾਵਣ ਸੜਦਾ ਤੇ ਕਈ ਵਾਰੀ ਸੁਣਿਆ ਸੀ ਰਾਵਣ ਡਿੱਗਦਾ ਪਹਿਲੀ ਵਾਰੀ ਸੁਣ ਰਿਹਾ ਇਹ ਕਿਹੋ ਜਿਹੀ ਪਿਓਲੀ ਰਾਮਲੀਲਾ ਕਰ ਦਿਓ ਤੁਸੀਂ ਛੇਤੀ ਕਰ ਤੇ ਘਰੇ ਮਾਰ ਡਰਾਮੇ ਬਾਜਾ ਉਹ ਚੱਲ ਆਉਣਾ ਹੁਣ ਅਨਕ ਸਾਹਿਬ ਕਰੋ ਫੋਨ ਕਰਕੇ ਕੰਮ ਵਾਲੀ ਨੂੰ ਬੁਲਾਇਆ ਜੀ ਤੁਸੀਂ ਚਾਹ ਪਾਣੀ ਪੀਓ ਤਦ ਤੱਕ ਕਾਕਾ ਜੀ ਵੀ ਆ ਜਾਂਦੇ ਨੇ ਜੀ ਮੁੰਡੇ ਨੂੰ ਆਉਣ ਵਿੱਚ ਹੋਰ ਕਿੰਨੀ ਕੁ ਦੇਰ ਲੱਗੂਗੀ ਬਸ ਜੀ ਮਸਾਂ 5 ਮਿੰਟ ਆਫਿਸ 'ਚੋਂ ਨਿਕਲਿਆ ਸੀ ਦਰਅਸਲ ਉਹਦਾ ਬੌਸ ਡਿੱਗ ਪਿਆ ਖਿੱਚੋ ਸਾੜੀ ਤੁਹਾਨੂੰ ਮੈਂ ਦੱਸਦਾ ਫੜੋ ਚਲੋ ਚਲੋ ਸਾਲੇ ਸਾੜੀ ਦੇ ਲੋ ਭੈਣ ਜੀ ਉਹ ਆ ਗਈ ਤੁਹਾਡੀ ਕੰਮ ਵਾਲੀ ਹਾਂ ਦੱਸੋ ਕੀ ਐਮਰਜੈਂਸੀ ਪੈ ਗਈ ਸੀ ਭੈਣ ਜੀ ਬੜੀ ਮੂੰਹ ਫੱਟ ਆ ਤੁਹਾਡੀ ਕੰਮ ਵਾਲੀ ਕੰਮ ਵਾਲੀ ਨਹੀਂ ਜੀ ਦਰਅਸਲ ਇਹੀ ਕਾਕਾ ਜੀ ਨੇ ਹੈ ਇਹ ਕਾਕਾ ਜੀ ਹਾਂਜੀ ਚਲੋ ਚਲੋ ਜੀ
ਆਪਾਂ ਕੁੜੀ ਵਾਸਤੇ ਮੁੰਡਾ ਦੇਖਣ ਆਏ ਸੀ, ਕੁੜੀ ਦੇਖਣ ਨਹੀਂ ਸੀ ਆਏ। ਚਲੋ ਇੱਕ ਮਿੰਟ ਸਰਦਾਰ ਸਾਹਿਬ, ਭੈਣ ਜੀ ਮੈਨੂੰ ਇਹ ਦੱਸੋ ਕਿ ਇਹੋ ਜੀ ਕਿਹੜੇ ਸਟੇਟ ਦੀ ਪੁਲਿਸ ਹੈ ਜਿਹੜੀ ਆਪਣੇ ਜਵਾਨਾਂ ਨੂੰ ਸਾੜੀਆਂ ਲਾ ਕੇ ਟ੍ਰੇਨਿੰਗ ਦਿੰਦੀ ਹੈ। ਚਲੋ ਚਲੋ ਇੱਕ ਮਿੰਟ ਭਾਜੀ, ਇਹਦੇ ਵਾਸਤੇ ਮੁੰਡਾ ਲੱਭੋ। ਹਾਂ ਦੱਸੋ ਕਿਉਂ ਬੁਲਾਇਆ ਸੀ? ਉਧਰ ਮੈਂ ਨੱਕ ਵਢਾਉਣ ਵਾਲਾ ਸੀਨ ਵਿਚਾਲੇ ਛੱਡ ਕੇ ਆਇਆ, ਇੱਥੇ ਮੇਰਾ ਨੱਕ ਵਢਾਤਾ ਤੂੰ, ਉਹ ਤੈਨੂੰ ਵੇਖਣ ਆਏ ਸੀ। ਉਧਰ ਸਾਰਾ ਪਿੰਡ ਹੀ ਦੇਖਣ ਆਏ ਸੀ, ਉੱਥੇ ਹੀ ਲੈਣਾ ਸੀ ਇਹਨਾਂ ਨੂੰ। ਓਏ ਡਰਾਮੇ ਬਾਜਾ, ਉਹ ਤੇਰੇ ਰਿਸ਼ਤੇ ਲਈ ਆਏ ਸੀ, ਆ ਸਾੜੀ ਲਾ ਕੇ ਨਹੀਂ ਸੀ ਆਇਆ, ਮਰਿਆ ਜਾਂਦਾ ਤੈਥੋਂ। ਆਪੀ ਤਾਂ ਤਰਥੱਲੀ ਮਚਾਈ ਪਈ ਸੀ ਵੀ ਛੇਤੀ ਆ ਜਾ, ਤੁਹਾਨੂੰ ਤਾਂ ਪਤਾ ਹੀ ਸਾੜੀ ਲਾਉਣ ਨੂੰ ਕਿੰਨਾ ਟਾਈਮ ਲੱਗਦਾ। ਸਾਲਿਆ ਮੈਂ ਸਾੜੀਆਂ ਲਾਉਂਦਾ ਰਹਿਣਾ ਨਾ, ਫੇਰ ਵੀ ਟਾਈਮ ਦਾ ਤਾਂ ਪਤਾ ਯੋਗ ਵੀ ਕਿੰਨਾ ਲੱਗਦਾ। ਮੈਂ ਇੱਕ ਮਾਰਨੀ ਕੰਤੇ ਘੁਕਾ ਕੇ ਸਾਰੇ ਪਿੰਡ 'ਚ ਮੇਰੀ ਥੂ ਥੂ ਕਰਾਈ ਹੋਈ ਹੈ ਨਾ। ਮੈਨੂੰ ਇਹ ਗੱਲ ਦੱਸ ਓਏ, ਰਾਮਲੀਲਾ 'ਚ ਤੈਨੂੰ ਸਿਰਫ ਇੱਕ ਇਹੀ ਰੋਲ ਮਿਲਦਾ ਕਰਨ ਨੂੰ? ਸਾਰਾ ਪਿੰਡ ਪਤਾ ਕੀ ਕਹਿੰਦਾ, ਮੇਰੇ ਨੈਣਾਂ 'ਚ ਸਰੂਪਨਖਾ ਨਾਲ ਮਿਲਦੇ ਨੇ। ਹਾਂ ਮਾਂ ਤੇਰੀ ਡੈਣ ਆ ਜਾਂ ਮੈਂ ਤੈਨੂੰ ਰਾਕਸ਼ਸ਼ ਲੱਗਦਾ। ਪਹਿਲਾਂ ਪਿੰਡ ਸਾਰੇ ਜਾਂਦਾ ਸਾ, ਲੋਕੀ ਕਹਿੰਦੇ ਸੀ ਗੁਰਜੀਤ ਸਿੰਘ ਸੰਧੂ ਜਾ ਰਿਹਾ, ਹੁਣ ਕਹਿੰਦੇ ਸਰੂਪਨਖਾ ਦਾ ਡੈਡੀ ਜਾ ਰਿਹਾ। ਗੱਲ ਸੁਣ ਲੈ ਮੇਰੀ, ਅੱਜ ਤੋਂ ਬਾਅਦ ਜੇ ਤੂੰ ਮੈਨੂੰ ਸਰੂਪਨਖਾ ਬਣਿਆ ਦਿਸ ਗਿਆ ਨਾ, ਲਕਸ਼ਮਣ ਨੇ ਤੇ ਤੇਰਾ ਨੱਕ ਬਾਅਦ 'ਚ ਵੱਢਣਾ, ਮੈਂ ਤੇਰਾ ਗਾਟਾ ਲਾ ਦੇਣਾ ਤੇਰਾ। ਸ਼ਾਬਾਸ਼ ਡੈਡੀ, ਤੂੰ ਨਾ ਹਿੰਦੂ ਸਿੱਖਾਂ ਨੂੰ ਇੱਕ ਹੋਣ ਦੇਈ। ਮੈਂ ਮਰੂ ਕੰਤੇ ਵਿਚਾਰਾ, ਤੇ ਤੇਰੇ ਦੂਜੇ ਦੋਸਤ ਨਾਲ ਕੀ ਕੁੱਤਖਾਨੀ ਹੁੰਦੀ ਹੈ? ਜਿੰਨੀ ਕੁੱਤਖਾਨੀ ਉਹਨਾਂ ਹੁੰਦੀ ਹੈ ਜੀ, ਰੱਬ ਕਿਸੇ ਨਾਲ ਨਾ ਕਰੇ। ਚੰਗਾ ਭਲਾ ਪੜ੍ਹ ਲੱਗਿਆ ਸੀਗਾ। ਇੱਕ ਚੰਗੀ ਕੁੜੀ ਨਾਲ ਇਸ਼ਕ ਵੀ ਹੋ ਗਿਆ ਫੇਰ, ਪਰ ਵਿਆਹ ਨਹੀਂ ਹੋ ਸਕਿਆ। ਕਿਉਂ? ਜਵਾਕਾਂ ਕਰਕੇ ਮਾਂ ਪਿਓ ਨੂੰ ਲਾਂਤਾ ਪੈਂਦੇ ਤਾਂ ਸੁਣਿਆ ਸੀਗਾ। ਮੇਰੇ ਖਿਆਲ 'ਚ ਦੁਨੀਆ ਦਾ ਪਹਿਲਾ ਜਵਾਕ ਹੋਊ ਜਿਹਨੂੰ ਪਿਓ ਕਰਕੇ ਲਾਂਤਾ ਪੈਂਦੀਆਂ। ਸਤਿ ਸ਼੍ਰੀ ਅਕਾਲ ਲਾਲਾ ਜੀ। ਸਤਿ ਸ਼੍ਰੀ। ਉਹ ਤੁਹਾਡਾ ਤਾਂ ਅੱਜ ਬੁੜਾ ਮਰਿਆ ਸੀ, ਤੁਸੀਂ ਇੱਥੇ? ਸਾਡਾ ਬੁੜਾ ਤਾਂ ਮਰਿਆ ਹੀ ਨਹੀਂ, ਉਹ ਤਾਂ ਆਸਥਾ ਚੈਨਲ ਦੇਖ ਕੇ ਸਾਹ ਰੋਕ ਕੇ ਯੋਗਾ ਕਰ ਰਿਹਾ ਸੀ। ਉਹ ਅਸੀਂ ਸੋਚਿਆ ਕਿ ਚੜ੍ਹਾਈ ਕਰ ਗਿਆ, ਅਸੀਂ ਸੰਸਕਾਰ ਦਾ ਸਮਾਨ ਲੈ ਗਏ। ਹੁਣ ਆਪਣਾ ਸੰਸਕਾਰ ਦਾ ਸਮਾਨ ਲਾਓ ਤੇ ਸਾਡਾ 1,000 ਰੁਪਇਆ ਮੋੜੋ। ਜੇ ਤੁਹਾਡਾ ਬੁੜਾ ਨਹੀਂ ਮਰਿਆ, ਇਹ 'ਚ ਮੇਰਾ ਕੀ ਕਸੂਰ ਹੈ? ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੁਹਾਡਾ ਬੁੜਾ ਬਚ ਗਿਆ। ਤੁਸੀਂ 1,000 ਰੁਪਏ ਨੂੰ ਰੋਈ ਜਾਂਦੇ ਹੋ, ਵਿਕਿਆ ਸਮਾਨ ਨਹੀਂ ਵਾਪਸ ਹੁੰਦਾ। ਓਏ ਅਸੀਂ 1,000 ਰੁਪਏ ਨੂੰ ਨਹੀਂ ਰੋਂਦੇ, ਪਰ ਇਹ ਮਰਗ ਦਾ ਸਮਾਨ ਘਰੇ ਰੱਖ ਕੇ ਕਰਾਂਗੇ ਕੀ? ਗੱਲ ਤਾਂ ਤੁਹਾਡੀ ਠੀਕ ਹੈ ਯਾਰ। ਐ ਨਵਜੋਤ ਪੁੱਤ। ਹਾਂਜੀ ਅੰਕਲ ਜੀ। ਆਪਣੀ ਦਾਦੀ ਜੀ ਦਾ ਕੀ ਹਾਲ ਹੈ? ਕੀ ਦੱਸੇ ਅੰਕਲ ਜੀ, ਡਾਕਟਰ ਦਾ ਜਵਾਬ ਹੀ ਦਿੱਤਾ, ਕਹਿੰਦੇ ਘਰ ਲੈ ਜੋ, ਸੇਵਾ ਕਰ ਲੋ, ਅੱਜ ਗਈ ਤੇ ਕੱਲ ਗਈ। ਲੋ ਜੀ ਗੱਲ ਬਣ ਗਈ, ਇਹਦੀ ਦਾਦੀ ਜਾਣ ਵਾਲੀ ਹੈ। ਤੁਸੀਂ ਐ ਕਰੋ ਕਿ ਸਾਰਾ ਸੰਸਕਾਰ ਦਾ ਸਮਾਨ ਨਾ ਇਹਨੂੰ 50% ਡਿਸਕਾਊਂਟ ਤੇ ਦੇ ਦਿਓ, ਤੁਹਾਡਾ ਫਾਇਦਾ ਹੋ ਜੂ। ਜਾਓ 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 ਚੱਲੀਏ। ਆ ਭਾਜੀ, ਸਾਨੂੰ ਨਾ ਤੁਹਾਡੀ ਦਾਦੀ ਜੀ ਬਾਰੇ ਪਤਾ ਲੱਗਾ ਹੈ, ਸਾਡੇ ਕੋਲ ਸੰਸਕਾਰ ਦਾ ਸਮਾਨ ਹੈ, 50% ਡਿਸਕਾਊਂਟ ਤੇ ਲੈ ਲਓ, ਨਾਲੇ ਤੁਹਾਨੂੰ ਫਾਇਦਾ ਹੋ ਜੂ। ਆ ਲਓ ਫੜੋ। ਕਰ ਜੋ ਸੜੇ, ਮੈਂ ਕਰਨਾ ਤੁਹਾਡਾ ਫਾਇਦਾ। ਜੇ ਮਰ ਜਾ ਫਸੇ ਉਹ ਦੇਖੋ ਕਿਵੇਂ ਭੱਜ ਗਏ ਸਾਰੇ, ਮੈਨੂੰ ਸਮਾਨ ਵਾਪਸ ਕਰਨ ਆਏ ਸੀ, ਆ ਗਏ ਸੀ ਸਵੇਰੇ ਸਵੇਰੇ ਇੱਥੇ। ਉਹ ਬਾਪੂ ਕਿਉਂ ਮੇਰਾ ਪਿੰਡ 'ਚ ਜਲੂਸ ਕਰਾਉਣ ਲੱਗੇ ਆ? ਕਦੇ ਤਾਂ ਮੇਰੀ ਸਾਈਡ ਦੀ ਗੱਲ ਕਰਿਆ ਕਰ। ਕਾਹਦੀ ਸਾਈਡ? ਜਵਾਨ ਮੁੰਡਾ ਹੋ ਗਿਆ, ਪਿਓ ਨਾਲ ਦੁਕਾਨ ਤੇ ਬਹਿ, ਦੋਵੇਂ ਮਿਲ ਕੇ ਇਸ ਬਿਜ਼ਨਸ ਨੂੰ ਹੋਰ ਅੱਗੇ ਵਧਾਈਏ। ਉਹ ਇਹ ਵੀ ਸਾਲਾ ਕੋਈ ਕੰਮਾਂ 'ਚ ਕੰਮ ਮਰਗ ਦਾ ਸਮਾਨ ਵਿੱਚੋਂ? ਉਹ ਪੁੱਤਰ ਇਸ ਬਿਜ਼ਨਸ ਤੋਂ 4 ਪੈਸੇ ਕਮਾਵਾਂਗੇ, ਕੱਲ ਨੂੰ ਤੇਰਾ ਵਿਆਹ ਵੀ ਤਾਂ ਕਰਨਾ ਹੈ। ਉਹ ਬਾਪੂ, ਉਹ ਜਿਹੜੀ ਤੇਰੀ ਇੱਜ਼ਤ ਨਾ ਪਿੰਡ 'ਚ, ਤੈਨੂੰ ਕਿਸੇ ਨੇ ਧੀ ਦਾ ਕੀ, ਮਰੇ ਹੋਏ ਨੂੰ ਮੋਢਾ ਵੀ ਨਹੀਂ ਦੇਣਾ। ਅਗਲੇ ਮਹੀਨੇ ਮੈਨੂੰ ਮੁੰਡੇ ਵਾਲੇ ਵੇਖਣ ਆ ਰਹੇ ਨੇ, ਮਹੀਨੇ 'ਚ ਆ ਤੇ ਤੂੰ ਆਪਣੇ ਪਿਓ ਦਾ ਕੰਮ ਬਦਲ ਲੈ ਜਾਂ ਫਿਰ ਆਪਣਾ ਪਿਓ ਹੀ ਬਦਲ ਲੈ। ਤੂੰ ਟੈਨਸ਼ਨ ਕਿਉਂ ਲੈਣੀ ਆ? ਮੈਂ ਕਹਿਤਾ ਬਾਪੂ ਨੂੰ, ਉਹ ਆਪਣਾ ਆਰਥੀਆਂ ਦਾ ਕੰਮ ਬਦਲ ਲੈਣਗੇ। ਤੇ ਫਿਰ ਕੀ ਕਰਨਗੇ? ਗੰਨੇ ਦੇ ਜੂਸ ਦੀ ਰੇੜੀ ਲਾ ਲੈਣਗੇ। ਤੇ ਤੁਸੀਂ ਕੀ ਕਰਨਾ? ਹੁਣ ਬਾਪੂ ਥੋੜਾ ਨਾ ਇਸ ਉਮਰ 'ਚ ਮਸ਼ੀਨ 'ਚ ਗੰਨੇ ਦਊਗਾ, ਉਹ ਤਾਂ ਮੈਨੂੰ ਦੇਣੇ ਪੈਣੇ ਆ। ਸ਼ਾਬਾਸ਼ MBA, ਤੂੰ ਗੰਨਿਆਂ ਦਾ ਜੂਸ ਕੱਢਣ ਲਈ ਕੀਤੀ ਹੈ? ਓ ਹੈਲੋ, MBA ਨਹੀਂ, BA, ਕੱਲੀ BA ਕੀਤੀ ਹੈ ਮੈਂ। ਹਾਂ ਹਾਂ, ਪਰ ਡੈਡੀ ਨੂੰ MBA ਹੀ ਦੱਸਣਾ ਹੈ। ਮੇਰੇ ਭਾਣੇ ਸਾਇੰਟਿਸਟ ਦੱਸਦੀ, ਪਰ ਗੰਨੇ ਦਾ ਜੂਸ ਕੱਢਣ ਦੇ। ਕਿਉਂ? ਮੇਰਾ ਪਿਓ ਨਾ ਪੁੱਛੋ ਮੈਨੂੰ ਕਿ ਇਹ ਕਿਹੜਾ ਸਾਇੰਟਿਸਟ ਜਿਹੜਾ ਗੰਨਿਆਂ ਦਾ ਜੂਸ ਕੱਢਦਾ ਹੈ। ਦੱਸ, ਤੇਰੇ ਡੈਡੀ ਨੇ ਗਾਣਾ ਨਹੀਂ ਸੁਣਿਆ? ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਜਸ, ਤੂੰ ਜਿਸ ਗਾਣੇ ਬਾਰੇ ਗੱਲ ਕਰ ਰਿਹਾ ਨਾ, ਵਿਆਹ ਤੋਂ ਬਾਅਦ ਤੇਰੇ ਤੋਂ ਇਸ ਗਾਣੇ ਦੀ CD ਵੀ ਨਹੀਂ ਲਈ ਜਾਣੀ, ਨਾਲੇ ਤੂੰ ਦੂਜੇ ਖਰਚੇ ਕਿੱਥੋਂ ਕੱਢਣੇ ਨੇ? ਦੇਖ ਜਸ, ਮੈਂ ਬਹੁਤ ਤੇ ਨਹੀਂ ਪਰ ਥੋੜੀ ਇਮੋਸ਼ਨਲ ਕੁੜੀ ਆ, ਵਿਆਹ ਤੋਂ ਬਾਅਦ ਤੇਰੇ ਤੋਂ ਰਿਸ਼ਤਾ ਤੋੜਾਂ, ਇਸ ਤੋਂ ਚੰਗਾ ਕਿ ਮੈਂ ਅੱਜ ਹੀ ਤੇਰਾ ਦਿਲ ਤੋੜਦਾ। ਤੇਰੇ ਕੋਲ ਮਹੀਨੇ ਦਾ ਟਾਈਮ ਹੈ, ਜਾਂ ਤਾਂ ਤੂੰ ਕੋਈ ਚੱਜ ਦੀ ਨੌਕਰੀ ਲੱਭ ਲੈ ਜਾਂ ਫਿਰ ਕਿਸੇ ਚੰਗੇ ਬ੍ਰਾਂਡ ਦੀ ਪਿਆ ਕਰੀ, ਦਿਲ ਤੇ ਟੁੱਟਣਾ ਹੀ ਟੁੱਟਣਾ, ਘੱਟੋ ਘੱਟ ਆਪਣੀ ਕਿਡਨੀਆਂ ਤਾਂ ਬਚਾ ਲਈ।
ਚਲਾਇਆ ਕਿ ਐਵੇਂ ਨਾ ਸ਼ਰਮਾ ਸਾਡੇ ਯਾਰ ਦਾ ਵਿਆਹ ਸਾਨੂੰ ਵੱਡੇ ਵੱਡੇ ਚਾਰ ਉਹ ਆ ਜਾ ਤੂੰ ਵੀ ਨੱਚ ਲੈ ਕਿ ਐਵੇਂ ਨਾ ਸ਼ਰਮਾ ਕੁੜੀ ਮੁੰਡੇ ਵਾਲਿਆਂ ਦੀ ਫੈਮਿਲੀ ਬੁਲਾਵਾਂਗੇ ਸਟੇਜ ਉੱਤੇ ਚੜ ਕੇ ਜੀ ਫੋਟੋ ਖਿੱਚਵਾਵਾਂਗੇ ਮੇਰੀ ਲਾਡੀ ਨੇ ਵੀ ਅਲਟੀਮੇਟਮ ਦਿੱਤਾ ਕਹਿੰਦੀ ਇੱਕ ਮਹੀਨੇ ਦੀ ਜ਼ਿਆਦਾ ਨੌਕਰੀ ਲੱਭ ਲਾ ਨਹੀਂ ਫਿਰ ਉਹ ਵੀ ਨਹੀਂ ਲੱਭਣੀ ਬਾਈ ਲੱਭਣੀ ਗਾਹਾਂ ਜਵਾ ਕੇ ਨਹੀਂ ਖੋਜੂਗੀ ਸਾਲੇ ਉਹ ਮੇਰਾ ਫਿਕਰ ਕਰੋ ਇੱਧਰ ਜੇ ਬਾਪੂ ਨੇ ਮੇਰਾ ਐਕਟਿੰਗ ਵਾਲਾ ਕੀੜਾ ਨਾ ਕੱਢਣ ਦਿੱਤਾ ਨਾ ਇਹ ਕੀੜਾ ਸਾਲਾ ਸਿਉਂਕ ਵਾਂਗੂ ਮੈਨੂੰ ਅੰਦਰੋਂ ਅੰਦਰ ਹੀ ਖਾਜੂ ਇੱਕ ਦਿਨ ਜੱਟ ਖੜਾ ਖੜਾ ਐਂ ਡਿੱਗੂ ਜਿਵੇਂ ਸਿਉਂਕ ਲੱਗੀ ਬਾਲਿਆਂ ਵਾਲੀ ਛੱਤ ਡਿੱਗਦੀ ਹੁੰਦੀ ਹੈ ਸਾਲੀ ਤੇ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ ਫਿਰ ਇਹਦੇ ਵਾਲੇ ਬਾਲਿਆਂ ਨਾਲ ਚੱਕ ਕੇ ਮੈਨੂੰ ਸਾੜ ਦਿਓ ਕਿਉਂ ਬਾਲੇ ਨੂੰ ਹੱਥ ਲਾ ਕੇ ਦਿਖਾਈ ਲੱਕੜ ਪਤਾ ਸਾਲਾ ਕਿੰਨੀ ਮਹਿੰਗੀ ਹੈ ਸਾਲਿਓ ਤੁਸੀਂ ਆਪਣੇ ਹਾਲਾਤਾਂ ਨੂੰ ਲੈ ਕੇ ਰੋਂਦੇ ਰਹੋ ਕਦੀ ਇਹਨਾਂ ਨਾਲ ਲੜਿਓ ਨਾ ਲੜਾਂਗੇ ਬਾਈ ਕਿਹਦਾ ਪਿਓ ਚੌਕਾ ਦਾ ਜਵਾਨ ਮੁੰਡਾ ਸਾੜੀਆਂ ਲਾਲਾ ਪਿੰਡ ਚ ਘੁੰਮੇ ਹੈ ਓਏ ਆਸ਼ਕਾ ਸੁਣ ਲੈ ਦੇਖ ਬਾਈ ਜ਼ਿੰਦਗੀ ਚ ਚੰਗੀ ਕੁੜੀ ਦਾ ਸਾਥ ਮਿਲਣਾ ਬਹੁਤ ਔਖਾ ਤੇ ਜੇ ਮਿਲਿਆ ਨਾ ਸਿਰਫ ਇਸ ਕਰਕੇ ਨਾ ਗਵਾ ਲਈ ਕਿ ਤੂੰ ਸੈਟਲ ਨਹੀਂ ਹੈਗਾ ਹਾਂ ਵੇਲਾ ਭਾਵੇਂ ਸੌਣਦਾ ਪਰ ਆਪਣੇ ਸੁੱਤੇ ਹੋਏ ਜ਼ਮੀਨ ਨੂੰ ਜਗਾਉਣਾ ਪਊ ਨਹੀਂ ਤਾਂ ਫਿਰ ਦੇਰ ਹੋ ਜੂ ਉਹ ਪਰ ਅਸੀਂ ਕਰੀਏ ਕੀ ਦਿਖਾ ਦੋ ਦੁਨੀਆਂ ਨੂੰ ਜਿੰਨੇ ਨਲਾਇਕ ਤੁਸੀਂ ਦੋਵੇਂ ਦੇਖਦੇ ਹੋ ਓਨੇ ਹੈ ਨਹੀਂ ਓ ਵਾ ਓ ਪਾਲੀ ਵੀਰੇ ਆਈ ਐਮ ਸੋ ਹੈਪੀ ਤੂੰ ਸ਼ਹਿਰ ਚੱਲੇ ਹੈ ਸ਼ਹਿਰ ਰਹਿਣ ਚੱਲੇ ਆਹੋ ਇੱਥੇ ਤੁਸੀਂ ਮੈਨੂੰ ਐਕਟਿੰਗ ਤਾਂ ਕਰਨ ਨਹੀਂ ਦਿੰਦੇ ਸ਼ਹਿਰ ਜਾ ਕੇ ਮੈਂ ਧਰਮਿੰਦਰ ਬਣੂੰਗਾ ਓ ਇੱਥੇ ਮੇਰੀ ਨੱਕ ਵਢਾਈ ਜਾਂਦਾ ਸ਼ਹਿਰ ਜਾ ਕੇ ਹੁਣ ਧਰਮਿੰਦਰ ਦੀ ਵਢਾਏਗਾ ਇੱਕ ਮਾਰੂ ਕੰਤੇ ਜੱਸ ਤੈਨੂੰ ਪਤਾ ਹੈ ਨਾ ਤੇਰੇ ਕੋਲ ਸਿਰਫ 25 ਦਿਨਾਂ ਦਾ ਟਾਈਮ ਹੈ ਨਹੀਂ ਤਾਂ ਡੈਡੀ ਨੇ ਮੇਰਾ ਵਿਆਹ ਨਾ ਕਿਤੇ ਹੋਰ ਕਰ ਦੇਣਾ ਤੇ ਤੂੰ ਜਾਣਦਾ ਹੈ ਨਾ ਮੈਂ ਤੈਨੂੰ ਬਿਲਕੁਲ ਵੀ ਗਵਾਉਣਾ ਨਹੀਂ ਚਾਹੁੰਦੀ ਉਹ ਤੂੰ ਟੈਨਸ਼ਨ ਕਿਉਂ ਲੈਣੀ ਆ 25 ਦਿਨਾਂ ਦੇ ਵਿੱਚ ਵਿੱਚ ਤੈਨੂੰ ਨੌਕਰੀ ਦਾ ਮੈਂ ਲੈ ਕੇ ਦਿਖਾਉਂ ਜਾ ਮਰ ਸ਼ਹਿਰ ਜਾ ਕੇ ਮੇਰਾ ਦੂਜਾ ਬੈਗ ਵੀ ਸਿੱਟੋ ਕੱਪੜੇ ਸਾਰੇ ਇਹਦੇ 'ਚ ਲੈ ਚੱਲੇ ਉਹਦੇ 'ਚ ਕੀ ਆ ਹੁਣ ਮੇਰੀਆਂ ਸਾੜੀਆਂ ਫੜੇ ਮੁੱਤ ਤੇਰਾ ਚੱਲ ਚੰਗਾ ਮੈਂ ਚੱਲਦਾ ਆਪਣਾ ਖਿਆਲ ਰੱਖੀ ਬਾਏ ਖਾਣਾ ਟਾਈਮ ਨਾਲ ਖਾ ਲਿਆ ਕਰੋ ਤੇ ਇਸ ਡਿਪਟੀ ਤੋਂ ਨਾ ਥੋੜਾ ਦੂਰ ਹੀ ਰਹਿ ਚੰਗਾ ਤੂੰ ਬੜਾ ਮਾਰ ਆ ਗਿਆ ਲੈ ਲੈ ਪੜਾ ਪੜਾ ਓਏ ਡਿਪਟੀ ਡਿਪਟੀ ਸਤਿ ਸ਼੍ਰੀ ਅਕਾਲ
ਸਾਰੀਆਂ ਜਿੰਸਾਂ ਕਿੱਥੋਂ ਆ ਗਈਆਂ? ਆ ਫਿਰ ਕਿੰਨੇ ਦਿਨ ਦੀ ਆਏ ਹੋ ਸ਼ਹਿਰ? ਜਿੰਨੇ ਚਿਰ ਚਾਰ ਬੰਦੇ ਸਾਨੂੰ ਮੋਢਿਆਂ 'ਤੇ ਨਹੀਂ ਚੱਕ ਲੈਂਦੇ। ਓਹ, ਵੱਡੀ ਕਾਮਯਾਬੀ ਸੋਚ ਕੇ ਆਇਓ ਹੈ। ਓ, ਮੈਂ ਜਨਾਜ਼ੇ ਦੀ ਗੱਲ ਕਰ ਰਿਹਾ। ਪਰ ਰਹੋਗੇ ਕਿੱਥੇ? ਓ ਭਰਾਵਾ, ਉਹ ਤੂੰ ਤਾਂ ਸਾਡੇ ਸੁੱਤੇ ਜ਼ਮੀਰ ਜਗਾ ਕੇ ਆਇਆ, ਸੌਵਾਂਗੇ ਤਾਂ ਤੇਰੇ ਕੋਲ ਹੀ। ਓ ਬਾਈ, ਮੈਂ ਤਾਂ ਆਪ ਪੋਲਟਰੀ ਫਾਰਮ 'ਚ ਸੌਂਦਾ, ਤੁਹਾਨੂੰ ਕਿੱਥੇ ਰੱਖ ਲਓ? ਤੂੰ ਟੈਨਸ਼ਨ ਨਾ ਲੈ, ਅਸੀਂ ਇਹ ਮੁਰਗੀਆਂ ਨਾਲ ਹੀ ਐਡਜਸਟ ਕਰ ਲਾਂਗੇ, ਇਹਨਾਂ ਨਾਲ ਹੀ ਸੌ ਜਾਂਗੇ। ਓ ਨਹੀਂ ਯਾਰ, ਉਹ ਕਿਧਰੇ ਨਹੀਂ ਤੇਰੀਆਂ ਮੁਰਗੀਆਂ ਖਾਂਦੇ, ਅਸੀਂ ਤਾਂ ਵੈਸੇ ਵੀ ਕੱਲ੍ਹ ਤੋਂ ਵੈਜੀਟੇਰੀਅਨ ਹੋ ਗਏ ਹਾਂ। ਉਹ ਗੱਲ ਉਹ ਨਹੀਂ ਆ ਯਾਰ, ਤੁੰਜਾਂ ਮਾਰਦੀਆਂ। ਓ, ਜਿੰਨੀਆਂ ਫੁਕਰੀਆਂ ਅਸੀਂ ਪਿੰਡ ਮਾਰ ਕੇ ਆਏ ਨਾ, ਲੋਕਾਂ ਨੇ ਸਾਨੂੰ ਮਿਹਣੇ ਮਾਰ ਮਾਰ ਕੇ ਮਾਰ ਦੇਣਾ। ਦੇਖ, ਇੱਕ ਗੱਲ ਤਾਂ ਪੱਕੀ ਹੈ, ਜਿੰਨਾ ਚਿਰ ਅਸੀਂ ਜ਼ਿੰਦਗੀ 'ਚ ਸੈੱਟ ਨਹੀਂ ਹੁੰਦੇ ਨਾ, ਪਿੰਡ ਤਾਂ ਜਾਣੋ ਰਹੇ। ਪਿੰਡ ਤਾਂ ਹੁਣ ਸਾਡੀਆਂ ਲਾਸ਼ਾਂ ਹੀ ਜਾਣਗੀਆਂ। ਨਹੀਂ, ਉਹ ਵੀ ਇੱਥੇ ਮੁਰਗੀਆਂ ਚੀੜੀਆਂ ਸਟੂਣਗੀਆਂ ਬਸ। ਓਏ ਵੀਰ ਜੀ, ਐਡਜਸਟ ਤਾਂ ਤੁਹਾਨੂੰ ਨਹੀਂ ਕਰਨਾ ਪੈਣਾ, ਪਲੀਜ਼ ਕਰ ਲਓ। ਪਾਲੀ ਵੀਰ ਜੀ, ਐਡਜਸਟ ਕਰੋ ਯਾਰ, ਕਰ ਲਓ ਐਡਜਸਟ ਵੀਰ ਜੀ। ਪਾਲੀ ਵੀਰ ਜੀ, ਕਰ ਲਓ ਐਡਜਸਟ, ਕਰ ਲਓ ਯਾਰ, ਕਰ ਲਓ। ਅੱਛਾ ਅੱਛਾ, ਤੁਹਾਨੂੰ ਇੱਕ ਬੰਦੇ ਨਾਲ ਰੱਖਿਆ ਜਾ ਸਕਦਾ। ਉਹ ਕੌਣ ਹੈ? ਮੇਰਾ ਸਟਾਰ ਯਾਰ ਬੱਬੂ ਮਾਨ। ਉਹ ਨਹੀਂ, ਬੱਬੂ ਕੀਰਤਪੁਰੀਆ। ਬੱਬੂ ਕੀਰਤਪੁਰੀਆ? ਕੀਰਤਪੁਰ ਫੁੱਲ ਪੈਂਦੇ ਤਾਂ ਸੁਣਿਆ, ਪਰ ਉਤਨਾ ਸਟਾਰ ਬਣਦਾ ਪਹਿਲੀ ਵਾਰੀ ਸੁਣਿਆ। ਓ ਜੁਗਨੂ, ਜ਼ਰਾ ਟੇਬਲ ਲਾ ਦੇ, ਉੱਤੇ ਚਾਦਰ ਪਾ ਦੇ, ਅੜ ਦਸ ਪੁੱਤਰਾ ਕਲਾਸ ਸਜਾ ਦੇ। ਓ ਜੁਗਨੂ, ਜ਼ਰਾ ਟੇਬਲ ਲਾ ਦੇ, ਉੱਤੇ ਚਾਦਰ ਪਾ ਦੇ, ਅੜ ਦਸ ਪੁੱਤਰਾ ਕਲਾਸ ਸਜਾ ਦੇ। ਨਾਲ ਸ਼ਰਾਬ ਦੇ ਮੁਰਗੇ ਜੁਰਗੇ ਖਾਣਗੇ, ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ, ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ, ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ, ਅੱਠ ਵੱਜ ਗਏ ਸ਼ਰਾਬੀਆਂ ਦੇ। ਹੋਣਗੇ ਕਲੇਸ਼ੀ, ਪਰ ਸਾਡੇ ਵੱਲੋਂ ਕੋਈ ਰਹੇ ਨਾ ਗਮੀ ਬੇਸ਼ੀ। ਪੁਲੀ ਸੇਵਾ ਕਰੀ, ਪੈਗ ਤੇ ਪੈਗ ਭਰੀ, ਖਾ ਪੀ ਕੇ ਨਹੀਂ ਤਾਂ ਖੱਪ ਪਾਉਣਗੇ, ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ, ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ, ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ, ਅੱਠ ਵੱਜ ਗਏ ਸ਼ਰਾਬੀਆਂ ਦੇ। ਹਾਂ ਵੀ ਬੱਬੂ, ਹਾਂਜੀ, ਗਾਣਾ ਭਰਾਵਾ ਤੇਰਾ ਵਧੀਆ ਸ਼ੂਟ ਹੋ ਗਿਆ। ਬਸ ਕਿਰਪਾ ਵੀਰ ਜੀ, ਤੁਹਾਡੀ ਪੇਮੈਂਟ ਭਾਜੀ ਬਸ 500 ਰੁਪਈਆ ਭਾਜੀ, ਸਪੋਟ ਬਾਏ ਵੀ 700 ਲੈਂਦਾ ਭਾਜੀ। ਭਰਾਵਾ ਸਪੋਟ ਬਾਏ ਚੱਲਦਾ, ਤੈਨੂੰ ਹਲੇ ਕੋਈ ਨੀ ਪੁੱਛਦਾ, ਜਿੱਦਣ ਚੱਲੇਗਾ ਨਾ ਉਦਣ ਮੰਗੀ ਪੈਸੇ। ਚੱਲ ਅਖਾੜੇ, ਕੱਲ ਨੂੰ ਤੂੰ ਹੀ ਲੈਣੇ ਮੇਰੇ ਆ ਵੀਡੀਓ ਤੋਂ ਬਾਅਦ। ਓ ਵਾਹ, ਓ ਰੱਬਾ, ਓ ਬੱਬੂ ਬਾਈ, ਓ ਪਾਲੀ, ਤੂੰ ਵਧੀਆ ਯਾਰ, ਤੂੰ ਦੱਸ ਕਿੱਦਾਂ? ਓ ਬਾਈ, ਆਪਣੇ ਪਿੰਡੋਂ ਦੋਸਤ ਆਇਆ ਆ ਡਿਪਟੀ ਬਾਈ। ਸਤਿ ਸ਼੍ਰੀ ਅੱਜ ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ, ਉਹਨਾਂ ਨੂੰ ਘਰ ਚਾਹੀਦਾ ਰਹਿਣ ਨੂੰ, ਤੇਰੀ ਤਾਂ ਬਾਲੀ ਚੜਾਈ ਆ ਯਾਰ। ਉਹ ਬਸ ਯਾਰ, ਕਦੇ ਮਾਣ ਜੇ ਨਹੀਂ ਕੀਤਾ। ਭਾਜੀ ਇੱਥੇ ਸਾਈਨ ਕਰ ਦੋ। ਓ ਯਾਰ ਮੈਂ ਗੱਲ ਕਰਦਾ, ਠਹਿਰ ਕੇ ਆਈ ਆਟੋਗ੍ਰਾਫ ਲਈ। ਚੰਗਾ। ਓ ਹੈਲੋ, ਆਟੋਗ੍ਰਾਫ ਗਿਆ ਖੂਹ ਚ, ਮੈਂ ਅਕਾਊਂਟੈਂਟ ਆ, ਆ ਜਿਹੜਾ 500 ਰੁਪਏ ਲੈਣਾ ਇਹਦੀ ਰਸੀਦ ਚਾਹੀਦੀ ਹੈ। ਘੁੱਗੀ ਮਾਰ ਇੱਥੇ। ਕੋਈ ਨਾ, ਆਪਣੀ ਆ ਸਾਰੇ, ਕੋਈ ਨਾ। ਓ ਕਾਹਨੂੰ ਯਾਰ, ਮਿਊਜ਼ਿਕ ਟੀਚਰ ਦੀ ਨੌਕਰੀ ਲੱਭਦਾ ਨਾਲ ਦੀ ਨਾਲ, ਜਿੱਦਣ ਮਿਲ ਗਈ ਨਾ ਫਿਰ ਸਾਲਾ ਮਰਜ਼ੀ ਦਾ ਕੰਮ ਕਰਿਆ ਕਰਨਾ। ਖੈਰ, ਉਹ ਘਰ ਦੀ ਗੱਲ ਕਰਦੇ ਸੀ ਨਾ ਆਪਾਂ, ਜਿੱਥੇ ਮੈਂ ਰਹਿਣਾ ਉਹ ਚੱਲੂ ਘਰ। ਬਾਈ ਚੱਲੂ, ਤੁਹਾਡੇ ਥੱਲੇ ਅਸੀਂ ਬਿਸਤਰਾ ਡਾ ਕੇ ਵਜਾ ਕਰਾਂਗੇ। ਉਹ ਬਾਈ, ਮੈਂ ਤਾਂ ਆਪ ਪੁੱਜੇ ਸੋਨਾ, ਉਦੋਂ ਥੱਲੇ ਕਿੱਥੇ ਬਿਸਤਰਾ ਡਾਲੇਗਾ। ਅੱਛਾ, ਮੇਰਾ ਮਕਾਨ ਮਾਲਕ 1500 ਰੁਪਈਆ ਲੈਂਦਾ ਮੈਥੋਂ, ਕੱਲੇ ਕੱਲੇ ਦਾ 1500-1500 ਦੇ ਕੇ ਰਹੀ ਜਾਵਾਂਗੇ। ਠੀਕ ਆ, ਠੀਕ ਸਾਲਿਆ, ਕੀ ਠੀਕ ਆ, ਮੇਰੇ ਕੋਲ ਕਿੱਥੇ 1500 ਰੁਪਈਆ, ਮੇਰੇ ਤਾਂ ਬਸ ਦੀ ਟਿਕਟ ਵੀ ਡਿਪਟੀ ਨੇ ਲਈ। ਓਏ, ਉਹ ਤਾਂ ਮੈਂ ਤੈਨੂੰ ਝੂਠ ਬੋਲਿਆ ਸੀ ਵੀ ਲੈ ਲਈ, ਉਹ ਸਾਲਿਆ ਤੂੰ ਬਦੌਰ ਟਿਕਟ ਆਇਆ, ਸਾਡੇ ਕੋਲ ਤਾਂ ਰਲਾ ਮਿਲਾ ਕੇ 500-700 ਰੁਪਈਏ ਆ ਬਸ। ਜੇ ਵੀਰ ਜੀ ਤੁਸੀਂ ਇੱਦਾਂ ਕਰ ਲਓ, ਇਸ ਮਹੀਨੇ ਦਾ ਕਿਰਾਇਆ ਤੁਸੀਂ ਦੇ ਦਿਓ, ਜਦੋਂ ਅਸੀਂ ਕੰਮ ਤੇ ਲੱਗੇ ਤਾਂ ਮੋੜ ਦਾਂਗੇ। ਹਾਂ, ਉਹ ਬਾਈ ਮੈਂ ਤਾਂ 500 ਰੁਪਏ ਪਿੱਛੇ ਧੱਕੇ ਖਾਂਦਾ ਫਿਰਦਾ ਯਾਰ, 4500 ਰੁਪਈਆ ਦੱਸ ਕਿੱਥੋਂ ਦਊਂਗਾ। ਉਹ ਬਾਹਲਾ ਮਾੜਾ ਹਾਲ ਇਹਨਾਂ ਦਾ ਯਾਰ, ਕੰਮ ਕੀ ਕਰਦਾ ਤੂੰ ਵੀਰੇ?
ਮੈਂ ਹੀ ਆਹੋ ਇਹਨੇ ਬਹੁਤ ਛੇਤੀ ਕਲਰਕ ਲੱਗ ਜਾਣਾ ਇਹਦਾ ਨੀ ਬਾਈ ਮੈਂ ਤੇਰਾ ਪੁੱਛਿਆ ਓ ਮੈਂ ਬਾਈ ਐਕਟਿੰਗ ਕਰਦਾ ਦੇਖ ਅੱਜ ਨਹੀਂ ਤਾਂ ਗੱਲ ਇਹਨੇ ਕਲਰਕ ਲੱਗ ਜਾਣਾ ਆਹ ਬਾਈ ਨੇ ਸਟਾਰ ਬਣ ਜਾਣਾ ਥੋੜਾ ਜਿਹਾ ਹੀਲਾ ਕਰ ਲਾ ਯਾਰ ਹੀਲਾ ਹਾਂ ਇੱਕ ਸਕੀਮ ਲੱਗ ਸਕਦੀ ਆ ਕਿਹੜੀ ਜੇ ਤਾਂ ਮੇਰੇ ਮਕਾਨ ਮਾਲਕ ਦੇ ਸੌਣ ਤੋਂ ਬਾਅਦ ਆ ਜਾ ਕਰੋਗੇ ਤੇ ਉਹਦੇ ਉੱਠਣ ਤੋਂ ਪਹਿਲਾਂ ਨਿਕਲ ਜਾ ਕਰੋਗੇ ਨਾ ਫਿਰ ਤਾਂ ਜਮਾ ਮੁਫਤ 'ਚ ਹੀ ਰਹਿ ਸਕਦੇ ਹਾਂ ਦੱਸੋ ਕੀ ਕਹਿੰਦੇ ਹੋ ਹਾਂ ਠੀਕ ਆ ਉਹਨਾਂ ਦੀ ਗਊ ਦੇ ਕਿਤੇ ਸਿੰਘ ਦੇਖੀ ਦੇ ਯਾਰ ਨਾਲੇ ਪਾਲੀ ਜਦ ਰਹਿਣਾ ਹੀ ਮੁਫਤ 'ਚ ਹੋ ਗਿਆ ਬਾਈ ਤੂੰ ਵੀ ਨਾਲੇ ਚੱਲ ਚਲੋ ਫਿਰ ਸਟਾਰ ਸਾਹਿਬ ਚੱਕੋ ਭਰਾ ਸਾਲਾ ਕੁੱਤੇ ਤੋਂ ਪੜਾਤੇ ਸੀ ਚੁੱਪ ਕਰ ਓਏ ਓਏ ਮੇਰਾ ਮਕਾਨ ਮਾਲਕ ਸੁੱਤਾ ਪਿਆ ਮੈਂ ਉੱਤੇ ਜਾ ਕੇ ਲਾਈਟ ਮਚਾਉਣਾ ਤੁਸੀਂ ਬਾਰੀ ਰਾਹੀਂ ਆ ਜਾਓ ਓਕੇ ਠੀਕ ਆ ਆਪਣੀ ਬੜੀ ਬੜੀ ਆ ਜਾਓ ਉੱਠੋ ਸਵੇਰ ਹੋ ਗਈ ਸੌ ਜਾ ਗਾਂ ਪ੍ਰਭਾਤ ਫੇਰੀ ਤੇ ਜਾਣਾ ਨਾਲੇ ਆਪ ਮਰੋਗੇ ਨਾਲੇ ਹੌਲਦਾਰ ਤੋਂ ਮੈਨੂੰ ਕਟਾਉਂਗੇ ਚੱਲ ਉੱਠ ਉਹ ਚੱਲ ਐ ਕਰ ਦੁੱਧ ਨੂੰ ਬੱਤੀ ਲਾ ਲੈ ਫਿਰ ਸਾਲਿਆ ਨਾਨਕੇ ਆਇਆ ਫਿਰ ਐ ਕਰ ਆਪਣੇ ਵਾਲੀ ਫ੍ਰਿਜ ਚੋਂ ਦੋ ਗਲਾਸ ਪਾਣੀ ਪੀ ਲੈਣ ਦੇ ਉਦੋਂ ਚੁੱਪ ਕਰ ਕੱਪੜੇ ਪਾਓ ਤੇ ਤੁਰਦੇ ਬਣੋ ਇੱਥੋਂ ਓਏ ਜਦ ਵੀਰ ਜੀ ਕਹਿੰਦੇ ਆ ਤਾਂ ਜਾਓ ਸਾਲਾ ਵੀਰ ਜੀ ਦਾ ਸਾਲਿਆ ਆਪ ਤਾਂ ਖਾਏਗਾ ਮੇਰੇ ਵੀ ਪਾਏਗਾ ਨਾਲੇ ਤਿੱਤਰ ਹੋ ਜਾ ਅੱਜ 1500 ਰੁਪਿਆ ਇਕੱਠਾ ਕਰਨਾ ਹੀ ਕਰਨਾ ਚਾਹੇ ਕਿਸੇ ਦੀ ਜੇਬ ਕੱਟਣੀ ਪੈ ਜੇ ਸਾਲੇ ਨੇ ਤੰਗ ਕਰ ਲੈ ਆ ਟੀ ਸ਼ਰਟ ਫੜਾਈ ਮੈਨੂੰ ਇੱਥੋਂ ਓਏ ਆਦਾ ਬਹੁਤ ਡੂੰਗਾ ਓਏ ਸਾਲਿਆ ਇਦੋਂ ਪਹਿਲਾਂ ਕਿਤੇ ਚੋਰੀ ਦਾ ਇਲਜ਼ਾਮ ਲੱਗੇ ਚੱਲ ਕਿਤੇ ਨੌਕਰੀ ਲੱਭ ਲੈਂਦੇ ਹਾਂ ਚੱਲ ਓਹੋ ਓਏ ਐਨੀ ਹੱਸਦਾ ਰਾਕਸ਼ਸ ਥੋੜਾ ਲਾਊਡ ਓਫੋ ਕੋਈ ਨੂੰ ਦੱਸੇਗਾ ਕਿਵੇਂ ਹੱਸਦਾ ਹੈ ਟੂ ਗੁੱਡ ਰਾਕਸ਼ਸ ਥੈਂਕ ਯੂ ਜੀ ਬਸ ਕਦੇ ਮਾਣ ਹੀ ਨਹੀਂ ਕੀਤਾ ਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਰਾਕਸ਼ਸ ਦੀ ਇੰਨੀ ਵਧੀਆ ਐਕਟਿੰਗ ਕਿਵੇਂ ਕਰਦੇ ਹੋ ਮੇਰੇ ਡੈਡੀ ਦੱਸਦੇ ਜਦੋਂ ਮੈਂ ਹੋਣ ਵਾਲਾ ਸੀ ਨਾ ਜੀ ਮੇਰੇ ਮੰਮੀ ਸ਼ਨੀਵਾਰ ਨੂੰ ਟੂਣੇ ਤੋਂ ਹੀ ਟੱਪ ਗਏ ਸੀਗੇ ਜੀ ਹਾਂਜੀ ਇਹ ਤਾਂ ਕੁਛ ਵੀ ਨਹੀਂ ਜੀ ਲਾਸਟ ਈਅਰ ਮੈਨੂੰ ਬੈਸਟ ਰਾਕਸ਼ਸ ਆਫ ਦਾ ਈਅਰ ਅਵਾਰਡ ਮਿਲਿਆ ਸੀਗਾ ਜੀ ਇਹ ਅਵਾਰਡ ਕਦੇ ਸੁਣਿਆ ਤਾਂ ਹੈ ਨਹੀਂ ਉਹ ਪਿੱਛੇ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਸ਼ੁਰੂ ਕੀਤਾ ਨਾ ਜੀ ਓਹੋ ਰਾਕਸ਼ਸ ਜੀ ਰਾਕਸ਼ਸ ਨੂੰ ਡਿਪਟੀ ਕਹਿੰਦੇ ਆ ਓਏ ਮੋਟਰਸਾਈਕਲ ਲੈ ਕੇ ਆਇਆ ਆਹੋ ਚੱਲ ਫਿਰ ਗੇੜੀ ਮਾਰ ਕੇ ਆਈਏ ਹਾਂ ਚੱਲ ਚੱਲ ਆ ਚੱਲ ਫਿਰ ਆਲੋ ਐਡਵਾਂਸ 200 ਰੁਪਏ ਪਰ ਰਹਿਸਲ ਤੇ 1000 ਰੁਪਏ ਪਰ ਸ਼ੋ ਕੋਈ ਨਾ ਜੀ ਤੁਹਾਡੇ ਕਰਕੇ ਕਰ ਲੂੰਗਾ ਜੀ ਹਾਂਜੀ ਸਰ ਇਹ ਨੇ ਆਪਣੇ ਨਵੇਂ ਮਿਊਜ਼ਿਕ ਟੀਚਰ ਬੱਬੂ ਕੀਰਤਪੁਰੀਆ ਇਹਨਾਂ ਨੂੰ ਮੈਂ ਪਹਿਲਾਂ ਵੀ ਮਿਲੀ ਆ ਇੱਕ ਸ਼ੂਟਿੰਗ ਤੇ ਰੀਅਲੀ ਹਾਂਜੀ ਓਕੇ ਤੁਸੀਂ ਇਹਨਾਂ ਨੂੰ ਬੱਚਾ ਨਾਲ ਇੰਟਰੋਡਿਊਸ ਕਰਾਓ ਓਕੇ ਆਈ ਵਿਲ ਸੀ ਯੂ ਲੇਟਰ ਜੀ ਗੁੱਡ ਲੱਕ ਥੈਂਕ ਯੂ ਆ ਜਾਓ ਥੋੜਾ ਇੰਟਰੋਡਕਸ਼ਨ ਕਰਾ ਦਿੰਦੀ ਆ ਮੇਰੇ ਸਟੂਡੈਂਟਸ ਨਾਲ ਹਾਂਜੀ ਪੂਜਾ ਮਨਪ੍ਰੀਤ ਸ਼ਿਵਾਨੀ ਪ੍ਰਬਲੀਨ ਗੁਰਪ੍ਰੀਤ ਬਾਬੂ ਜੀ ਕੀਰਤਪੁਰੀਆ ਜੀ ਜੀ ਫਿਰ ਤੁਸੀਂ ਕਦੋਂ ਤੋਂ ਆ ਰਹੇ ਹੋ ਮੇਰਾ ਤਾਂ ਜੀ ਕਰਦਾ ਮੈਂ ਜਾਵਾਂ ਹੀ ਨਾ ਪਰ ਹੁਣ ਤਾਂ ਕਲਾਸਿਸ ਖਤਮ ਹੋਣ ਵਾਲੀਆਂ ਨੇ ਅੱਛਾ ਜੀ ਚਲੋ ਫਿਰ ਤਾਂ ਕੱਲ੍ਹ ਹੀ ਮਿਲਦੇ ਹਾਂ ਚੰਗਾ ਜੀ ਫਿਰ ਚੰਗਾ ਬੱਚੇ ਹੋ ਦਿਲੋਂ ਸਤਿ ਸ਼੍ਰੀ ਅਕਾਲ ਹੈ ਲੈਟਸ ਕੰਟੀਨਿਊ ਯਾਰ ਬੱਬੂ ਤਾਂ ਕਹਿੰਦਾ ਸੀ ਹੌਲਦਾਰ ਅੱਜ ਨਾਈਟ ਡਿਊਟੀ 'ਤੇ ਆ
ਅੰਦਰੋਂ ਆਵਾਜ਼ਾਂ ਜੀ ਕਦੇ ਆਈ ਜਾਂਦੀਆਂ ਨੇ। ਬਾਈ ਚੂਹੇ ਹੋ ਗਏ। ਉਹ ਯਾਰ ਕੌਣ ਤਾਂ ਇਹਨੂੰ ਉਡੀਕੀ ਜਾਵਾਂਗੇ, ਮੈਂ ਤਾਂ ਕਹਿੰਦਾ ਟਾਕੀ ਟੱਪ ਕੇ ਅੰਦਰ ਚੱਲਦੇ ਹਾਂ, ਮੈਂ ਸਵੇਰੇ ਰਹਿਸਲ 'ਤੇ ਵੀ ਜਾਣਾ। ਉਹ ਸਾਲੇ ਚੰਗਾ ਤੁਹਾਡਾ ਜ਼ਮੀਰ ਜਗਾਇਆ, ਆਪਦਾ ਸੋਣਾ ਵੀ ਔਖਾ ਹੋਇਆ ਪਿਆ। ਉਹ ਭਰਾਵਾ ਕੋਈ ਨੌਕਰੀ ਲੱਭ ਲਾ, ਘੱਟੋ ਘੱਟ ਘਰ ਲੈਣ ਜੋਗੇ ਤਾਂ ਹੋਈਏ। ਯਾਰ ਅੱਜ ਧੱਕੇ ਖਾ ਕੇ ਤਾਂ ਆਇਆ ਬਾਈ, ਟਾਈਮ ਤਾਂ ਲੱਗੂਗਾ ਹੀ। ਓ ਬਾਈ ਓਏ, ਗੈਸ ਵਾਟ ਕੀ ਕਹਿੰਦਾ, ਬੱਟ 'ਤੇ ਜਾ ਕੇ ਸੌਂ ਜਾਓ। ਹੁਣ ਨਹੀਂ ਓਏ, ਕੀ ਹੋਇਆ? ਸਾਲੇ ਹੋ, ਨੌਕਰੀ ਮਿਲ ਗਈ, ਨੌਕਰੀ ਮਿਊਜ਼ਿਕ ਟੀਚਰ ਦੀ, 8000 ਰੁਪਏ ਮਹੀਨਾ। ਕੱਲ ਨੂੰ ਹੁਣ ਤੈਨੂੰ ਭਾਗ ਮਿਲਖਾ, ਭਾਗ ਦਿਖਾਉਣੀ ਆ। ਮੈਨੂੰ ਇੱਕ ਡਰਾਮੇ 'ਚ ਕੰਮ ਮਿਲ ਗਿਆ, ਪਰ ਪੈਸੇ ਨਾ ਪੁੱਛੀ ਯਾਰ। ਉਹ ਦਾਰੂ ਕਿੱਥੇ ਆ ਸਾਲਿਆ? ਪਾਰਟੀ ਸਾਲਿਆ, ਤੂੰ ਤਾਂ ਕਹਿੰਦਾ ਸੀ ਜਦੋਂ ਤੱਕ ਸੈੱਟ ਨਹੀਂ ਹੁੰਦੇ ਪਾਰਟੀ ਨਹੀਂ ਕਰਨੀ। ਸਾਲਿਆ ਇਹਦਾ ਕੀ ਪਤਾ ਕਦੋਂ ਸੈੱਟ ਹੋਵੇ, ਘੱਟੋ ਘੱਟ ਦਾਰੂ ਵੀ ਕਿਤੇ ਸੈੱਟ ਹੋਈ ਹੈ। ਸਾਲੇ ਚੌਥੇ ਬੈਗ ਨਾਲ ਵੀ ਚੇਜ਼ ਕਰਦੇ ਆ ਬਾਈ, ਬਿਲਕੁਲ ਨਵਾਂ ਗਾਣਾ ਗਾਉਣ ਦੇ, ਹੁਣੇ ਹੁਣੇ ਤਿਆਰ ਕੀਤਾ ਤੁਹਾਡੇ ਬਾਈ ਨੇ। ਸਾਲਾ ਗੱਲਾਂ ਦਾ ਧਿਆਨ ਨਾਲ ਸੁਣਿਓ, ਫੇਕ ਲਾ ਕੇ ਕਰੂੰਗਾ ਸ਼ੁਰੂ। ਵਾਹ ਕੀ ਬਾਤ ਹੈ। ਕਈਆਂ ਤੋਂ ਨੀਵੇਂ ਤਾਈਓ ਨਜ਼ਰੋਂ ਲਾਹੇ, ਉਹ ਰਾਹੀ ਮਿਲੀ ਬਸ ਦੀ ਸ਼ੌਕੀ ਪੜ੍ਹਨੇ ਲਈ, ਪੜ੍ਹਨੇ ਲਈ, ਪੜ੍ਹਨੇ ਲਈ, ਮੇਰੀ ਚਿੱਟੀ ਲਾਂਸਰ ਵੱਢਦੀ ਜਾਂਦੀ ਪਾਹੇ। ਬੱਬੂ ਬੱਬੂ ਦਰਵਾਜ਼ਾ ਖੋਲ, ਆ ਬਾਹਰ ਡਸਟਬਿਨ ਕਿਹੜਾ ਖਿਲਾ ਰਿਹਾ ਹੈ? ਓਏ ਉੱਠੋ, ਓਏ ਉੱਠ ਪਾ, ਓਏ ਉੱਠ, ਬੰਗਾ ਪੈ ਗਿਆ। ਓ ਸਾਲਿਆ, ਮੇਰਾ ਮਕਾਨ ਮਾਲਕ ਆ ਗਿਆ, ਉੱਠੋ ਭੱਜੋ ਸਾਲਿਓ, ਆ ਸੈੱਟ ਸਮਾਨ ਦੇ ਪਰੇ। ਕੀ ਗੱਲ ਦੰਗੀ ਹੋ ਗਈ ਤਾਲੀ ਓਏ, ਤੇ ਸਾਲਾ ਉਹਨਾਂ ਨੇ ਬਾਗ ਮਿਲਖਾ ਬਾਗ ਦਾ ਗੀਤ ਗਾਉਣੀ ਸੀ, ਮੈਨੂੰ ਵੀ ਜਾਣ ਲੱਗੇ। ਚਲੋ ਚੱਲ ਚੱਲ ਚਲੋ, ਹਾਂ ਬਹੁਤ ਚਲੋ, ਉਹ ਬਚਾ ਕੇ ਆ ਗਿਆ। ਉਹ ਤਾਂ ਖੋਲ ਦਾ ਜਾਂ ਮੈਂ ਤੋੜ ਕੇ ਬਸ, ਖੋਲ ਦਾ ਬਾਜੀ, ਸਾਹ ਉੱਚੇ ਗਏ ਓਏ ਓਏ, ਤੂੰ ਪਿੱਛੇ ਆ, ਆ ਕੌਣ ਹੈ? ਮੈਨੂੰ ਨੀ ਪਤਾ ਭਾਜੀ। ਤੈਨੂੰ ਨੀ ਪਤਾ? ਨਾ ਜੀ। ਉਸ ਸਾਲਿਆ, ਉਹ ਗੁੱਗੂ ਭਾਈ ਤੋਂ ਥੋੜੀਓ ਮੰਗਲਾ। ਉਹ ਸਾਲਿਆ ਗੁੱਗੂ ਭਾਜੀ ਕਾਰਪੈਂਟਰ, ਉਹ ਭਾਜੀ ਤੇਲ ਤੂਲ ਫੜਾ ਦੋ, ਤਿਲ ਕੇ ਨਿਕਲ ਜਾਵੇ। ਸਾਲਿਆ ਗੁੱਗੂ ਭਾਜੀ ਕਾ ਤੇਲ ਹੀ ਹੈ ਜਿਹੜਾ ਤੇਲ ਫੜਾਉਣਗੇ, ਆ ਭਾਜੀ ਇਥੋਂ ਗ੍ਰੀਸ ਫੜਾਓ ਭਾਜੀ। ਸਾਲਿਓ ਗ੍ਰੀਸ ਨੂੰ ਕਿਤੇ ਭਾਜੀ ਵਰਕਸ਼ਾਪ ਲੈ ਲੈਣਾ ਗ੍ਰੀਸ ਤੁਹਾਨੂੰ ਸਾਲਿਓ। ਆ ਚੱਕੋ ਆਪਣੀ ਡੰਡ ਫੋੜੀ, ਜੇ ਅੱਜ ਤੋਂ ਬਾਅਦ ਮੇਰੇ ਘਰ ਦੇ ਨੇੜੇ ਤੇੜੇ ਵੀ ਦਿਸ ਗਏ ਨਾ, ਸਾਲਿਆਂ ਨੂੰ ਥਾਣੇ 'ਚ ਲੰਮੇ ਪਾ ਕੇ ਕੁੱਟੂ। ਭਾਜੋ ਸਾਲੇ ਫੁਕਰੇ। ਚੰਗਾ ਭਲਾ ਮੈਂ ਇੱਥੇ ਸੈੱਟ ਸੀਗਾ, ਸਾਲਿਆਂ ਨੇ ਆ ਕੇ ਮੈਨੂੰ ਵੀ ਉਜਾੜਤਾ। ਸਵਾ ਸੈੱਟ ਸੀ, ਕੱਚੀ ਟਾਕੀ ਵਾਲੇ ਮਕਾਨ 'ਚ ਰਹੀਆਂ ਨਾ, ਸੈੱਟ ਸੀ ਤੂੰ। ਮੈਂ ਸਾਲੇ ਦਾ ਇੱਟ ਮਾਰੂੰਗਾ, ਦੱਸ ਮੇਰੀ ਕਿਹਨੇ ਖਿਲਾ ਰਿਹਾ ਸੀ? ਸਾਲੇ ਖਾਧੀ ਪੀਤੀ 'ਚ ਕੀ ਪਤਾ ਲੱਗਦਾ ਕਿਹਨੇ ਖਿਲਾ ਰਿਹਾ? ਮੈਨੂੰ ਸਾਲਾ ਇਹ ਨਹੀਂ ਸਮਝ ਆਉਂਦਾ ਵੀ ਹੁਣ ਰਹਿਣਾ ਕਿੱਥੇ ਆ। ਚੱਲ ਤੂੰ ਹੌਸਲਾ ਰੱਖ, ਕਰਦੇ ਆ ਕੋਈ ਨਾ ਕੋਈ ਜਗਾੜ। ਸਾਲੇ 1500 ਚੁਰੇ ਚਾਰੇ ਰਹੀ ਜਾਂਦੇ ਸੀ, ਹੁਣ ਇਦੋਂ ਸਸਤਾ ਕਿੱਥੋਂ ਲੱਭ ਲਓਗੇ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੱਭਣਾ ਕਾਹਦੇ ਲਈ ਹੈ, ਟਾਕੀ ਟੁੱਟੀ ਹੈ, ਮੋਰੀ ਬੀਜੀ ਟੱਪ ਕੇ ਚਾਰੇ ਜਣੇ ਅੰਦਰ ਹੀ ਰਹਿ ਜਾਵਾਂਗੇ। ਓ ਤੇਰੀ ਗੱਲ ਜੱਚੀ ਨਹੀਂ ਗੱਲ। ਦੇਖ ਯਾਰ, ਤੂੰ ਸ਼ਹਿਰ 'ਚ ਕਿਤੇ ਨਾ ਕਿਤੇ ਕੋਈ ਸਸਤਾ ਮਕਾਨ ਤਾਂ ਲੱਭ ਜੂਗਾ। ਚਲੋ ਚੱਲੀਏ। ਚਲੋ ਚੱਲ ਲੱਭ ਲਾਂਗੇ ਯਾਰ। ਕਿਰਾਏ 'ਚ ਭਾਵੇਂ ਕਿਰਪਾਲ ਸਿੰਘ ਗਿੱਲ ਨੂੰ ਚਾਰ ਛਿੱਲੜ ਘੱਟ ਵੱਜ ਜਾਣ, ਉਹਦੀ ਕੋਈ ਟੈਨਸ਼ਨ ਨਹੀਂ, ਕਿਉਂਕਿ ਸੁੱਖ ਨਾਲ ਮੈਂ ਫੌਜ 'ਚੋਂ ਸੂਬੇਦਾਰ ਮੇਜਰ ਰਿਟਾਇਰ ਹੋਇਆ। ਪਰ ਇੱਕ ਗੱਲ ਮੈਨੂੰ ਸੱਚ ਸੱਚ ਦੱਸ ਦਿਓ ਵੀ ਤੁਸੀਂ ਦੋਵੇਂ ਛੜੇ ਹੋ? ਹਾਂਜੀ ਹਾਂਜੀ ਛੜੇ ਹਾਂ ਜੀ। ਕਿਵੇਂ ਸਾਲੇ ਹੁੱਬ ਕੇ ਦੱਸਦੇ ਆ, ਜਿਵੇਂ ਛੜਾ ਆਰਮੀ ਦੀ ਹਾਈਐਸਟ ਪੋਸਟ ਹੋਵੇ। ਸੌਰੀ ਜਵਾਨ, ਦੋ ਮਕਾਨ। ਪਰ ਕਿਉਂ ਜੀ, ਮਕਾਨ ਕਿਉਂ ਨਹੀਂ ਮਿਲ ਸਕਦਾ? ਤੁਸੀਂ ਮਕਾਨ ਭਾਲ ਦਿਓ, ਮੈਂ ਛੜੇ ਬੰਦੇ ਦੀ ਮਕਾਨ ਨਾ ਜਾਵਾਂ। ਸਮਝੇ ਨਹੀਂ ਜੀ। ਸਮਝਾ ਤਾਂ ਮੇਰਾ ਬਾਪੂ ਗਿਆ ਸੀ ਮੈਨੂੰ ਵੀ ਕਾਕਾ ਜ਼ਿੰਦਗੀ 'ਚ ਕਦੇ ਝਾੜੂ ਖੜਾ ਨਾ ਰੱਖੀ ਤੇ ਕਿਰਾਏਦਾਰ ਛੜਾ ਨਾ ਰੱਖੀ। ਪਰ ਤੁਸੀਂ ਛੜਿਆਂ ਤੋਂ ਇੰਨੀ ਨਫ਼ਰਤ ਕਿਉਂ ਕਰਦੇ ਹੋ ਜੀ? ਨਫ਼ਰਤ? ਘਰ 'ਚ ਜਵਾਨ ਭਤੀਜੀ ਆ, ਤੁਹਾਡੇ ਵਰਗੇ ਦੋ ਛੜੇ ਮਸਟੰਡਿਆਂ ਨੂੰ ਮੈਂ ਕਿਵੇਂ ਬਾਲ ਲੂ? ਮੈਂ ਤਾਂ ਘਰੇ ਕਦੇ ਵਾਜਪਾਈ ਦਾ ਕੈਲੰਡਰ ਨਹੀਂ ਕੰਧ 'ਤੇ ਟੰਗਣ ਦਿੱਤਾ। ਤੁਸੀਂ ਤਾਂ ਅੰਕਲ ਗੱਲ ਹੋਰੇ ਪਾਸੇ ਲੈ ਗਏ। ਸੌਰੀ ਜਵਾਨ, ਨੋ ਰੂਮ ਫਾਰ ਛੜਾ, ਸ਼ਾਬਾਸ਼। ਤੁਹਾਨੂੰ ਕਿਹਨੇ ਕਿਹਾ ਜੀ ਅਸੀਂ ਛੜਿਆ? ਸਾਡੀਆਂ ਦੋਵਾਂ ਦੀਆਂ ਵੋਟੀਆਂ ਤਾਂ ਵਹੀਆਂ ਹੋਈਆਂ ਜੀ। ਕਮਾਲ ਹੈ, ਛੜਿਆਂ ਦੀਆਂ ਭੈਣਾਂ ਹੁੰਦੀਆਂ ਤਾਂ ਬਥੇਰੀਆਂ ਨਹੀਂ ਸੁਣਿਆ, ਵੋਟੀਆਂ ਵੀ ਹੁੰਦੀਆਂ ਸਾਲਾ, ਅੱਜ ਪਤਾ ਲੱਗਿਆ। ਆ ਕੀ ਗੱਲ, ਪਹਿਲਾਂ ਆਪਣੀਆਂ ਵੋਟੀਆਂ ਵਿਆਹ ਕੇ ਗਾਹਾਂ ਕਿਸੇ ਨੂੰ ਡੋਨੇਟ ਕਰਤੀਆਂ ਸੀ? ਤੁਸੀਂ ਸਮਝੇ ਨਹੀਂ ਜੀ, ਸਾਡੇ ਦੋਵਾਂ ਦਾ ਵਿਆਹ ਹੋਇਆ, ਛੜਾ ਤਾਂ ਸਾਡੀ ਕਾਸਟ ਆ। ਮਾਈਸੈਲਫ ਪਾਲੀ ਛੜਾ, ਦਿਸ ਇਜ਼ ਮਾਈ ਕਜ਼ਨ ਜੱਸ ਛੜਾ। ਛਾਬੜੇ ਤਾਂ ਬਥੇਰੀਆਂ ਨਹੀਂ ਸੁਣਿਆ, ਸਾਲੀ ਛੜਾ ਵੀ ਕੋਈ ਕਾਸਟ ਹੁੰਦੀ, ਅੱਜ ਪਤਾ ਲੱਗਿਆ। ਵਜਾ ਵਜਾ ਕਰਾਤੀ ਬਾਈ, ਪਰ ਐਡੀ ਗੰਦੀ ਕਾਸਟ ਵਾਲੇ ਦੇ ਹੱਥ ਤਾਂ ਕੋਈ ਕੱਟੀ ਦਾ ਸੰਗਲ ਨਹੀਂ ਦਿੰਦਾ, ਤੁਹਾਨੂੰ ਕੁੜੀਆਂ ਕਿਹਨੇ ਦੇਤੀਆਂ? ਜ਼ਰੂਰ ਕੁੜੀ ਵਾਲੇ ਕਿਸੇ ਗੱਲੋਂ ਕਾਣੇ ਹੋਣੇ ਆ। ਖੈਰ, ਚਵਾਰਾ ਤਾਂ ਤੁਹਾਨੂੰ ਮੈਂ ਆਪਣਾ ਦੇ ਦੂੰ ਕਿਰਾਏ 'ਤੇ, ਉਹਦੀ ਕੋਈ ਪ੍ਰੋਬਲਮ ਨਹੀਂ। ਪਰ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਓ,
जे कल नूं मेरी भतीजी नाल कोई ऊच नीच होई तां इह सोच लिओ कि वोटियां तुहाडे दोहां दीआं वी बचदीआं क्योंकि सूबेदार मेजर कृपाल सिंह गिल ओह वी छड़ा ही है। ना तुसी ब्याहे के कर लिया होए होर आहो पर साले ओ जनानियां कित्थों लैके आओगे ओ वी हो गईआं लै ਇਹ ਤਾਂ ਘਰ ਦੇ ਨਾਲ ਨਾਲ ਸਾਲੇ ਜਨਾਨੀਆਂ ਵੀ ਕਰੀ ਬੈਠੇ ਨੇ ਉਹ ਸਾਲਾ ਮੈਥੋਂ ਹਸਬੈਂਡ ਬਣ ਗਿਆ ਉਹ ਸਾਲਾ ਮੈਥੋਂ ਹਸਬੈਂਡ ਬਣ ਗਿਆ ਯੈਸ ਵੀਰ ਜੀ ਹਸਬੈਂਡ ਹੀ ਵਾਈਫ ਨਾ ਸਾਲਾ ਕੀ ਮਤਲਬ ਹੈ ਤੇਰਾ ਓਏ ਦੱਸ ਓਏ ਦੇਖ ਬਾਈ ਜਿੱਦਾਂ ਤੂੰ ਪਿੰਡ 'ਚ ਸਰੂਪਨਗਾ ਬਣ ਕੇ ਰਹਿੰਦਾ ਸੀ ਉਦਾਂ ਹੀ ਸਾੜੀਆਂ ਬਣ ਕੇ ਇਸ ਘਰ 'ਚ ਰਹਿਣਾ ਨਾਲੇ ਸਾਡੀ ਵੋਟੀ ਬਣ ਕੇ ਉਹ ਪਰਾਂ ਮਰੋ ਤੁਸੀਂ ਓਏ ਤੁਹਾਡੇ ਨਾਲ ਸੌਣ ਨਾਲੋਂ ਤਾਂ ਮੈਂ ਸਟੇਸ਼ਨ 'ਤੇ ਬਹਿ ਕਿਸੇ ਭਈਏ ਨਾਲ ਸੌਂਜੂਗਾ ਸਾਲੇ ਇੰਨੇ ਵੀ ਨਹੀਂ ਮਾੜੇ ਇੰਨੀ ਮੁਸ਼ਕਿਲ ਹੈ ਕਿ ਮਕਾਨ ਮਿਲਿਆ ਸਮਝਾਓ ਇਹਨੂੰ ਹਾਂ ਉਹ ਮੰਨ ਜਾ ਯਾਰ ਨਾਲੇ ਇੱਥੇ ਬਲਾਊਜ਼ ਵੀ ਬਾਲੇ ਕੈਂਡ ਮਿਲਦੇ ਆ ਮੈਂ ਥਾਪੜਾ ਮਾਰੂ ਮੈਂ ਕਰੋ ਧਰਮਿੰਦਰ ਬਣਨਾ ਆਇਆ ਤੂੰ ਮੈਨੂੰ ਹੇਮਾ ਮਾਲਣੀ ਬਣਾਈ ਜਾਂਦਾ ਆਹੋ ਮੈਨੂੰ ਬਣਾ ਕੇ ਸੜਕ ਦੱਸਣ ਜੇ ਦਾ ਤੂੰ ਬਣ ਜਾ ਧਰਮਿੰਦਰ ਉਹ ਯਾਰ ਜਿੰਨਾ ਚਿਰ ਘਰ ਨਹੀਂ ਮਿਲਦਾ ਉਹਨਾਂ ਚਿਰ ਹੀ ਸਾੜੀਆਂ ਪਾਉਣੀਆਂ ਦੇਖ ਬਈ ਡਿਪਟੀ ਜੇ ਰਹਿਣ ਨੂੰ ਛੱਤ ਨਾ ਮਿਲੀ ਫਿਰ ਸਾਰੀ ਉਮਰ ਪਿੰਡ 'ਚ ਸਾੜੀਆਂ ਪਾਪਾ ਘੁੰਮੀ ਹੋਰ ਕੀ ਮੰਨ ਜਾਣਾ ਯਾਰ ਮੰਨ ਜਾ ਯਾਰ ਬਾਈ ਪਲੀਜ਼ ਇੱਕ ਕਾਮਯਾਬ ਕਲਾਕਾਰ ਬਣਨ ਲਈ ਵੀ ਪਤਾ ਨਹੀਂ ਕੀ ਕੁਛ ਕਰਨਾ ਪੈਂਦਾ ਚਲੋ ਠੀਕ ਹੈ ਯਾਰ ਉਹ ਬੱਲੇ ਇਹਨੂੰ ਕਹਿੰਦਾ ਯਾਰ ਉਹ ਪਰ ਸਾੜੀ ਪਵਾ ਕੇ ਕਿਤੇ ਯਾਰ ਮਾਰ ਨਾ ਕਰਦੇ ਹੋ ਨਹੀਂ ਉਹ ਪਰ ਗੱਲ ਸੁਣੋ ਏ ਆਪਣੀ ਤਿੰਨਾਂ ਦੀ ਇੱਕੋ ਹੀ ਘਰ ਵਾਲੀ ਹੋਊਗੀ ਸਾਲਿਆ ਦੂਜੀ ਘਰ ਵਾਲੀ ਤੂੰ ਬਣੇਗਾ ਓਏ ਤੂੰ ਪਰਾਂ ਮਰ ਨਾ ਹੁਣ ਤੇਰੇ ਵਾਰੀ ਬਲੌਜ ਮੁੱਕ ਗਏ ਉਹ ਨਹੀਂ ਨਹੀਂ ਯਾਰ ਸਾੜੀ ਪਾ ਕੇ ਤਾਂ ਮੇਰਾ ਢਿੱਡ ਦਿਖੂਗਾ ਉਹ ਸਾਲਿਆ ਕਿਧਰੇ ਤੇਰੀ ਧੁੰਨੀ ਕਾਲੀ ਹੁੰਦੀ ਸੂਟ ਪਾ ਲਿਆ ਕਰੀ ਨਾਲੇ ਊਂ ਵੀ ਮੈਂ ਸੁਣਿਆ ਇੱਥੇ ਪੰਜਾਬੀ ਸੂਟ ਬਾਹਲੀ ਸੋਹਣੇ ਮਿਲਦੇ ਆ ਉਹ ਨਾਲੇ ਸਾੜੀ ਬਣਨੀ ਔਖੀ ਆ ਵੀ ਮੈਂ ਵੀ ਸੂਟ ਹੀ ਪਾਇਆ ਕਰੂੰ ਚਲੋ ਫੇਰ ਛੇਤੀ ਛੇਤੀ ਚਾਹ ਮਗਾਓ ਆਪਾਂ ਵੈਕਸ ਵੀ ਕਰਾਉਣੀ ਆ ਯੈਸ ਓਏ ਫੋਟੋ ਜ਼ੀਰੋ ਏ ਆ ਜੀ ਨੀਰੂ ਹੈਲੋ ਜੀ ਨੀਰੂ ਬਾਜਵਾ ਨਹੀਂ ਜੀ ਨਹੀਂ ਨੀਰੂ ਛੜਾ ਤੇ ਇਹ ਆ ਜੀ ਪਿੰਕੀ ਮੋਗੇ ਵਾਲੀ ਨਹੀਂ ਜੀ ਪਿੰਕੀ ਛੜਾ ਮੈਨੂੰ ਸਮਝ ਨਹੀਂ ਆਈ ਇੱਕ ਗੱਲ ਦੀ ਵੀ ਐਡੀਆਂ ਸੋਹਣੀਆਂ ਤੁਹਾਡੀਆਂ ਘਰ ਵਾਲੀਆਂ ਤੇ ਤੁਹਾਨੂੰ ਮਕਾਨ ਲੱਭਣ 'ਚ ਫਿਰ ਵੀ ਇੰਨੀ ਦਿੱਕਤ ਆਈ ਉਹ ਬਸ ਜੀ ਇਹੀ ਤਾਂ ਦਿੱਕਤ ਆ ਕਿ ਸੋਹਣੀਆਂ ਨੇ ਜਿੱਥੇ ਵੀ ਗਏ ਮਕਾਨ ਮਾਲਕ ਚੰਦਰੇ ਹੀ ਟੱਕਰੇ ਅਸੀਂ ਦੋਵੇਂ ਵੀਰੇ ਕੰਮ 'ਤੇ ਜਾਣ ਲੱਗੇ ਕਹਿ ਜਾਂਦੇ ਸੀ ਕਿ ਪਿੱਛੋਂ ਨਿਗਾਹ ਰੱਖਿਓ ਨਿਗਾਹ ਤਾਂ ਕੀ ਮੇਰੇ ਸਾਲੇ ਦੇ ਅੱਖ ਹੀ ਰੱਖ ਲੈਂਦੇ ਸੀ ਵੈਸੇ ਸੂਬੇਦਾਰ ਸਾਹਿਬ ਤੁਸੀਂ ਤਾਂ ਨਹੀਂ ਇਹੋ ਜਿਹੇ ਹੈਗੇ ਨਾ ਹੈ ਜੀ ਮੇਰਾ ਮਤਲਬ ਤੁਹਾਡੀ ਨੀਤ ਤਾਂ ਠੀਕ ਹੈ ਨਾ ਨੀਤ ਬਦਲਣ ਲੱਗੇ ਕਿਤੇ ਟਾਈਮ ਲੱਗਦਾ ਹਾਂਜੀ ਮੇਰੇ ਕਹਿਣ ਦਾ ਮਤਲਬ ਤੁਸੀਂ ਹੈ ਹੀ ਐਡੀਆਂ ਸੋਹਣੀਆਂ ਇਹਦੇ 'ਚ ਮਕਾਨ ਮਾਲਕਾਂ ਦਾ ਕੀ ਕਸੂਰ ਖੈਰ ਮੈਨੂੰ ਇਹ ਦੱਸੋ ਤੁਹਾਡੇ ਦੋਹਾਂ 'ਚੋਂ ਕੌਣ ਕਿਹਦਾ ਘਰ ਹੈ ਇਹ ਨੇ ਜੀ ਮੇਰੇ ਘਰ ਵਾਲੇ ਦੋਵੇਂ ਨਹੀਂ ਨਹੀਂ ਜੀ ਇਹ ਇਕੱਲੇ ਤੇ ਇਹ ਨੀਰੂ ਦੇ ਘਰ ਵਾਲੇ ਨੇ ਓ ਮੈਂ ਸੋਚਿਆ ਦੋਵੇਂ ਤੁਹਾਡੇ ਪਤੀ ਨੇ ਨਹੀਂ ਤੇ ਤੁਸੀਂ ਇਕੱਲੇ ਹੋ ਹਾਏ ਸੱਚ ਕਹਿ ਗਏ ਬਾਪੂ ਜੀ ਫੌਜੀ ਰਫਲ ਤੋਂ ਤੇ ਘੋੜੀ ਨਸਲ ਤੋਂ ਪਛਾਣੀ ਜਾਂਦੀ ਹੈ ਅਜੇ ਫੇਰ ਵੀ ਤੁਹਾਨੂੰ ਉੱਪਰ ਰਹਿਣ ਦੇ ਵਿੱਚ ਜਗ੍ਹਾ ਘੱਟ ਲੱਗੇ ਤੁਹਾਡੇ 'ਚੋਂ ਇੱਕ ਅੱਧਾ ਜਾਣਾ ਥੱਲੇ ਆ ਕੇ ਐਡਜਸਟ ਹੋ ਸਕਦਾ ਉਹਦੇ ਲਈ ਭਾਵੇਂ ਮੈਨੂੰ ਕਿਰਾਇਆ ਹੋਰ ਘੱਟ ਦੇ ਦਿਓ ਨਹੀਂ ਜੀ ਅਸੀਂ ਕਿਰਾਇਆ ਵੀ ਪੂਰਾ ਦੇਵਾਂਗੇ ਤੇ ਐਡਜਸਟ ਵੀ ਉੱਪਰ ਹੀ ਹੋਵਾਂਗੇ ਹਾਂ ਮੇਰੇ ਨਾਲ ਹੀ ਨਾ ਐਡਜਸਟ ਹੋਇਆ ਕੋਈ ਹਾਂਜੀ ਮੇਰਾ ਮਤਲਬ ਜਦੋਂ ਅਸੀਂ ਫੌਜ 'ਚ ਹੁੰਦੇ ਸੀ ਅਸੀਂ ਇੱਕੋ ਤੰਬੂ 'ਚ 20 ਜਾਣੇ ਐਡਜਸਟ ਹੋ ਜਾਂਦੇ ਸੀ ਹਾਏ ਅੱਲਾ ਦੇਖੋ ਨਾ ਚਾਚਾ ਜੀ ਹਾਏ ਜਸਮੀਤ ਆਓ ਬੇਟਾ ਮੀਠਾ ਇਹ ਮੇਰੀ ਭਤੀਜੀ ਜਸਮੀਤ ਤੇ ਇਹ ਨੇ ਆਪਣੇ ਨਵੇਂ ਕਿਰਾਏਦਾਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਇਹ ਮੇਰੀ ਵਾਈਫ ਨੀਰੂ ਸਤਿ ਸ਼੍ਰੀ ਅਕਾਲ ਜੀ ਤੇ ਇਹ ਆ ਜੀ ਮੇਰੀ ਬਿਊਟੀਫੁਲ ਵਾਈਫ ਪਿੰਕੀ ਛੜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੁਹਾਡੀ ਸ਼ਕਲ ਤੇ ਜਮਾ ਹੀ ਜਮਾ ਨਹੀਂ ਜੀ ਮਿਲਦੀ ਕਿਸੇ ਨਾਲ ਕਿਹਦੇ ਨਾਲ ਵੈਸੇ ਸਾਡੇ ਨਵੇਂ 뮤직 ਟੀਚਰ ਬੱਬੂ ਨਾਲ ਬਿਲਕੁਲ ਐਦਾਂ ਲੱਗਦਾ ਜਿਵੇਂ ਉਹੀ ਲੇਡੀ ਸੂਟ ਪਾ ਕੇ ਖੜੇ ਹੋਣ ਹੁਣ ਮੇਰੀ ਕੀ ਗਲਤੀ ਆ ਉਹ ਮੇਰਾ 2 ਸਾਲ ਛੋਟਾ ਜੁੜਵਾ ਭਰਾ ਹੈ ਜੀ ਇੱਕ ਮਿੰਟ ਇੱਥੇ ਸਾਲਾ 2 ਮਿੰਟ ਦਾ ਫਰਕ ਹੋਵੇ ਅਸੀਂ ਤਾਂ ਨਹੀਂ ਜੋੜਾ ਭਰਾ ਮੰਨਦੇ
ਤੇਥੋਂ 2 ਸਾਲ ਛੋਟਾ ਜੋੜਾ ਕਿਵੇਂ ਹੋ ਗਿਆ? ਓ ਨਹੀਂ ਜੀ ਸੂਬੇਦਾਰ ਸਾਹਿਬ, ਅਸਲ ਦੇ ਵਿੱਚ ਇਹਨਾਂ ਦੀ ਸ਼ਕਲਾਂ ਇੰਨੀਆਂ ਜ਼ਿਆਦਾ ਮਿਲਦੀਆਂ ਨੇ, ਇੰਨੀਆਂ ਜ਼ਿਆਦਾ ਮਿਲਦੀਆਂ ਨੇ, ਸਾਰੇ ਲੋਕ ਪਿਆਰ ਨਾਲ ਇਹਨਾਂ ਨੂੰ ਜੁੜਮਾ ਜੁੜਮਾ ਤੁਸੀਂ ਕਹਿੰਦੇ ਹੋ, ਫਿਰ ਹੋ ਸਕਦਾ ਜੁੜਵੇ ਹੋਣ। ਉਹਨਾਂ ਨੂੰ ਪਤਾ ਤੁਸੀਂ ਇੱਥੇ ਰਹਿਣਾ ਹੈ? ਨਹੀਂ ਜੀ ਨਹੀਂ, ਤੇ ਆਪਾਂ ਕੱਲ ਹੀ ਸੱਦ ਲੈਣੇ ਆ। ਨਾ ਜੀ ਨਾ, ਵੀ ਹੇਟ ਟੁਗੇਦਰ। ਹੇਟ ਟੁਗੇਦਰ ਨਹੀਂ ਹੁੰਦਾ, ਹੇਟ ਟੀਚਰ ਹੁੰਦਾ। ਚਲੋ ਜਿੱਦਾਂ ਮਰਜ਼ੀ ਹੈ, ਤੁਸੀਂ ਸਮਝ ਤਾਂ ਗਏ ਹੀ ਨਾ। ਤੁਸੀਂ ਸਮਝਾਤਾ, ਮੈਂ ਸਮਝ ਗਿਆ। ਅੰਕਲ ਜੇ ਥੋੜੀ ਛਾਣਬੀਨ ਤੇ ਟੋਕਾ ਟਾਕੀ ਪੂਰੀ ਹੋ ਗਈ ਹੋਵੇ, ਕੀ ਅਸੀਂ ਆਪਣੇ ਕਮਰੇ ਜਾ ਸਕਦੇ ਹਾਂ? ਨਹੀਂ। ਹਾਂ, ਮੈਂ ਤਾਂ ਸਿਰਫ ਇੰਨੀ ਕੇ ਬੇਨਤੀ ਕਰਨੀ ਸੀ ਕਿ ਅੱਜ ਰਾਤ ਦਾ ਖਾਣਾ ਮੇਰੇ ਵੱਲ। ਸੋ ਸਵੀਟ। ਠੀਕ ਹੈ, ਕਿਉਂਕਿ ਸਾਡੇ ਰਿਵਾਜ਼ ਆ, ਅਸੀਂ ਪਹਿਲੇ ਦਿਨ ਨਵੀਂ ਵੋਟੀ ਨੂੰ ਚੌਂਕੇ ਨਹੀਂ ਚਾੜਦੇ। ਨਹੀਂ ਜੀ, ਪਰ ਇਹਨਾਂ ਦੇ ਰਿਵਾਜ਼ ਹੈ, ਇਹ ਪਹਿਲੇ ਦਿਨ ਨਵੀਂ ਵੋਟੀ ਨੂੰ ਚੁਆਰੇ ਚਾੜ ਦਿੰਦੇ ਨੇ। ਚਲੋ ਚੱਕੋ ਸਮਾਨ। ਚਲੋ ਚੱਕੋ ਚੱਕੋ ਜੀ। ਹਾਂ, ਹਰੀ ਅਪ। ਥੈਂਕ ਯੂ ਸਾਲੀ, ਗਲਤੀ ਹੋ ਗਈ, ਮੈਂ ਚੁਬਾਰੇ ਥੱਲੇ ਪਾ ਲੈਣਾ ਸੀ। ਤੁਹਾਨੂੰ ਸਾਲਾ ਇਹੀ ਘਰ ਮਿਲਿਆ ਸੀਗਾ ਰਹਿਣ ਨੂੰ? ਹੁਣ ਸਾਨੂੰ ਥੋੜਾ ਨਾ ਪਤਾ ਸੀ ਕਿ ਹਰ ਥਾਂ ਤੇ ਢੋਲਕੀਆਂ ਵੱਜੇ ਵਜਾਉਂਦਾ ਫਿਰਦਾ ਤੂੰ। ਓਏ ਬਕਵਾਸ ਨਾ ਕਰ, ਕੱਲ ਦਾ ਸਟਾਰ ਆ ਮੈਂ। ਵੱਡਾ ਸਟਾਰ ਉਹ, ਤੈਨੂੰ ਕੋਈ ਪਛਾਣਦਾ ਨਹੀਂ, ਜਿੱਥੇ ਲੋੜ ਨਹੀਂ ਉੱਥੇ ਲੋਕ ਤੈਨੂੰ ਪਛਾਣੀ ਜਾਂਦੇ ਆ। ਉਹ ਛੱਡੋ ਯਾਰ, ਹੁਣ ਐਂ ਦੱਸੋ ਵੀ ਆ ਹਮਸ਼ਕਲ ਵਾਲੇ ਸਿਆਪੇ ਦਾ ਕੀ ਕਰਨਾ? ਦੇਖ ਬਾਈ, ਭੈਣ ਭਰਾ ਦੋਹਾਂ ਚੋਂ ਇੱਕ ਪਾਸੇ ਲੰਗ ਮਾਰ ਕੇ ਤੁਰਿਆ ਕਰ, ਜਸਮੀਤ ਨੂੰ ਆਪੇ ਵਿਸ਼ਵਾਸ ਹੋਜੂ ਕਿ ਤੁਸੀਂ ਅੱਡ ਅੱਡ। ਲੈ ਦੱਸ। ਤੇ ਮੈਂ ਕੀ ਮਾਰਾਂ, ਉਹ ਬੁੜਾ ਮੇਰੇ ਤੇ ਲਾਈਨ ਮਾਰੀ ਜਾਂਦਾ। ਵੈਸੇ ਤੁਸੀਂ ਆਲਰੇਡੀ ਅੰਦਰ ਹੀ ਹੋ ਜੀ, ਸਾਡੇ ਚੁਬਾਰੇ ਦਾ ਅੰਦਰ ਇੱਥੋਂ ਸ਼ੁਰੂ ਹੁੰਦਾ। ਆਜੋ ਜੀ, ਆਜੋ। ਮੈਂ ਤੁਹਾਡੇ ਲਈ ਖਾਣਾ ਲੈ ਕੇ ਆਇਆ ਸੀ, ਤੁਸੀਂ ਅੱਜ ਚੁੱਲ੍ਹਾ ਨਹੀਂ ਨਾ ਬਾਲਿਆ ਹੋਣਾ, ਪਰ ਤੁਸੀਂ ਇੰਨੇ ਬੌਂਦਲੇ ਕਿਉਂ? ਨਹੀਂ ਨਹੀਂ ਜੀ, ਨਵੀਂ ਨਵੀਂ ਜਗ੍ਹਾ ਨਾ, ਇਸ ਲਈ ਜੀ। ਨਵੀਂ ਜਗ੍ਹਾ ਨੂੰ ਸਪੇਸ ਤੇ ਆਏ ਹੋ? ਤੁਹਾਡੀਆਂ ਵੋਟੀਆਂ ਨਹੀਂ ਦਿਖਦੀਆਂ। ਉਹ ਤਾਂ ਜੀ ਨਹਾਉਣ ਗਈਆਂ ਨੇ ਦੋਵੇਂ ਇਕੱਠੀਆਂ ਹੀ, ਇੱਕ ਦੂਜੇ ਦੀ ਪਿੱਠ ਤੇ ਸਾਬਣ ਲਾਉਣ ਲਈ। ਉਹ ਆਪਦਾ ਪੂਰੀ ਪਿੱਠ ਤੇ ਹੱਥ ਨਹੀਂ ਨਾ ਜਾਂਦਾ। ਹੱਥ ਤਾਂ ਕਿਸੇ ਦਾ ਵੀ ਨਹੀਂ ਪਿੱਠ ਤੇ ਜਾਂਦਾ ਹੁੰਦਾ ਪੂਰਾ। ਮੈਨੂੰ ਵੇਖੋ, ਹੁਣ ਤੱਕ ਕਦੇ ਖਿਆਲ ਹੀ ਨਹੀਂ ਆਇਆ, ਨਹੀਂ ਮੈਂ ਵੀ ਆਪਣੀ ਪਿੱਠ ਤੇ ਸਾਬਣ ਲਵਾ ਲੈਂਦਾ ਕਿਸੇ ਕੋਲੋਂ। ਹਾਂਜੀ, ਜਨਾਨੀਆਂ ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਦੀਆਂ, ਤੇ ਬੰਦੇ ਕਿੰਨੇ ਜੱਡ ਹੁੰਦੇ ਆ। ਕਦੋਂ ਕੁ ਬਾਹਰ ਆਉਣਗੀਆਂ? ਉਹਨਾਂ ਨੂੰ ਤਾਂ ਹਜੇ ਟਾਈਮ ਲੱਗੂਗਾ ਜੀ, ਜਦੋਂ ਅੰਦਰ ਚਲੇ ਜਾਂਦੀਆਂ ਨੇ ਟੱਬ 'ਚ ਪਾਣੀ ਪਾ ਕੇ ਬੱਚਿਆਂ ਵਾਂਗੂ ਖੇਡਦੀਆਂ ਰਹਿੰਦੀਆਂ ਨੇ। ਇਹਨਾਂ ਦਾ ਅਜੇ ਤੱਕ ਬਚਪਨਾ ਨਹੀਂ ਗਿਆ, ਸਾਡੀ ਸਾਲੀ ਜਵਾਨੀ ਪੱਟਣ ਨੂੰ ਫਿਰਦੀ ਆ ਇਹਨਾਂ ਨੂੰ ਦੇਖ ਦੇਖ ਕੇ। ਹਾਂਜੀ, ਕੁਛ ਨਹੀਂ, ਮੈਂ ਹੁਣ ਅੰਦਰ ਜਾ ਕੇ ਸੁਨੇਹਾ ਦਿੰਦਾ ਤਾਂ ਚੰਗਾ ਨਹੀਂ ਲੱਗਦਾ, ਜਦੋਂ ਬਾਹਰ ਆਈਆਂ ਤਾਂ ਮੇਰਾ ਸੁਨੇਹਾ ਦਿਓ ਕਿ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਲੈ ਕੇ ਆਇਆ ਸੀ ਉਹਨਾਂ ਲਈ। ਠੀਕ ਹੈ ਜੀ, ਮੈਂ ਚੱਲਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੈਸੇ ਮਾੜਾ ਜਿਹਾ ਇੱਕ ਵਾਰੀ ਫੇਰ ਟਰਾਈ ਕਰਕੇ ਖੜਕਾ ਕੇ ਦੇਖ ਲੈਂਦੇ, ਸ਼ਾਇਦ ਬਾਹਰ ਆ ਜਾਂਦੇ। ਨਹੀਂ, ਥੋੜ੍ਹਾ ਟਾਈਮ ਤਾਂ ਲੱਗੂਗਾ ਜੀ। ਅੱਛਾ ਜੀ। ਹਾਂਜੀ ਜੀ, ਸਾਲੀਆਂ ਚੁੱਲ੍ਹੇ 'ਚ ਫੂਕਾਂ ਮਾਰੀਆਂ ਵੀ ਐਵੇਂ ਹੀ ਗਈਆਂ। ਚਾਚੇ ਭਤੀਜੀ ਨਾਲ ਇੰਨੀ ਕੰਫੀਡੈਂਸ ਨਾਲ ਗੱਲ ਕਰੋ, ਕੱਲ ਨੂੰ ਮੈਡੀਕਲ ਟੈਸਟ ਕਰਾਵੇ ਤੁਸੀਂ ਜਨਾਨੇ ਹੀ ਨਿਕਲੋ। ਮਤਲਬ ਤੇਰਾ? ਮਤਲਬ ਕੰਫੀਡੈਂਸ। ਹਾਏ ਓਏ, ਕਿੱਥੇ ਚੱਲੇ ਹੋ ਰੈੱਡ ਐਂਡ ਵਾਈਟ ਬਣ ਕੇ? ਭਜਾ ਓਏ, ਪਤਾ ਕੁਛ ਹੋ ਰਹੀ। ਤੁਹਾਨੂੰ ਕਿਵੇਂ ਪਤਾ ਉਹ ਸਾਡੇ ਘਰ ਆਏ ਨੇ? ਉਹ ਮੇਰੀ ਸਿਕਸ ਸੈਂਸ ਬਹੁਤ ਤੇਜ਼ ਹੈ ਨਾ, ਮੈਨੂੰ ਅੱਧੀ ਗੱਲ ਦੱਸੋ, ਬਾਕੀ ਦੀ ਤਾਂ ਮੈਂ ਆਪ ਹੀ ਬੁੱਝ ਲੈਣਾ। ਵੈਸੇ ਤੁਹਾਨੂੰ ਘਰ ਲੱਭ ਰਹੇ ਸੀ ਨਾ ਕਿਰਾਏ ਤੇ, ਮੈਨੂੰ ਲੱਗਿਆ ਤੁਹਾਡੇ ਘਰ ਹੀ ਨਾ ਗਏ ਹੁਣ। ਹਾਂ, ਸਾਡੇ ਘਰ ਹੀ ਕਿਰਾਏ ਤੇ ਆਏ ਨੇ, ਪਰ ਤੁਸੀਂ ਭੈਣ ਭਰਾ ਇੱਕ ਦੂਜੇ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹੋ? ਉਹ ਮੇਰੀ ਤਾਂ ਜੀ ਮੇਰੀ ਭੈਣ ਨਾਲ ਨਾ ਖਾਨਦਾਨੀ ਦੁਸ਼ਮਣੀ ਆ। ਇੱਕ ਤੇ ਖਾਨਦਾਨ ਹੈ ਤੁਹਾਡਾ, ਖਾਨਦਾਨੀ ਦੁਸ਼ਮਣੀ ਕਿਵੇਂ ਹੋਈ? ਲੈ, ਵਿਆਹ ਤੋਂ ਬਾਅਦ ਭੈਣ ਦਾ ਖਾਨਦਾਨ ਜੀਜੇ ਵਾਲਾ ਨਹੀਂ ਹੋ ਗਿਆ, ਉਧਰਲੇ ਪਾਸਿਓਂ ਲੱਗਦੀ ਆ,
ਉਦਾਂ ਭੈਣ ਨਾਲ ਤਾਂ ਕੋਈ ਰੌਲਾ ਨਹੀਂ ਮੇਰਾ। ਜੀਜੇ ਨਾਲ ਕੀ ਰੌਲਾ ਹੈ? ਉਹਦੇ ਸਾਲੇ ਨੇ ਕਈ ਵਾਰ ਖਾਧੀ ਪੀਤੀ ਚ ਨਾ ਮੇਰੇ ਤੇ ਬਜਰੀ ਉਛਾਲੀ ਆ। ਮੈਂ ਚਿੱਕੜ ਉਛਾਲਣਾ ਤੇ ਸੁਣਿਆ, ਇਹ ਬਜਰੀ ਉਛਾਲਣੀ ਕੀ ਹੁੰਦੀ ਹੈ? ਉਹ ਯਾਰ ਤੁਸੀਂ ਛੱਡੋ, ਮੇਰਾ ਸਿਰ ਪਹਿਲਾਂ ਹੀ ਬਹੁਤ ਕਨਫਿਊਜ਼ ਆ, ਮੇਰਾ ਮਤਲਬ ਦੁਖਦਾ। ਆਪਾਂ ਚੱਲ ਕੇ ਚਾਹ ਨਾ ਵੀ ਹੈ ਕੈਡੀ ਜੀ? ਚਲੋ ਜੀ ਆ ਜਾਓ ਫਿਰ। ਘਰੋਂ ਚੰਗਾ ਭਲਾ ਧਰਮਿੰਦਰ ਬਣਨ ਆਇਆ ਸੀ, ਸਾਲਿਆਂ ਨੇ ਹੇਮਾ ਮਾਲਿਨੀ ਬਣਾ ਕੇ ਰੱਖਤਾ। ਮੇਰੇ ਰੱਬਾ, ਅੱਜ ਪਹਿਲੀ ਵਾਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਮੁਰਗੇ ਨਾਲ ਨੀਰੂ ਨੂੰ ਇੰਪ੍ਰੈਸ ਕਰਨ ਚੱਲਿਆ, ਵੇਖੀ ਕਿਤੇ ਪਾਪ ਨਾ ਲੱਗੇ। ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਮੈਂ ਹਾਂ ਤੇਰਾ ਫੌਜੀ, ਮੇਰੀ ਬੁੱਗੀ ਹੈ ਤੂੰ, ਹੋ ਮੇਰੀ ਬੁੱਗੀ, ਹੋ ਮੇਰੀ ਬੁੱਗੀ, ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ ਡੁੱਗ ਡੁੱਗ ਵੱਜਦੀ ਡੁੱਗੀ, ਮੇਰੀ ਬੁੱਗੀ, ਹੋ ਮੇਰੀ ਬੁੱਗੀ। ਆ ਜਾਓ ਸਾਲਿਓ, ਤੁਹਾਨੂੰ ਅੱਜ ਦੱਸਦਾ ਮੈਂ, ਆ ਜਾਓ ਪੁੱਤ। ਸੋਰੀ ਜੀ, ਮੈਂ ਸੋਚਿਆ ਕੱਲੀ ਬਾਈ ਹੈ, ਮੈਂ ਬਹੁਤ ਡਰ ਗਈ ਸੀ। ਤੁਸੀਂ ਵੈਸੇ ਕਿਵੇਂ ਆਏ? ਤੁਹਾਡੇ ਲਈ ਤੰਦੂਰੀ ਚਿਕਨ ਲੈ ਕੇ ਆਇਆ ਸੀ, ਤੁਸੀਂ ਤਾਂ ਮੇਰੀ ਬਾਂਹ ਦਾ ਵੀ ਕੀਮਾ ਬਣਾਤਾ, ਦੋਨਾਂ ਚੋਂ ਜਿਹੜਾ ਮਰਜ਼ੀ ਖਾ ਲਓ, ਚੁਆਇਸ ਇਜ਼ ਯੂਅਰਸ। ਵੈਸੇ ਸੂਬੇਦਾਰ ਸਾਹਿਬ, ਤੁਹਾਨੂੰ ਅੱਜ ਚਿਕਨ ਦੀ ਕਿਵੇਂ ਸੁੱਝੀ? ਮੈਂ ਸੋਚਿਆ ਘਰ 'ਚ ਆਪਾਂ ਦੋ ਜੀ ਹਾਂ, ਇਕੱਠੇ ਬਹਿ ਕੇ ਰੋਟੀ ਖਾ ਲੈਂਦੇ ਹਾਂ, ਨਾਲੇ ਜਦੋਂ ਅੰਦਰ ਅੱਗ ਲੱਗੀ ਹੋਵੇ ਫਿਰ ਦੋ ਦੋ ਚੁੱਲ੍ਹੇ ਕਾਹਦੇ ਲਈ ਬਾਲਣੇ ਆ। ਅੰਦਰ ਅੱਗ? ਤੁਹਾਨੂੰ ਐਸੀਡਿਟੀ ਹੈ? ਸਰ ਗਿਆ ਉਹ, ਜੇ ਸਿੱਟੀ ਹੁੰਦੀ ਮੈਂ ਮੁਰਗਾ ਚੱਕ ਕੇ ਘੁੰਮਣਾ ਸੀ, ਮੇਰੇ ਹੱਥ 'ਚ ਗੂੰਦ ਕਤੀਰਾ ਨਾ ਹੁੰਦਾ। ਮੈਨੂੰ ਸਿੱਟੀ ਨਹੀਂ, ਮੈਨੂੰ ਤੇ ਇਸ਼ਕ ਡਿਟੀ ਹੋਈ। ਹਾਏ ਅੱਲਾ, ਡੀਡੀਟੀ ਤਾਂ ਬਹੁਤ ਵਾਰੀ ਸੁਣੀ ਹੈ, ਪਰ ਇਹ ਇਸ਼ਕ ਡਿਟੀ ਕੀ ਚੀਜ਼ ਹੈ ਜੀ? ਬੜੀ ਨਾਮਰਾਦ ਬਿਮਾਰੀ ਆ, ਮੈਂ ਸਮਝਾਉਣਾ। ਇਹ ਇਸ਼ਕ ਡਿਟੀ ਦੇ ਕੀੜੇ ਇਨਸਾਨ ਨੂੰ ਟਿਕਣ ਨਹੀਂ ਦਿੰਦੇ। ਹਾਏ ਅੱਲਾ, ਛੱਡੋ ਨਾ, ਲਿਆਓ ਮੈਂ ਚਿਕਨ ਗਰਮ ਕਰਕੇ ਲੈ ਕੇ ਆਈ। ਐਵੇਂ ਗਰਮ ਕਰਨ ਦੇ ਤਕਲਫ 'ਚ ਪੈ ਗਏ, ਦੋ ਮਿੰਟ ਹੱਥ 'ਚ ਫੜੀ ਰੱਖਦੇ ਆਪੇ ਗਰਮ ਹੋ ਜਾਣਾ ਸੀ। ਸਾਲਾ ਕਿਵੇਂ ਤਰਸਿਆ ਫਿਰਦਾ ਹੈ, ਜਿਵੇਂ ਕਦੇ ਕੁਛ ਦੇਖਿਆ ਨਹੀਂ ਹੁੰਦਾ। ਮੇਰੀ ਬੁੱਗੀ ਨੇ ਕੁਛ ਕਿਹਾ? ਨਹੀਂ ਜੀ। ਹੈਲੋ, ਤੁਸੀਂ ਚਿਕਨ ਖਾਓ। ਪਹਿਲੇ ਆਪ, ਪਹਿਲੇ ਆਪ, ਪਹਿਲੇ ਆਪ ਖਾ ਲੈ ਹੁਣ। ਕੁਛ ਕਿਹਾ? ਲਓ ਨਾ ਪਲੀਜ਼। ਸ਼ੋਰ ਲਓ। ਇਹ ਨਕੌੜਾ ਕਿਉਂ ਆ? ਉਹ ਮੈਥੋਂ ਨਾ ਜ਼ਿਆਦਾ ਸੜ ਗਿਆ ਸੀ, ਮੈਂ ਉੱਪਰ ਬਰਨੌਲ ਲਾਤੀ। ਹੁਣ ਕਹਿ ਪੁੱਤ ਬੁੱਗੀ, ਸਾਲਾ ਵੱਡਾ ਦਲਜੀਤ ਬਣਿਆ ਫਿਰਦਾ ਸੀ, ਕਰ ਪੁੱਤ ਉਲਟੀਆਂ, ਹੁਣ ਮੈਨੂੰ ਉਲਟੀਆਂ ਕਰਾਉਣ ਨੂੰ ਫਿਰਦਾ ਸੀ। ਚੱਲ ਬਈ ਛਿੰਦਿਆ, ਆ ਮੇਰਾ ਬੱਚਿਆ, ਚੱਲ ਬਈ। ਆ ਭੈਣ ਜੀ, ਇਹਦਾ ਬਸਤਾ ਵੀ ਲੈ ਜਿਓ। ਆ ਲਓ ਜੀ, ਚੱਲ ਬਈ ਮੈਂ ਦੇਸਿਆ। ਓਹੋ ਕੀ ਹੋਇਆ ਮੈਡਮ ਜੀ, ਟਾਇਰ ਹੀ ਪੈਂਚਰ ਹੋ ਗਿਆ। ਹੁਣ ਹੁਣ ਤੁਹਾਨੂੰ ਥੱਲੇ ਲੈਣਾ ਪੈਣਾ। ਪਰ ਮੈਂ ਕਾਰ ਕੀ ਵਜਾਵਾਂਗੀ, ਮੱਦੀ ਕੁਛ ਕਰ। ਆ ਠੀਕ ਹੈ ਮੈਡਮ, ਮੈਂ ਮੂੰਹ ਨੇ ਹਵਾ ਭਰ ਕੇ ਦੇਦਾ। ਕੀ ਹੋਇਆ ਜੀ? ਟਾਇਰ ਪੈਂਚਰ ਹੋ ਗਿਆ, ਤੂੰ ਲਾ ਦੇਗਾ? ਪੈਂਚਰ ਤਾਂ ਨਹੀਂ ਲਾ ਸਕਦਾ, ਪਰ ਤੇਰੀ ਮਦਦ ਕਰ ਦੂੰ। ਉਹ ਅੱਛਾ, ਉਹ ਕਿੱਦਾਂ? ਆ ਤੇਰੀ ਸਵਾਰੀ ਨੂੰ ਸਾਈਕਲ ਤੇ ਘਰ ਛੱਡ ਆਉਣਾ, ਫਿਰ ਵੀ ਭਰਾ ਆ। ਉਹ ਅੱਛਾ ਜੀ, ਉਹ ਇਹਨਾਂ ਦਾ ਨਹੀਂ ਤੇਰਾ। ਓਹ ਆ ਜਾਓ ਮੈਡਮ, ਆਓ ਤੁਸੀਂ। ਨਹੀਂ ਜੀ ਉਹ ਠੀਕ ਆ ਮੱਦੀ, ਆ ਚੱਕਾ ਲਾ ਕੇ ਦੇ ਦੇ ਫਿਰ ਮੈਨੂੰ। ਮੈਨੂੰ ਕੀ ਆ, ਮੈਂ ਪੈਂਚਰ ਲਵਾ ਲਿਆਉਣਾ, ਘੰਟਾ ਕੀ ਲੱਗਣਾ। ਓ ਨਹੀਂ ਨਹੀਂ ਭਾਜੀ, ਉਹ ਮੈਡਮ ਤੁਸੀਂ ਨਾਲ ਜਾਓ ਜੀ, ਉਹ ਇੰਨੀ ਗਰਮੀ 'ਚ ਪੈਦਲ ਜਾਣ ਨਾਲੋਂ ਤਾਂ ਸਾਈਕਲ 'ਤੇ ਠੀਕ ਰਹਿਣਾ। ਆਜੋ ਆਜੋ, ਕੋਈ ਗੱਲ ਨਹੀਂ, ਆ ਜਾਓ ਬੈਠੋ ਬੈਠੋ, ਗਰਮੀ ਬੜੀ ਆ ਜੀ, ਇੰਨੀ ਧੁੱਪ ਆ। ਆਜੋ ਆਜੋ ਚਲੀਏ। ਚੰਗਾ ਵੀ ਮੱਦੀ, ਪੈਂਚਰ ਧਿਆਨ ਨਾਲ ਲਵਾਈ। ਉਹ ਤੂੰ ਵੀ ਧਿਆਨ ਨਾਲ ਛਿਦਾਈਆ, ਚਾਹ ਦੇ ਵਿੱਚ ਕਿਤੇ ਮੈਡਮ ਨਾ ਸੁੱਟ ਦੇਈ। ਮੈਡਮ ਜੀ
ਤੈਨੂੰ ਇੱਕ ਗੱਲ ਕਹਾਂ, ਬੁਰਾ ਤਾਂ ਨਹੀਂ ਮੰਨੂਗੇ? ਕਹੋ ਦੱਸਾਂ। ਉਹ ਅਗਲੇ ਹਫ਼ਤੇ ਨਾ ਅਸੀਂ ਸ਼ਬੀਲ ਲਾ ਰਹੇ ਹਾਂ, ਤੁਸੀਂ ਆਉਂਗੇ? ਸ਼ਬੀਲ? ਹਾਂਜੀ। ਮੈਨੂੰ ਲੱਗਿਆ ਕਿ ਉਹ ਤੁਹਾਨੂੰ ਕੀ ਲੱਗਿਆ, ਲੰਗਰ ਲਾਉਣਾ? ਉਹ ਕੋਈ ਨਾ ਜੀ, ਅਸੀਂ ਲੰਗਰ ਵੀ ਲਾ ਦਾਂਗੇ ਸ਼ਬੀਲ 'ਚ। ਦੱਸੋ ਫਿਰ ਤੁਹਾਡਾ ਨਾਂ ਲਿਖ ਲਾਂ। ਨਾਂ ਕਿੱਥੇ ਲਿਖਣਾ? ਉਹ ਅਸੀਂ ਲਿਸਟ ਬਣਾ ਰਹੇ ਹਾਂ ਨਾ। ਹੈ ਇਹ ਪਾਲੀ ਨਾਲ ਕੁੜੀ ਕੌਣ? ਬਸ ਬਸ, ਮੇਰਾ ਘਰ ਆ ਗਿਆ। ਮੈਡਮ ਜੀ, ਤੁਸੀਂ ਦੱਸਿਆ ਨਹੀਂ, ਤੁਸੀਂ ਆਉਂਗੇ ਨਾ? ਠੀਕ ਹੈ, ਮੈਂ ਕੋਸ਼ਿਸ਼ ਕਰਾਂਗੀ। ਨਾਲ ਡੋਲੂ ਜ਼ਰੂਰ ਲੈ ਕੇ ਆਇਓ। ਪਰ ਤੁਸੀਂ ਮੇਰਾ ਕਿਸੇ ਲਿਸਟ 'ਚ ਨਾਮ ਨਾ ਲਿਖਿਓ, ਸ਼ਬੀਲ ਦੀ ਕੋਈ ਲਿਸਟ ਨਹੀਂ ਬਣਦੀ। ਠੀਕ ਹੈ ਜੀ। ਘਰ ਛੱਡਣ ਲਈ ਥੈਂਕਸ। ਮੇਰਾ ਵੀ ਥੈਂਕ ਯੂ ਆ ਜੀ। ਚੱਲ ਵੀ ਪਾਲੀ ਸਿੰਘ, ਗੱਲ ਬਣ ਗਈ। ਕਿੱਥੇ ਚੱਲੇ ਹੋ? ਸਾਲੇ ਮਰਵਾਏਗਾ ਜੇ ਉੱਚੀ ਬੋਲਣਾ ਤੇ ਜਨਾਨੀ ਰਿਵਾਜ਼ ਬੋਲਦਾ। ਕਿੱਥੇ ਚੱਲੇ ਹੋ? ਕੰਮ ਤੇ, ਹੋਰ ਕਿੱਥੇ? ਤੇ ਤੁਸੀਂ? ਇੰਟਰਵਿਊ ਤੇ। ਨਾ ਰੋਜ਼ ਘਰੋਂ ਮੂੰਹ ਚੱਕ ਕੇ ਨਿਕਲ ਜਾਂਦੇ ਹੋ, ਮੈਂ ਘਰੇ ਸਵੈਟਰ ਬੁਣਨ ਵਾਸਤੇ ਰੱਖੀ ਹੋਈ ਆ। ਨਾ ਸੂਬੇਦਾਰ ਕੀ ਸੋਚੂਗਾ, ਕਿੰਨੇ ਜਨਾਨੀਆਂ ਰੋਜ਼ ਨਿਕਲ ਜਾਂਦੀਆਂ ਤੇ ਇਹ ਨਹੀਂ ਨਿਕਲਦੀ? ਉਹ ਸਾਲੇ, ਉਹ ਮੇਰੀ ਤਾਂ ਮਜਬੂਰੀ ਹੈ। ਮੇਰੀ ਤਾਂ ਮਜਬੂਰੀ ਹੈ ਦੀਦੀ, ਮਸਾਂ ਤਾਂ ਨੌਕਰੀ ਮਿਲੀ ਹੈ। ਨਾ ਮੈਂ ਇੱਥੇ ਸਰਕਾਰੀ ਛੁੱਟੀਆਂ ਕੱਟਣਾ ਜਾਂ ਮੈਂ ਨਹੀਂ ਜਾਣਾ ਹੁੰਦਾ ਕੰਮ ਤੇ। ਮੇਰੇ ਵੀ ਕੋਈ ਸੁਪਨੇ ਹੈ, ਤੁਹਾਡੇ ਚੱਕਰਾਂ 'ਚ ਤਾਂ ਮੇਰੀ ਜਵਾਨੀ ਰੁੱਲ ਜੂਗੀ। ਨਾ ਕੀ ਹੋ ਗਿਆ ਤੇਰੀ ਜਵਾਨੀ ਨੂੰ? ਇੰਨੀ ਛੋਟੀ ਜਿਹੀ ਗੱਲ ਨੂੰ ਇੰਨਾ ਵੱਡਾ ਬਣਾਉਣ ਦੀ ਕੀ ਲੋੜ ਆ? ਜੇ ਇੰਨੀ ਗੱਲ ਹੈ ਤਾਂ ਅੱਜ ਹੀ ਵੱਖ ਹੋ ਜਾਂਦੇ ਆ। ਹਾਏ ਅੱਲਾ, ਅੱਜ ਪਤਾ ਲੱਗਿਆ ਮੈਨੂੰ ਔਰਤਾਂ ਦੇ ਦੁੱਖ ਕੀ ਹੁੰਦੇ ਨੇ। ਓ, ਜ਼ਿੰਦਗੀ 'ਚ ਕੁਝ ਪਾਉਣ ਲਈ ਨਾ ਬਹੁਤ ਕੁਝ ਖੋਣਾ ਪੈਂਦਾ, ਨਾਲੇ ਸੁਪਨੇ ਵੀ ਤਾਂ ਆਪਣੇ ਦੋਨਾਂ ਦੇ ਵੱਡੇ ਨੇ। ਓ ਬਸ ਯਾਰ, ਮੈਂ ਚੱਲਿਆ, ਮੇਰੇ ਇੰਟਰਵਿਊ ਦਾ ਟਾਈਮ ਹੋ ਗਿਆ। ਜਾ। ਤੁਸੀਂ? ਐਕਚੁਅਲੀ ਕੜਾਹ ਦੇਣ ਆਇਆ ਸੀ। ਅੱਜ ਸੰਗਰਾਂਦ ਹੈ ਜੀ? ਨਹੀਂ, ਕੰਜਕਾਂ ਬਿਠਾਈਆਂ ਸੀ, ਉਹ ਬੈਠੀਆਂ ਹੀ ਨਹੀਂ। ਮੈਂ ਕਿਹਾ ਚਲੋ ਉੱਪਰੇ ਫੜਾਇਆ ਉਹਨੇ। ਮੈਂ ਫੜਾ ਦੂੰਗਾ ਜੀ। ਅੱਛਾ ਜੀ। ਹਾਂਜੀ। ਨੀਰੂ ਨੂੰ ਕਿਹੋ ਖਾ ਲਵੇ, ਮੈਂ ਆਪਣੇ ਹੱਥੀ ਬਣਾਇਆ। ਠੀਕ ਹੈ ਜੀ, ਕਹਿ ਦੂੰਗਾ ਜੀ। ਸਾਲਾ ਕੜਾਹ ਬਣਾਇਆ ਵੀ ਕੰਮ ਨਾ ਆਇਆ। ਆਖੇ ਹੱਥਾਂ ਨਾਲ ਬਣਾਇਆ, ਹੋਰ ਕਿਹੜਾ ਪੈਰਾਂ ਨਾਲ ਬਣਦਾ ਹੁੰਦਾ? ਆ ਲੈ ਸੂਬੇਦਾਰਨੀ, ਤੇਰਾ ਸੂਬੇਦਾਰ ਤੇਰੇ ਲਈ ਕੜਾਹ ਲੈ ਕੇ ਆਇਆ। ਸੂਬੇਦਾਰਾ, ਸੂਬੇਦਾਰਾ ਤੇਰੀ। ਦੇਖਿਆ ਮੈਂ ਕਿਹਾ ਸੀ ਨਾ, ਸੂਬੇਦਾਰ ਨਿਗਾਹ ਰੱਖਦਾ ਆਪਣੇ ਤੇ। ਬਾਈ, ਜਿੰਨਾ ਚਿਰ ਸੈੱਟ ਨਹੀਂ ਹੋ ਜਾਂਦੇ ਕਿਰਪਾ ਕਰਕੇ ਸ਼ਾਂਤੀ ਰੱਖ ਲਾ। ਬਸ ਬਸ, ਮੰਨ ਗਿਆ, ਚੱਲ ਚੱਲੀਏ। ਦੀਦੀ, ਆਪਣਾ ਝਾਟਾ ਨਾ ਆਪਣੇ ਕੋਲੇ ਰੱਖਿਆ ਕਰ। ਬਾਈ। ਚੱਲ ਸਾਲੀ ਬਾਈ ਦੀ। ਓ ਸੋਹਣਿਓ ਨਾਰਾਜ਼ਗੀ ਤੇ ਨਹੀਂ, ਸੋਹਣਿਓ ਨਾਰਾਜ਼ਗੀ ਤੇ ਨਹੀਂ, ਓ ਗੱਲ ਦਿਲ ਦੀ ਜੇ ਇੱਕ ਕਹਿ ਦੇਹੂੰ। ਤੁਸੀਂ ਥੋੜਾ ਉੱਚੀ ਗਾਓ। ਓ ਸੋਹਣਿਓ ਨਾਰਾਜ਼ਗੀ ਤੇ ਨਹੀਂ, ਸੋਹਣਿਓ ਨਾਰਾਜ਼ਗੀ ਤੇ ਨਹੀਂ, ਓ ਗੱਲ ਦਿਲ ਦੀ ਜੇ ਇੱਕ ਕਹਿ ਦੇਹੂੰ। ਪਹਿਲੇ ਲੇਲਿਕਾਰੇ ਨਾਲ ਮੈਂ ਡਰ ਗਈ, ਦੂਜੇ ਲੇਲਿਕਾਰੇ ਨਾਲ ਅੰਦਰ ਵੜ ਗਈ, ਤੀਜੇ ਲੇਲਿਕਾਰੇ ਨਾਲ ਨਾਮ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵੱਜਿਆ। ਸੋਰੀ, ਸੂਬੇਦਾਰ ਮੇਜਰ ਕਿਰਪਾਲ ਸਿੰਘ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਆਣ ਵੱਜਿਆ। ਮੈਂ ਦੁਬਾਰਾ ਆ ਜਾਂਦਾ, ਯੂ ਕੰਟੀਨਿਊ। ਪਰ ਮਾਫ਼ ਕਰਨਾ, ਆ ਕੋਈ ਨਵਾਂ ਸੁਣ ਚੱਲਿਆ ਸਵਾਮੀ ਰਾਮਦੇਵ ਜੀ ਦਾ? ਉਹ ਨਹੀਂ ਜੀ, ਦਰਅਸਲ ਜਦੋਂ ਮੈਂ ਬਹੁਤ ਦੁਖੀ ਹੁੰਦੀ ਹਾਂ ਨਾ, ਫਿਰ ਮੈਂ ਆਪਣੇ ਪੈਰ ਉੱਪਰ ਚੱਕ ਕੇ ਇਹ ਵਾਲਾ ਆਸਨ ਕਰ ਲੈਂਦੀ ਹਾਂ। ਕਮਾਲ ਹੈ, ਇਹ ਤਾਂ ਸੁਣਿਆ ਸੀ ਕਿ ਖੁਸ਼ੀ 'ਚ ਬੰਦੇ ਦੇ ਪੈਰ ਥੱਲੇ ਨਹੀਂ ਲੱਗਦੇ ਅਤੇ ਦੁੱਖ 'ਚ ਉੱਪਰ ਵੀ ਚੱਕੇ ਜਾਂਦੇ, ਅੱਜ ਪਤਾ ਲੱਗਿਆ। ਖੈਰ, ਮੈਂ ਤਾਂ ਇਸ ਕਰਕੇ ਆਇਆ ਸੀ ਕਿ ਅੱਜ ਤੇਰੇ ਨਾਲ ਸਵੇਰੇ ਕੁੱਤੇ ਖਾਣੀ ਹੁੰਦੀ ਵੇਖੀ ਅਤੇ ਸੂਬੇਦਾਰ ਮੇਜਰ ਫੈਲਟ ਵੈਰੀ ਬੈਡ। ਹਾਏ, ਇਹਦਾ ਮਤਲਬ ਤੁਹਾਨੂੰ ਸਭ ਪਤਾ ਲੱਗ ਗਿਆ? ਮੈਨੂੰ ਤਾਂ ਤੁਰ ਅੰਦਰ ਦੀ ਗੱਲ ਵੀ ਪਤਾ ਲੱਗ ਗਈ, ਪਰ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ, ਇਹ ਸਭ ਜਨਾਨੀ ਵਾਲਾ ਚੱਕਰ ਇੰਨਾ ਕਰਕੇ ਪਿਆ। ਬੰਦੇ ਦੀ ਤਾਂ ਜਾਤ ਹੀ ਇੱਦਾਂ ਦੀ ਹੁੰਦੀ ਆ, ਘਰੇ ਚੰਗੀ ਭਲੀ ਸੋਹਣੀ ਜਨਾਨੀ ਛੱਡ ਕੇ ਬਾਹਰ ਦੂਜੀ ਮਗਰ ਖੇ ਖਾਣੋਂ ਨਹੀਂ ਹਟਦੇ। ਦੂਜੀ ਮਗਰ?
ਹਾਏ ਮੇਰੇ ਯਾਦ ਨਾ ਕਰਾਓ, ਮੈਂ ਤਾਂ ਲੁੱਟੀ ਗਈ, ਮੇਰੇ ਤਾਂ ਦਾਗ ਫੁੱਟ ਗਏ। ਭਾਗ ਫੁੱਟ ਗਏ ਹੁੰਦਾ, ਦਾਗ ਫੁੱਟ ਗਏ ਨਹੀਂ, ਪਰ ਤੁਸੀਂ ਚਿੰਤਾ ਨਾ ਕਰੋ, ਮੈਂ ਕੁਝ ਵੀ ਫੁੱਟਣ ਨਹੀਂ ਦਿੰਦਾ। ਮੇਰੀ ਮੰਨੋ, ਜਿੱਦਾਂ ਤੁਹਾਡਾ ਘਰ ਵਾਲਾ ਕਰਦਾ ਤੁਸੀਂ ਵੀ ਉਦਾਂ ਹੀ ਕਰੋ। ਹਾਂਜੀ, ਮੈਂ ਕੁਝ ਸਮਝੀ ਨਹੀਂ। ਅੰਗਰੇਜ਼ਾਂ ਨੇ ਇੱਕ ਚੀਜ਼ ਬਹੁਤ ਸੋਹਣੀ ਚਲਾਈ ਆ, ਐਕਸਟਰਾ ਮੈਰੀਟਲ ਅਫੇਅਰ, ਤੁਸੀਂ ਵੀ ਉਹੀ ਚਲਾਓ। ਪਰ ਜੀ, ਮੈਨੂੰ ਅੰਗਰੇਜ਼ੀ ਚੀਜ਼ਾਂ ਬਹੁਤ ਘੱਟ ਚਲਾਉਣੀਆਂ ਆਉਂਦੀਆਂ ਨੇ। ਮੈਂ ਤੈਨੂੰ ਕੋਈ ਨਾਸਾ ਦੀ ਮਿਜ਼ਾਈਲ ਚਲਾਉਣ ਨੂੰ ਕਹਿਤਾ, ਘਰ ਵਾਲੇ ਵਾਂਗੂ ਬਾਹਰ ਚੱਕਰ ਚਲਾਉਣ ਨੂੰ ਇਹ ਕਿਹਾ। ਪਰ ਜੀ, ਬਾਹਰ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ। ਫਿਰ ਅੰਦਰ ਚਲਾਓ, ਨਾ ਬਨੇਰੇ ਟੱਪਣ ਦੀ ਲੋੜ। ਹਾਏ, ਪਾਪ ਲੱਗੂਗਾ। ਜਿਸ ਤਰ੍ਹਾਂ ਦੇ ਅੰਦਰਲੇ ਦੇ ਹਾਲਾਤ ਨੇ, ਮੈਂ ਤਾਂ ਕਹਿੰਦਾ ਤੁਹਾਨੂੰ ਪੁੰਨ ਲੱਗੂਗਾ, ਨਾਲੇ ਪਾਪ ਤਾਂ ਲੱਗੂ ਜੇ ਮੈਂ ਤੁਹਾਨੂੰ ਦੋ ਬੇੜੀਆਂ 'ਚ ਪੈਰ ਧਰ ਨੂੰ ਕਹੂੰ। ਪਾਲੀ ਨੂੰ ਤਲਾਕ ਦਿਓ ਅਤੇ ਜਾਲੀ ਨਾਲ ਮੇਰਾ ਮਤਲਬ ਜੌਲੀ ਇਨਸਾਨ ਨਾਲ ਵਿਆਹ ਕਰਾਓ। ਸੂਬੇਦਾਰ ਭਾਜੀ, ਫਾਰ ਯੂਅਰ ਕਾਇੰਡ ਇਨਫੋਰਮੇਸ਼ਨ, ਸੂਬੇਦਾਰ ਭਾਜੀ ਕੋਈ ਪੋਸਟ ਨਹੀਂ ਹੁੰਦੀ। ਨਾਲੇ ਮੇਰੇ ਬਾਪੂ ਜੀ ਕਹਿ ਗਏ ਕਿ ਸਾਧ ਦੀ ਚੇਲੀ ਅਤੇ ਫੌਜੀ ਦੀ ਸਹੇਲੀ ਸਾਰੀ ਉਮਰ ਖਾਤਾ ਨਹੀਂ ਖਾਂਦੀ। ਕੁਝ ਸਮਝੇ ਮਿਸਿਜ ਛੜਾ? ਪਲੀਜ਼ ਮੈਨੂੰ ਮਿਸਿਜ ਛੜਾ ਨਾ ਕਿਹਾ ਕਰੋ, ਬੰਦਿਆਂ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਹੈ। ਚਲੋ ਨਹੀਂ ਕਹਿੰਦੇ, ਅੱਗੇ ਤੋਂ ਅਸੀਂ ਤੁਹਾਨੂੰ ਮਿਸਿਜ ਛੜੀ ਕਹਿ ਲਿਆ ਕਰੋ। ਹਾਏ ਅੱਲਾ, ਲਾਲ ਛੜੀ ਮੈਦਾਨ ਖੜੀ, ਕਿਆ ਖੂਬ ਲੜੀ, ਕਿਆ ਖੂਬ ਲੜੀ। ਹਾਏ, ਕੌਣ? ਓਏ ਹੈਪੀ, ਤੂੰ? ਚਾਚਾ, ਬੜੀਆਂ ਪਹਿਲਾਂ ਪਾਉਣ ਡਿਆ। ਤੂੰ ਫਿਰ ਚਾਚਾ ਪਹਿਲਾਂ ਪਾਉਂਦਾ ਹੀ ਵੇਖਿਆ, ਕਦੇ ਚਾਚੇ ਨੂੰ ਬਾਜ਼ੀ ਪਾਉਂਦੇ ਨੂੰ ਨਹੀਂ ਵੇਖਿਆ। ਤੇਰੀ ਜ਼ੁਰਤ ਕਿਵੇਂ ਪਈ ਮੇਰੇ ਘਰੇ ਵੰਡ ਦੀ? ਤੈਨੂੰ ਕਿਹਾ ਸੀ ਨਾ 31 ਤੱਕੇ ਮਕਾਨ ਖਾਲੀ ਚਾਹੀਦਾ। ਤੇਰੇ ਪਿਓ ਵਾਲਾ ਮਕਾਨ ਜਿਹੜਾ ਉਹਦਾ ਹਿੱਸਾ ਬਣਦਾ ਸੀ ਦੇਤਾ, ਤੂੰ ਹੁਣ ਕੀ ਲੈਣਾ ਆ ਵਿੱਚੋਂ? ਆਹ ਮਕਾਨ ਵੀ ਮੈਨੂੰ ਚਾਹੀਦਾ ਚਾਚਾ। ਸਾਲਿਓ, ਦੇਖਦੇ ਕੀ ਉਹ ਚਾਚੇ ਨੂੰ ਚੱਕ ਕੇ ਸੁੱਟੋ ਬਾਹਰ। ਆਜਾ ਹੱਥ ਲਾ ਕੇ ਵੇਖ, ਤੂੰ ਦੇਖ ਅਸੀਂ ਤਾਂ ਹੱਥ ਲਾਵਾਂਗੇ। ਮੈਂ ਤਾਂ ਮਜ਼ਾਕ ਕਰਦਾ ਸੀ। ਸਾਡੇ ਨਾਲ ਮਜ਼ਾਕ ਚਾਚਾ? ਸਾਲਿਓ, ਮਜ਼ਾਕ ਕਰਨ ਨੂੰ ਮੇਰੀ ਕਿਹੜਾ ਕੋਈ ਸਾਲੀ ਆ? ਮੈਂ ਭਤੀਜੇ ਨਾਲੇ ਮਜ਼ਾਕ ਕਰਨਾ, ਸੋ ਮੈਂ ਤਾਂ ਟੀਚਰ ਕਰ ਰਿਹਾ ਸੀ। ਪਲੀਜ਼ ਛੱਡ ਦਿਓ ਯਾਰ। ਚਲੋ, ਛੱਡ ਦਿਓ ਇਹਨਾਂ ਨੂੰ। ਚਾਚਾ, ਚਾਚੀ ਲਿਆਉਂਦੀ ਤਾਂ ਸਾਨੂੰ ਦੱਸਿਆ ਵੀ ਨਹੀਂ। ਅਰਿਆ, ਤੈਨੂੰ ਮਕਾਨ ਚਾਹੀਦਾ ਨਾ? ਆਹੋ ਦਿੱਤਾ ਤੇਰੇ ਮੂੰਹ ਚ ਮਕਾਨ, ਮੇਰਾ ਮਤਲਬ ਕੀ ਸ਼ੱਕਰ, ਖੁਸ਼ ਕੀਤਾ। ਇੱਕ ਵਾਰੀ ਫੇਰ ਕਹਿ ਚਾਚੀ। ਜਾ ਓਏ, ਮੈਂ ਕਹਿੰਦਾ ਚਾਚੀ, ਓਏ ਚਾਚਾ ਛੱਡੋ, ਪਹਿਲਾਂ ਚਾਚੀ ਚੱਕੋ। ਓਏ, ਇਹਨਾਂ ਨੇ ਜਨਰੇਸ਼ਨ ਅੱਗੇ ਵਧਾ ਲਈ, ਮਕਾਨ ਦੇ ਕਈ ਹਿੱਸੇ ਪੈ ਜਾਣੇ ਆ। ਓਏ ਪਾਗਲੋ, ਮੈਂ ਇਹਨਾਂ ਦੀ ਕਿਰਾਏਦਾਰ ਹਾਂ। ਜੱਡਾ ਚਾਚਾ ਹਲਕਿਆ ਪਿਆ ਨਾ, ਇਹਨੂੰ ਮਾਲਕੀ ਨੂੰ ਬਣਾਉਣ ਲੱਗੇ ਟਾਈਮ ਲੱਗਣਾ। ਬੱਗਾ ਜਿਹਾ ਹਲਕਿਆਂ ਦੱਸਦਾ, ਬੇਸ਼ਰਮ। ਸਾਨੂੰ ਇੱਥੋਂ ਦਾ ਫੜ, ਇੱਥੇ ਬਾਲ ਹੁੰਦੇ ਸਾਡੇ। ਅਜੇ ਤਾਂ ਤੂੰ ਮੇਰੇ ਨਹੀਂ ਦੇਖੇ, ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਹੁੰਦੇ ਨੇ। ਢਾਲੋ ਚਾਚੀ ਨੂੰ। ਤੇਰੀ ਭੈਣ ਨੂੰ ਮੇਰੀ ਨੀਲੂ ਨੂੰ ਜੱਫਾ, ਸਾਲਿਆ ਮੇਰੀ ਨੀਲੂ ਨੂੰ ਜੱਫਾ, ਇਹਨਾਂ ਦਾ ਕਦੇ ਦਲਜੀਤ ਨੇ ਨਹੀਂ ਪਾਇਆ। ਸਾਲਿਆ ਤੂੰ ਕੌਣ ਹੁੰਦਾ? ਦੇਖ ਦੇਖ ਚਾਚੀ, ਦੇਖ ਦੇਖ, ਬੰਦੇ ਦੀ ਲੜਾਈ ਚ ਜਨਾਨੀ ਦਾ ਕੀ ਕੰਮ? ਐਵੇਂ ਸੱਟ ਸੁੱਟ ਵੱਜ ਜਾਂਦੇ ਬੰਦੇ ਦੇ। ਲੀਓ ਦੇ ਇੱਟੀ ਟੋਮੀ ਬਾਹੂ ਹੁਣ ਫੜੇ ਮੁੱਤਰੇ ਸਾਲਾ, ਢੀਠ ਕਿਸੇ ਥਾਂ ਦਾ, ਲੀੜੇ ਵੀ ਨਾਲ ਹੀ ਰੱਖ, ਚੱਕ ਲੋ। ਅੱਗੇ ਖੂਹ ਪਿੱਛੇ ਤਾਈ, ਮਤਲਬ ਚਾਚੀ, ਨਾ ਛਾਲ ਮਾਰ। ਇਹ ਲੈ, ਇਹ ਵਾਲੀ ਨੀ। ਓ ਖਾਲੋ ਬਾਈ ਜੀ, ਠੀਕ ਹੋ ਜਾਓ ਯਾਰ? ਹੁਣ ਮੈਨੂੰ ਦਹੀਂ ਖਵਾ ਕੇ ਜਾਗ ਲਵਾਏਗਾ ਯਾਰ, ਪਰੇ ਕਰ ਯਾਰ। ਖਾਲੋ ਖਾਲੋ। ਓ ਸਵੀਟੀ, ਫੋਨ ਤਾਂ ਚੱਕ ਲਿਆ ਕਰ। ਆ ਗਿਆ ਹੈਪੀ, ਹੋ ਗਿਆ ਮਕਾਨ ਖਾਲੀ। ਇਹੋ ਜਿਹੇ ਗੁੰਡੇ ਨਾਲ ਲੈ ਜਾ ਕੇ ਬੰਦਾ ਬੱਸ ਦੀ ਸੀਟ ਵੀ ਖਾਲੀ ਕਰਾ ਸਕਦਾ, ਮਕਾਨ ਸੋਹ ਖਾਲੀ ਹੋਣਾ। ਉਹ ਹੋਇਆ ਕੀ ਤੈਨੂੰ? ਆ ਸਾਡੀਆਂ ਸੱਟਾਂ ਨਹੀਂ ਦਿਖਦੀਆਂ, ਕੁੱਟ ਖਾ ਕੇ ਆਇਆ? ਹੋਰ ਸਾਡੇ ਤੇ ਛੱਤ ਡਿੱਗ ਪਈ। ਇਹ ਕਿਵੇਂ ਹੋ ਸਕਦਾ ਯਾਰ? ਮੇਰੇ ਬਦਮਾਸ਼ਨ ਤਾਂ ਅਜੇ ਤੱਕ ਕਿਸੇ ਬੰਦੇ ਤੋਂ ਕੁੱਟ ਹੀ ਨਹੀਂ ਖਾਧੀ। ਬੰਦੇ ਤੋਂ ਕੁੱਟ ਤਾਂ ਅੱਜ ਵੀ ਨਹੀਂ ਖਾਧੀ, ਜਨਾਨੀ ਤੋਂ ਖਾ ਕੇ ਆਏ ਨੇ। ਓਏ ਪਿੰਦਿਆ! ਹਾਂਜੀ ਹਾਂਜੀ। ਆ ਸੁਣਨ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਿਆ? ਨਾ ਪਿੰਦਾ ਡਾਕਟਰ ਹੈ, ਇਹਨੂੰ ਕੀ ਪਤਾ ਤੂੰ ਕਿਉਂ ਨਹੀਂ ਮਰਿਆ? ਪਰ ਯਾਰ, ਮੇਰੇ ਗੁੰਡਿਆਂ ਦਾ ਹੌਸਲਾ ਤਾਂ ਦੇਖ, ਇੰਨੀ ਕੁੱਟ ਖਾਣ ਦੇ ਬਾਅਦ ਵੀ ਤੈਨੂੰ ਚੱਕ ਕਿਤੇ ਲੈ ਕੇ ਆਏ ਨੇ? ਸਾਲੇ ਗੁੰਡੇ ਕਾਹਦੇ ਪੱਲੇ ਦਾ ਰੋਏ ਫਿਰਦਾ ਯਾਰ। ਹੈਪੀ, ਕਿਉਂ ਮੇਰਾ ਹੌਸਲਾ ਡਾਊਨ ਕਰਦਾ ਯਾਰ? ਜੇ ਮੈਂ ਅੱਜ ਮੈਡੀਕਲ ਲੀਵ ਤੇ ਨਾ ਹੁੰਦਾ, ਮੈਂ ਆਪ ਨਾਲ ਜਾ ਕੇ ਤੇਰੇ ਚਾਚੇ ਤੋਂ ਮਕਾਨ ਖਾਲੀ ਕਰਵਾ ਕੇ ਆਉਂਦਾ। ਤੈਨੂੰ
ਬਦਮਾਸ਼ਾਂ ਨੇ ਸਾਡੇ ਕੋਲ ਚੈੱਕ ਚੁੱਕ ਕਿੱਥੇ ਬਸ ਇੱਕ ਮੌਕਾ ਦੇ ਦੇ ਫਿਰ ਮੈਂ ਤੇਰੇ ਨਾਲ ਜਾ ਕੇ ਨਾ ਤੇਰੇ ਚਾਚੇ ਤੋਂ ਮਕਾਨ ਖਾਲੀ ਕਰਵਾ ਕੇ ਆਊ ਜੇ ਨਾ ਕਰਵਾਇਆ ਫਿਰ ਜੋ ਮਰਜ਼ੀ ਕਰ ਲਈ ਯਾਰ ਉਹ ਬਸ ਐਲਬਮ ਦੀ ਗੱਲ ਚਲਾਈ ਸੀ ਜੀ ਮਿਸ ਪੂਜਾ ਹੀ ਨਹੀਂ ਮੰਨਦੀ ਅੱਛਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਬਾਜਵਾ ਸਟਰੀਟ ਅਸੀਂ ਵੀ ਤਾਂ ਉੱਥੇ ਹੀ ਰਹਿੰਦੇ ਹਾਂ ਕਦੇ ਦੇਖਿਆ ਨਹੀਂ ਤੁਸੀਂ ਖਰੜ ਵਾਲੀ ਬਾਜਵਾ ਸਟਰੀਟ ਰਹਿੰਦੇ ਹੋ ਨਾ ਜੀ ਹਾਂਜੀ ਮੈਂ ਮੋਗੇ ਵਾਲੀ ਬਾਜਵਾ ਸਟਰੀਟ ਰਹਿਣਾ ਇੱਥੇ ਤਾਂ ਹਲੇ ਮੈਂ ਹੁਣੀ ਆਇਆ ਅਜੀਤ ਨਗਰ 'ਚ ਇਕੱਲੇ ਬਹੁਤ ਜ਼ਿਆਦਾ ਜੀ ਹਾਂ ਮੇਰਾ ਮਤਲਬ ਹੁਣ ਨੌਕਰੀ ਮਿਲ ਗਈ ਬਸ ਹੁਣ ਹਾੜੀ ਵੀ ਲੱਭ ਹੀ ਲੈਣਾ ਤੁਸੀਂ ਆ ਲੋ ਘਰ ਆ ਗਿਆ ਆਹੋ ਉਹ ਤੇਰੀ ਅੰਦਰ ਆ ਜਾਓ ਆਪਣੀ ਭੈਣ ਨੂੰ ਮਿਲ ਕੇ ਜਾਇਓ ਨਾਲੇ ਹੁਣ ਕਿਹੜਾ ਜੀਜਾ ਕਰ ਰਿਹਾ ਹੈ ਉਹ ਭੈਣ ਦੇ ਦਿਲ 'ਚ ਤਾਂ ਹੈਗਾ ਜੀ ਜਿੰਨਾ ਚਿਰ ਉਹਦੇ ਦਿਲ 'ਚੋਂ ਨਹੀਂ ਨਾ ਨਿਕਲਦਾ ਆਪਾਂ ਨਹੀਂ ਮਿਲਦੇ ਉਹਨੂੰ ਰੱਬ ਕਰੇ ਤੁਹਾਡੇ ਮਨ ਮੁਟਾਵ ਛੇਤੀ ਖਤਮ ਹੋਣ ਆ ਲਓ ਜੀ ਪੈਸੇ ਆ ਕੀ ਕਰੀ ਜਾਂਦੇ ਹੋ ਜੀ ਹੁਣੀ ਤਾਂ ਤੁਸੀਂ ਕਿਹਾ ਸੀ ਕਿ ਮੈਂ ਨਾਲ ਹਾਂ ਨਹੀਂ ਮੇਰੇ ਕੋਲ ਹੈਗੇ ਆ ਉਹ ਨਹੀਂ ਜੀ ਤੁਸੀਂ ਰਹਿਣ ਦਿਓ ਨਾਲੇ 20 ਰੁਪਏ ਕਰਕੇ ਆਪਾਂ ਇੰਨੀ ਸੋਹਣੀ ਕੁੜੀ ਥੋੜੀ ਗਵਾਉਣੀ ਜੀ ਅਬ ਕੁਛ ਨਹੀਂ ਜੀ ਤੁਸੀਂ ਰਹਿਣ ਦਿਓ ਜੀ ਬਸ ਠੀਕ ਆ ਥੈਂਕ ਯੂ ਸੀ ਯੂ ਬਾਏ 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 ਜੀ ਚੱਲ ਬਈ ਅਜੀਤ ਨਗਰ ਉਹ ਬਸ ਬਸ ਬਾਈ ਹੁਣ ਆ ਗਿਆ ਅਜੀਤ ਨਗਰ ਉਹ ਭਾਜੀ ਹਲੇ ਤੇ ਅਸੀਂ ਉੱਥੇ ਹੀ ਹੈਗੇ ਆ ਉਹ ਤੈਨੂੰ ਕਹਿਤਾ ਨਾ ਆ ਗਿਆ ਚੱਲ ਉਹ ਕੱਲ ਤੋਂ ਰੂਟ ਹੀ ਬਦਲ ਲੈਣਾ ਮੈਂ ਤਾਂ ਹਾਏ ਰੱਬਾ ਹੁਣ ਫਿਰ ਪਿੰਕੀ ਬਣਨਾ ਪੈਣਾ ਜਸਮੀਤ ਲਾਡੀ ਤੂੰ ਅਚਾਨਕ ਬਿਨਾਂ ਦੱਸੇ ਸਰਪ੍ਰਾਈਜ਼ ਦੇਣ ਆਈ ਆ ਸੋ ਸਵੀਟ ਨਾ ਨਾ ਤੈਨੂੰ ਨਹੀਂ ਹਾਂ Someone special. ਤੇ ਮੈਨੂੰ ਦੱਸਿਆ ਵੀ ਨਹੀਂ ਜਸਮੀਤ ਪਿੰਕੀ ਭਾਬੀ ਆ ਗਏ ਤੁਸੀਂ ਆਓ ਜੀ ਆਓ ਆ ਮੇਰੀ ਫਰੈਂਡ ਹੈ ਲਾਡੀ ਹਾਏ ਲਾਡੀ ਹੈਲੋ ਪਤਾ ਮੈਂ ਤੁਹਾਡੇ ਭਰਾ ਨੂੰ ਮਿਲੀ ਅੱਜ ਮੈਨੂੰ ਨਾ ਦੱਸਿਆ ਕਰੋ ਯੂ ਨੋ ਆਈ ਹੇਟ ਹਿਮ ਮੁੰਡਾ ਤੇ ਚੰਗਾ ਹੈ ਪਰ ਸਾਡੇ ਵਿਆਹ ਦੇ ਤਾਂ ਖਿਲਾਫ ਸੀ ਨਾ ਕਈ ਵਾਰੀ ਤੈਨਾਂ ਤੇ ਹੱਥ ਵੀ ਚੁੱਕਿਆ ਖੈਰ ਮੈਂ ਵੀ ਆਪਣੀ ਲੈ ਕੇ ਬਹਿ ਗਈ ਮੇਰਾ ਮਤਲਬ ਆਪਣੀ ਲੈ ਕੇ ਖੜ ਗਈ ਇਹ ਆਉਂਦੇ ਹੋਣੇ ਆ ਮੈਂ ਚੱਲਦੀ ਆ ਓਕੇ ਬਾਏ 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 ਲਾਡੀ ਬਾਏ ਭਾਬੀ ਜੀ ਬਾਏ ਪੂਰਾ ਟੱਬਰ ਨਾ ਚੱਲਿਆ ਨਾ ਹੀ ਹੈ ਚੱਲ ਅੰਦਰ ਚੱਲੀਏ ਬਹਿ ਜਾ ਹੁਣ ਦੱਸ ਮੁੰਡਾ ਲੱਭਿਆ ਤੇ ਮੈਨੂੰ ਦੱਸਿਆ ਵੀ ਨਹੀਂ ਐਕਚੁਅਲੀ ਘਰਦਿਆਂ ਵੱਲੋਂ ਹਾਲੇ ਤਾਂ ਕੁਝ ਪੱਕਾ ਨਹੀਂ ਹੋਇਆ ਹਾਂ ਇਨਫੈਕਟ ਮੈਂ ਡੈਡੀ ਨੂੰ ਤਾਂ ਇਹ ਦੱਸ ਕੇ ਆਈ ਹਾਂ ਕਿ ਮੈਂ ਤੈਨੂੰ ਮਿਲਣ ਚੱਲੀ ਹਾਂ ਸ਼ਹਿਰ ਸੋ ਉਹਨਾਂ ਦਾ ਫੋਨ ਆਇਆ ਨਾ ਤਾਂ ਪਲੀਜ਼ ਹੈਂਡਲ ਕਰ ਲਈ ਤੂੰ ਮੁੰਡਾ ਕਿੱਥੇ ਰਹਿੰਦਾ ਮੁੰਡਾ ਰਹਿੰਦਾ ਹੈ ਇੱਥੇ ਇਸ ਸ਼ਹਿਰ 'ਚ ਅੱਛਾ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਉਹ ਸਾਲੇ ਹਜੇ ਜਲਦੀ ਆ ਜਾਣਾ ਕੰਮ ਸੇ ਕੰਮ ਘਰ ਹੀ ਸੈੱਟ ਕਰ ਲਿਆ ਕਰ ਆ ਕੀ ਜਨਾਨੀ ਵਾਲੇ ਕੱਪੜੇ ਪਾ ਕੇ ਡੋਲੇ ਬਣਾਉਣ ਲੱਗ ਜਾਣਾ ਨਾਲੇ ਘੱਟੋ ਘੱਟ ਐਕਸੈਸਰੀ ਤਾਂ ਲਾ ਦਿਆ ਕਰ ਜੇ ਖਰਾਬ ਹੋ ਗਈ ਤਾਂ ਕਿੱਥੋਂ ਲੈ ਕੇ ਆਵਾਂਗੇ ਉਹ ਗੱਲ ਸੁਣੋ ਏ ਇੱਕ ਕੰਮ ਕਰੋ ਉੱਤੋਂ ਤੁਹਾਡੀਆਂ ਗੱਲਾਂ ਸੁਣੋ ਹੈ ਐ ਨਹੀਂ ਕਾਕਾ ਕੰਮ ਚੱਲਣਾ ਮੇਰਾ ਮਤਲਬ ਹੈ ਐਵੇਂ ਨਾ ਲੜਿਆ ਕਰ ਢੋਲਾ ਤੇਰੇ ਸੇਰਿਆਂ ਨਾਲ ਵਿਆਹੀ ਹੋਈਆਂ ਉਹ ਕੀ ਲਾੜ ਚੜਿਆ ਤੈਨੂੰ ਅੱਜ ਕਿਤੇ ਪਹਿਲੀ ਵਾਰੀ ਚੜਿਆ ਅੱਛਾ ਜੀ ਜੇ ਹੀ ਗੱਲ ਆ ਨਾ ਤਾਂ ਆਪਣੇ ਮੀਆਂ ਲਈ ਚਾਹ ਬਣਾ ਰੋਟੀ ਬਣਾ ਹੁਣੇ ਲੈ ਕੇ ਆਉਣੀ ਆ ਆ ਜਾ ਲਾਡੀ ਭੈਣ ਉਹ ਦਫਾ ਹੋਵੋ ਤੁਸੀਂ ਸਾਰੇ ਮੈਂ ਤੁਹਾਡੇ ਨਾ ਚੱਕਰਾਂ 'ਚ ਆਪਣਾ ਘਰ ਨਹੀਂ ਖਰਾਬ ਕਰਨਾ ਮੈਂ ਲਾਡੀ ਨੂੰ ਸਭ ਸੱਚ ਦੱਸਣ ਲੱਗਿਆ ਉਹ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ ਉਹਨੇ ਜਾ ਕੇ ਜਸਮੀਤ ਨੂੰ ਦੱਸ ਦੇਣਾ ਤੇ ਜਸਮੀਤ ਨੇ ਸੂਬੇਦਾਰ ਨੂੰ ਉਹ ਨਹੀਂ ਦੱਸਦੀ ਯਾਰ ਉਹ ਹੀਰੋ ਕੁੜੀਆਂ ਦੇ ਢਿੱਡ 'ਚ ਨਹੀਂ ਕੋਈ ਗੱਲ ਬਚਦੀ ਉਹਦੇ ਪੱਜ ਜਾਂਦੀ ਆ ਬਾਈ ਉਹਦੇ ਪੱਜ ਜਾਂਦੀ ਆ ਬਾਈ ਕਿਉਂ ਕਬੱਡੀ ਖੇਡਦੇ ਰਹੀ ਆ ਸਾਲੇ ਐਵੇਂ ਪਕਾਈ ਮਾਰੀ ਜਾਂਦੇ ਆ ਮੈਂ ਹਜੇ ਵੀ ਕਹਿੰਦਾ ਪਲੀਜ਼ ਇੱਕ ਘਰ ਪਿੱਛੇ ਇੰਨੇ ਸੈਲਫਿਸ਼ ਨਾ ਬਣੋ ਘਰ ਆਪਾਂ ਨੂੰ ਹੋਰ ਵੀ ਮਿਲ ਜੂ ਪਰ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ ਤਾਂ ਮੈਂ ਕਾਸੇ ਜੋਗਾ ਨਹੀਂ ਰਹਿਣਾ
अच्छा एक काम कर, अगे भी अपना गुजारा झूठ से ही चलता ना, एक झूठ होर बोल के वेख ला लाडी नू कि तू विआह क्यों कराया। हाँ जे ना गल बनी फिर भावे सच बोल दी। और नाले चार अपने बैग आ चक के चलते बनांगे। पर मैं उन्हें झूठ बोलूं की? कहती लदेन की भैन है, धमकी दे के विआह कराया। बस करो ममा, मैं आपे को सोच लूं। पर तू ना उहदे सामने आ जी, जे तैनू उन्हें पछाण लिया ना तो चार जणे दा पत्ता साफ हो जाना। ओए इट दे बादशाह, साडे पत्ते लिबड़ी रहण दे, जाके अपनी चिड़िए दी बेगम सांभ जा। दीदी चल साली, तेरी सौकल लैन गया। लाडी क्यों आया तू इत्थे? ए देखण ले कि लाडी जिंदा है कि मर गई? मैं अपनी लाडी नू रोंदे हुए नहीं देख सकदा, इसीलिए आया। जस्ट प्लीज तू मेरे नाल ना होर झूठियां गल्लां ना कर, इन्ना वड्डा धोखा, मेरी की गलती सी? यार मैनू मजबूरी च सारा कुछ करना पिया। एहो जी केड़ी मजबूरी सी कि तेनू व्याह कराउणा पै गया? मैं एक दिन स्कूटर ते जा रहा सी ते पिंकी ने डैडी सड़क ते लुक पाउंदे सी, मेरा स्कूटर उहनां च वज्जिया ते उहनां नू पोलियो हो गया। पोलियो स्कूटर च वज्जण नाल? नहीं ओ गर्म लुक च डिगण नाल, जदों उहनां नू लुक चो कढ़िया तां उहनां दी बॉडी पक्की सड़क वांगू आकड़ गई। मैं उहनां नू अपने पेंचर होए स्कूटर ते हॉस्पिटल लै गया, डॉक्टर ने उहनां नू बचाउण लई इंजैक्शन लाया ते पक्की लुक करके उन्हां दी बॉडी च सूई ना लगी। डॉक्टर ने लुक तोड़न लई उन्हां दे हथौड़ी मारी, लुक तां की टुटनी सी, उन्हां दी 8-10 हड्डियां टुट गईआं ते उन्हां नूं पोलियो हो गया। पर इन्हां सारीआं गल्लां दा तेरे व्याह नाल की कनैक्शन है? साली मैं भी गल किसे होर पासे लै गया। ओ पिंकी ने डैडी नूं जदों मैं हॉस्पिटल तों घरे लै के आ रहा सी तां उन्हां ने दस्सिया पिंकी नूं कैंसर आ ते उन्हें 2 महीने तुर जाणा, ते उहदे डैडी ते उहदी इच्छा कि उह सुहागण मरे, ते इंसानियत दे नाते मैं तुरिया नहीं गया ते मैं विआह करा लिया। पर जस तेनू मेरा एक बार भी ख्याल नहीं आया? हर साल आला है तेरा ख्याल, 20 दिन हो गए ब्याह होए नू, हजे तक अड्ड सोने आ, वो भी परण मुंह करके। क्यों? ओ पिंकी दी आखरी इच्छा सुहागण मरन दी आ, मां बनती थोड़ा ना। ओ जस तू दिल दा किन्ना साफ है ना। आई नो, तू मेनू माफ करता ना। थैंक यू। अच्छा डैडी नू ते मैं समझा लूंगी, हुन ना बस तू छेती छेती वेला हो जा, ठीक है? फिर आपां दोनों ब्याह करा लिए। हुण पिंकी नूं आपां आप तां मारन रहे, तू थोड़ी जी वेट कर, आपां उहदे चौथे वाले दिन ही विआह करा लांगे। पर मैं कहना गलत समझा ना पिंकी भाभी नूं? ओए भाभी नहीं, फिर तां आपां दोनों भैण भरा हो जांगे। हां ओ सच, सॉरी मैं ना पिंकी नूं मिल लैनी आ। चिड़ी उड उड कां उड उड गां उड ना है किवें उड्डोए? ਉਹ ਜੱਸ ਵਾਲੀ ਚਿੜੀ ਦਾ ਉਡਾਤੀ ਸੀ, ਹੁਣ ਆਪਦੀ ਨਹੀਂ ਉਡਾਈ ਜਾਂਦੀ। ਕਾਲਾ ਛਿੱਤਰਾ ਚੱਲ, ਕੋਤਾ ਉੱਡ ਨਾ, ਬੋਤਾ ਉੱਡ ਜਮਾ ਹੀ ਨਹੀਂ। ਚੱਲ ਕੁਛ ਤਾਂ ਉਡਾ ਲੈ ਹੁਣ। ਆ ਕਿਹੜਾ ਆ ਗਿਆ? ਆ ਗਿਆ ਰਾਂਝਾ, ਦੇਖੀ ਤੇਰੇ ਵਾਲਾ ਨਾ ਹੋਵੇ। ਜੇ ਸੂਬੇਦਾਰ ਹੋਇਆ ਨਾ ਅੱਜ ਇੱਥੇ ਹੀ ਵੜ ਦੇਣਾ। ਉਹ ਮੈਂ ਜਾਣ ਦੇਣੇ ਮੋੜਨ, ਸਾਲੇ ਤੰਗ ਕਰ ਲਿਆ। ਹੈਂ ਪਿੰਕੀ ਭਾਬੀ, ਪਿੰਕੀ ਭਾਬੀ ਲਾਡੀ ਸੋਰੀ पिंकी, आई एम सो सॉरी, मैं तुहानू किन्ना गलत समझिया। जस ने मैनू दस्या तुहाडे डैडी बारे। डैडी बारे? डैडी वाला तां जी वाला ही चंगा हो गया। थैंक यू सो मच। हाँ मैं समझ सकती हाँ तुहानू किन्ना वड्डा शौक लग्या। शौक? वैसे किन्ने क दिन रह गए ने इन्हां दे कोल? 9 महीने तो लगती है जी। ਤੁਸੀਂ ਇਹਨਾਂ ਦਾ ਕੋਈ ਦੇਸੀ ਇਲਾਜ ਨਹੀਂ ਕਰਵਾਇਆ? ਇਹਨਾਂ ਦਾ ਤਾਂ ਕਰਵਾਇਆ ਸੀ, ਹੁਣ ਇਹਨਾਂ ਦਾ ਕਰਵਾਉਣਾ ਹੈ। ਮੈਂ ਕੱਲ ਹੀ ਕੰਨ ਤੇ ਲਿਖਿਆ ਪੜਿਆ ਸੀ ਵੀ ਬੇ ਔਲਾਦ ਮਿਲੋ। ਨਹੀਂ ਨਹੀਂ, ਮੈਂ ਕੈਂਸਰ ਦੀ ਗੱਲ ਕਰ ਰਹੀ ਹਾਂ। ਕਿਹਨੂੰ ਆ ਜੀ ਕੈਂਸਰ? ਕਿਹਨੂੰ ਹੈ ਕੈਂਸਰ? ਤੁਹਾਨੂੰ? ਮੈਨੂੰ? ਮੇਰੂ ਭਾਬੀ ਕੈਂਸਰ ਪਿੰਕੀ ਨੂੰ। ਅੱਛਾ 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 ਅੱਛਾ, ਨਾ 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 ਨਾ, ਕਿਹਨੂੰ ਹੈ ਕੈਂਸਰ? ਕੈਂਸਰ ਹੈ ਹੀ ਨਹੀਂ, ਕੈਂਸਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਹ ਜਜ਼ਬਾ ਹੋਣਾ ਚਾਹੀਦਾ ਔਰਤਾਂ ਦੇ ਵਿੱਚ ਇਸ ਨਾਮ ਮੁਰਾਦ ਬਿਮਾਰੀ ਨਾਲ ਲੜਨ ਦਾ। ਸਾਰੇ ਬੋਲੋ ਮਹਿਲਾ ਸਮਤੀ। ਮੇਰੂ ਭਾਬੀ ਕੰਟਰੋਲ। ਓਕੇ ਕੰਟਰੋਲ। ਓਕੇ ਕੁਛ ਨਹੀਂ। ਆ ਤੁਸੀਂ ਆਪਣਾ ਮੂੰਹ ਕਿਉਂ ਲੁਕੋਇਆ ਹੈ? ਇਹਨੂੰ ਕੈਂਸਰ ਹੈ ਨਾ, ਇਹਦਾ ਪਰਛਾਵਾਂ ਮੇਰੇ ਹੋਣ ਵਾਲੇ ਬੱਚੇ ਤੇ ਨਾ ਪੈ ਜੇ, ਇਸ ਕਰਕੇ। ਅੱਛਾ ਜੀ, ਵੈਸੇ ਤੁਸੀਂ ਇਹਨਾਂ ਦਾ ਖਾਸ ਧਿਆਨ ਰੱਖਣਾ ਪਲੀਜ਼। ਪੱਕਾ ਪ੍ਰੋਮਿਸ। ਤੇ ਜੇ ਕੁਛ ਵੀ ਹੋ ਜਾਏ ਨਾ ਤੁਸੀਂ ਮੈਨੂੰ ਸੱਦ ਲੈਣਾ। ਜੇ ਮੈਨੂੰ ਕੁਛ ਹੋ ਗਿਆ ਤੁਹਾਨੂੰ ਤਾਂ ਇਹੀ ਸੱਦਣਗੇ ਨਾ, ਮੈਂ ਤਾਂ ਮਰ ਗਈ ਹੋਊਂਗੀ। ਪਰ ਤੁਸੀਂ ਆਇਓ ਜ਼ਰੂਰ ਮੇਰੇ ਭੋਗ ਤੇ, ਮੈਨੂੰ ਬੜਾ ਚੰਗਾ ਲੱਗੂਗਾ। ਓ ਹੋ ਪਲੀਜ਼ ਪਿੰਕੀ, ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ। ਜਿੰਨੇ ਵੀ ਦਿਨ ਹੈਗੇ ਨਾ ਹੱਸ ਖੇਡ ਕੇ ਬਤਾਓ ਨਾ, ਇੰਜੋਏ ਕਰੋ। ਬਸ ਤੁਸੀਂ ਇੱਦਾਂ ਹੀ ਆ ਜਾ ਕਰੋ, ਮੇਰੀ ਤਾਂ ਇੰਜੋਏਮੈਂਟ ਹੀ ਹੈ ਜੀ। ਤੇ ਤੁਸੀਂ
ਇਹਨਾਂ ਦੇ ਨੇੜੇ ਰਿਹਾ ਕਰੋ, ਇੰਜ ਥੋੜੀ ਫੈਲਦਾ ਕੈਂਸਰ। ਪੱਕਾ ਪ੍ਰੋਮਿਸ। ਪਿੰਕੀ ਆਪਣਾ ਖਿਆਲ ਰੱਖਿਓ, ਮੈਂ ਚਲਦੀ ਹਾਂ ਜੀ। ਚਲੋ ਓਕੇ ਬਾਏ ਬਾਏ। ਹਾਏ ਜੱਫੀ ਪਾ ਗਈ ਆਣਾ ਸਵਾਦ ਹੀ ਆ ਗਿਆ ਸਾਲਿਓ। ਤੂੰ ਸਾਲਿਆ ਬੜੀ ਜੱਫੀਆਂ ਪਾਉਣਾ ਸੀ, ਦੱਸਾਂ ਤੈਨੂੰ। ਓਏ 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 ਤੂੰ ਹੈ ਮੈਂ ਸੂਟ ਵਾਲਿਆਂ ਨੂੰ ਜੱਫੀਆਂ ਪਾ ਸਕਦੇ ਨੇ। ਹਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਹਲੋ ਜੀ। ਲਓ ਜੀ ਤੁਸੀਂ ਅੰਦਰ ਹੀ ਆ ਜਾਓ ਜੀ। ਹਾਂਜੀ ਆ ਜਾਓ ਜੀ, ਆ ਜਾਓ। ਕੀ ਖਾਓਗੇ? ਸ਼ਬੀਲ ਜੀ ਕਾਫੀ ਕੁਛ ਪੜ੍ਹਿਆ। ਸ਼ਬੀਲ 'ਚ ਤਾਂ ਦੋ ਹੀ ਚੀਜ਼ਾਂ ਬਣੀਆਂ ਜੀ, ਪਰ ਮੈਂ ਤੁਹਾਡੇ ਲਈ 8-10 ਆਈਟਮਾਂ ਅੱਡ ਤੋਂ ਹੀ ਲੈ ਆਇਆ ਸੀ ਜੀ। ਜੀ ਤੁਸੀਂ ਚੀਫ ਗੈਸਟ ਹੋ ਨਾ? ਸ਼ਬੀਲ ਸੇ ਚੀਫ ਗੈਸਟ? ਹਾਂ। ਤੇਰੇ ਲਈ ਦਿਲ ਸਾਰੀ 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 ਰਾਤ ਜਗੇ ਤੇਰੇ ਲਈ। ਤੇਰੇ ਲਈ ਦਿਲ ਸਾਰੀ 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 ਰਾਤ ਜਗੇ, ਬੁੱਲਾਂ ਉੱਤੇ ਬਸ ਤੇਰੀ ਬਾਤ ਰਵੇ। ਤੂੰ ਰਵੇ ਨਜ਼ਦੀਕ ਤੇ ਹਾਲ ਮੇਰਾ ਠੀਕ, ਤੂੰ ਰਵੇ ਨਜ਼ਦੀਕ ਤੇ ਹਾਲ ਮੇਰਾ ਠੀਕ, ਜੇ ਦੂਰ ਜਾਵੇ ਸੁੱਤੀ ਬਰਸਾਤ ਜਗੇ ਤੇਰੇ ਲਈ। ਖਾਬ ਬੁਣੇ ਤੇਰੇ ਲਈ, ਤੇਰੇ ਲਈ ਦਿਲ ਪਹਿਲਾ ਪਹਿਲਾ ਇਸ਼ਕੇ ਦਾ ਖਾਬ ਬੁਣੇ, ਤੇਰੇ ਵੱਲ ਜਾਣ ਵਾਲੀ ਰਾਹ ਚੁਣੇ। ਬਾਬਾ ਜੀ, ਤੁਹਾਡੀ ਹਜ਼ੂਰੀ ਵਿੱਚ ਜਦੋਂ ਮੇਰੀਆਂ ਲਾਵਾਂ ਹੋਣ, ਉਦੋਂ ਵੀ ਇਹੀ ਕੁੜੀ ਮੇਰੇ ਸੱਜੇ ਬੈਠੀ ਹੋਵੇ। ਵਾਹਿਗੁਰੂ। ਥੈਂਕ ਯੂ ਜੀ। ਥੈਂਕ ਯੂ ਤਾਂ ਤੁਹਾਡਾ ਮੈਡਮ ਜੀ, ਤੁਸੀਂ ਸ਼ਬੀਲ 'ਤੇ ਆਏ। ਤੁਹਾਡੇ ਨਾਲ ਵਕਤ ਗੁਜ਼ਾਰ ਕੇ ਮੈਨੂੰ ਕਿੰਨਾ ਚੰਗਾ ਲੱਗਦਾ, ਤੁਹਾਨੂੰ ਨਹੀਂ ਪਤਾ। ਰਾਣੂ ਜੀ, ਮੈਨੂੰ ਨਾ ਕਿਸੇ ਹੱਥ ਵੇਖਣ ਵਾਲੇ ਨੇ ਕਿਹਾ ਸੀ ਕਿ ਮੇਰਾ ਵਿਆਹ ਨਾ ਕਿਸੇ ਸਕੂਲ ਦੀ ਮਾਸਟਰਨੀ ਨਾਲ ਹੀ ਹੋਊ,
ਜਿਹਦੇ ਘਰ ਦੇ ਸਾਹਮਣੇ ਪਿੱਪਲ ਹੋ। ਆ ਪਿੱਪਲ ਹੀ ਆ ਨਾ ਜੀ? ਮੈਂ ਚਲਦੀ ਹਾਂ, ਬਹੁਤ ਦੇਰ ਹੋ ਗਈ। ਬਾਹਰੋਂ ਮੇਰੀ ਦੀਦੀ ਆਏ ਹੋਏ ਨੇ। ਠੀਕ ਹੈ ਜੀ। ਰਾਣੋ? ਹਾਂਜੀ ਦੀਦੀ। ਕੌਣ ਸੀ ਇਹ ਮੁੰਡਾ? ਓ ਪਾਲੀ, ਇਸੇ ਪਿੰਡ 'ਚ ਕੰਮ ਕਰਦਾ ਹੈ। ਕੀ ਕੰਮ ਕਰਦਾ? ਓ ਪੋਲਟਰੀ ਫਾਰਮ 'ਚ ਡੀ ਬਿਕਰ ਹੈ। ਡੀ ਬਿਕਰ? ਹਾਂ, ਮੁਰਗੀਆਂ ਦੀਆਂ ਚੁੰਝਾਂ ਵੱਢਦਾ ਹੈ। ਉਹਨੇ ਸ਼ਬੀਲ ਲਾਈ ਸੀ ਤਾਂ ਕਰਕੇ ਮੈਨੂੰ ਛੱਡਣ ਆ ਗਿਆ। ਇੰਨੀ ਕੀ ਗੱਲ ਹੈ ਨਾ? ਤੁਹਾਨੂੰ ਕੀ ਲੱਗਦਾ ਹੈ, ਮੁੰਡਾ ਚੰਗਾ ਹੈ ਨਾ? ਚੰਗਾ ਤਾਂ ਆਪਣਾ ਕੇਬਲ ਵਾਲਾ ਜੈਲੀ ਵੀ ਬਹੁਤ ਸੀ। ਅਸੀਂ ਇੱਕ ਦੂਜੇ ਨੂੰ ਪਸੰਦ ਵੀ ਬਹੁਤ ਕਰਦੇ ਸੀ। ਉਹਨੂੰ ਵੇਖਣ ਦੇ ਬਹਾਨੇ ਤਾਂ ਮੈਂ ਘਰ ਦੀ ਕੇਬਲ ਖਰਾਬ ਕਰਦੇ ਕਰਦੀ ਸੀ। ਜੇ ਉਸ ਵੇਲੇ ਮੰਮੀ ਡੈਡੀ ਨੇ ਸਮਝਾ ਕੇ ਜੈਲੀ ਨੂੰ ਛੱਡ ਕੇ ਤੇਰੀ ਚੀਚੇ ਨਾਲ ਮੈਨੂੰ ਵਿਆਹ ਕਰਨ ਨੂੰ ਨਾ ਕਿਹਾ ਹੁੰਦਾ ਨਾ, ਤਾਂ ਸ਼ਾਇਦ ਅੱਜ ਮੈਂ ਆਪਣੇ ਬੱਚਿਆਂ ਨੂੰ ਇੱਕ ਚੰਗਾ ਫਿਊਚਰ ਨਾ ਦੇ ਸਕਦੀ। ਪਰ ਦੀਦੀ, ਇਹ ਵੀ ਤਾਂ ਹੋ ਸਕਦਾ ਹੈ ਨਾ, ਕੱਲ੍ਹ ਨੂੰ ਮਿਹਨਤ ਕਰਕੇ ਪਾਲੀ ਵਧੀਆ ਸੈਟਲ ਹੋ ਜਾਏ। ਆਉਣ ਵਾਲੇ ਵਕਤ ਨੇ ਆਪਣੀ ਬੁੱਕਲ 'ਚ ਕੀਲ ਘੋ ਰੱਖਿਆ, ਇਹ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ। ਇਹ ਚੰਦ ਤਾਰਿਆਂ ਦੀ ਰੋਮਾਂਟਿਕ ਗੱਲਾਂ ਵਿਆਹ ਦੇ ਮਗਰੋਂ ਜਦੋਂ ਦੁੱਧ ਪਿਆਜ਼ ਦੇ ਰੇਟਾਂ 'ਚ ਬਦਲ ਜਾਂਦੀਆਂ ਨੇ ਨਾ, ਉਦੋਂ ਜ਼ਿੰਦਗੀ ਦੀ ਸੱਚਾਈ ਪਤਾ ਚੱਲਦੀ ਹੈ। ਜੈਲੀ ਅੱਜ ਵੀ ਕੇਬਲ ਦੇ ਕਨੈਕਸ਼ਨ ਦਿੰਦਾ ਫਿਰਦਾ। ਉਹਨੂੰ ਵੇਖ ਕੇ ਨਾ ਮੈਂ ਡਰ ਜਾਂਦੀ ਹਾਂ ਕਿ ਜੇ ਮੈਂ ਇਹਦੇ ਨਾਲ ਵਿਆਹ ਕੀਤਾ ਹੁੰਦਾ ਤਾਂ ਮੇਰੀ ਜ਼ਿੰਦਗੀ ਕੀ ਹੁੰਦੀ। ਪਰ ਦੀਦੀ, ਇਹ ਜ਼ਰੂਰੀ ਤਾਂ ਨਹੀਂ ਨਾ ਜੋ ਜੈਲੀ ਨਾਲ ਹੋਇਆ ਉਹੀ ਪਾਲੀ ਨਾਲ ਵੀ ਹੋਵੇ। ਦੇਖ ਰਾਣੋ, ਮੈਂ ਸਮਝ ਸਕਦੀ ਹਾਂ ਤੂੰ ਅੱਜ ਜਿਹੜੇ ਮੋੜ 'ਤੇ ਖੜੀ ਹੈ ਨਾ, ਮੈਂ ਇਸ ਮੋੜ ਤੋਂ ਅੱਜ ਤੋਂ 10 ਸਾਲ ਪਹਿਲਾਂ ਵਾਪਸ ਮੁੜ ਗਈ ਸੀ ਅਤੇ ਮੈਨੂੰ ਕੋਈ ਪਛਤਾਵਾ ਨਹੀਂ ਇਸ ਗੱਲ ਦਾ। ਮੈਂ ਤੇਰੀ ਵੱਡੀ ਭੈਣ ਹਾਂ, ਤੇਰਾ ਬੁਰਾ ਨਹੀਂ ਚਾਹੂੰਗੀ। ਮੇਰਾ ਦਿਓਰ ਕੈਨੇਡਾ ਤੋਂ ਅਗਲੇ ਹਫ਼ਤੇ ਆ ਰਿਹਾ, ਉਹਨੇ ਤੇਰੀ ਫੋਟੋ ਵੇਖੀ ਸੀ, ਉਹਦੇ ਵੱਲੋਂ ਤਾਂ ਆਲਮੋਸਟ ਹਾਂ ਹੈ। ਮੰਮੀ ਪਾਪਾ ਨੂੰ ਵੀ ਰਿਸ਼ਤਾ ਪਸੰਦ ਹੈ। ਬਾਕੀ ਤੂੰ ਸਮਝਦਾਰ ਹੈ, ਫੈਸਲਾ ਤੇਰੇ ਹੱਥ 'ਚ ਹੈ। ਯਾਰ ਬੜੀ ਜਿੱਦੀ ਆ ਤੂੰ, ਚੱਲ। ਜੇ ਕਿਸੇ ਨੇ ਦੇਖ ਲਿਆ ਤੇ? ਉਹ ਕੋਈ ਨਹੀਂ ਦੇਖਦਾ। ਇਹੋ ਜਿਹੀ ਕਿਹੜੀ ਤੂੰ ਮੇਰੇ ਨਾਲ ਸੀਕ੍ਰੀਟ ਮੀਟਿੰਗ ਕਰ ਰਹੀ ਸੀ? ਤੂੰ ਚੱਲ ਤਾਂ ਸਹੀ, ਦੱਸਦਾ ਮੈਂ। ਤੇਰੀ ਸਾਲਿਆ, ਤੈਨੂੰ ਮੇਰੇ ਵਾਲੀ ਉਹ ਮਿਲੀ ਸੀ? ਉਹ ਪਾਲੀ, ਸੌਣ ਦੇ ਯਾਰ। ਇਹ ਸਾਲੇ ਕਿੱਥੇ ਗਏ? ਐਵੇਂ ਲੱਗੂ ਪੰਗਾ ਪਾ ਲੈਣਾ। ਅੱਛਾ ਦੱਸ, ਕਿਹੜੀ ਸੀਕ੍ਰੇਟ ਗੱਲ ਕਰਨੀ ਸੀ? ਯਾਰ ਤੈਨੂੰ ਦੇਖ ਕੇ ਨਾ ਇੱਕ ਸ਼ੇਰ ਯਾਦ ਆ ਗਿਆ। ਅੱਛਾ ਕਿਹੜਾ? ਕਿਤਨੀ ਹਸੀਨ ਇਹ ਆਜ ਕੀ ਰਾਤ ਹੈ, ਏਕ ਚਾਂਦ ਆਸਮਾਨ ਮੇਂ ਔਰ ਏਕ ਮੇਰੇ ਪਾਸ ਹੈ। ਵਾਹ, ਹੋ ਗਿਆ। ਹੁਣ ਦੱਸ ਕਿਹੜੀ ਗੱਲ ਕਰਨੀ ਸੀ?
ਜ਼ੋਰ ਨਹੀਂ ਹੈਗਾ ਜੀ। ਛੱਡ ਦਿਓ ਮੈਨੂੰ ਸੂਬੇਦਾਰ ਸਾਹਿਬ। ਸੂਬੇਦਾਰ ਸਾਲਿਆ ਤੈਨੂੰ ਕਿਵੇਂ ਪਤਾ ਮੈਂ ਸੂਬੇਦਾਰ ਆ? ਓ ਬਾਬਾ ਦਰਵਾਜ਼ੇ ਤੇ ਲੱਗੀ, ਨੇਮ ਪਲੇਟ ਤੇ ਪੜਿਆ ਜੀ। ਸਾਲਿਆ ਸਾਡੇ ਦਰਵਾਜ਼ੇ ਤੇ ਤਾਂ ਕੁੰਡੀ ਮਸਾ ਲੱਗੀ ਆ, ਨੇਮ ਪਲੇਟ ਸਾਲਾ ਕੌਣ ਲਾ ਗਿਆ? ਤੂੰ ਹੈ ਕੌਣ ਆ ਓਏ? ਸ਼ਕਲ ਵਿਖਾ, ਇੱਧਰ ਨੂੰ ਦਿਖਾ ਮੂੰ। ਓਏ ਓਏ, ਤੇਰੀ ਸ਼ਕਲ ਤਾਂ ਸਾਲਿਆ ਨੀਰੂ ਨਾਲ ਬਹੁ ਮਿਲਦੀ ਆ। ਮੈਂ ਉਹਨਾਂ ਦਾ ਹੀ ਜੁੜਵਾ ਭਾਈ ਆ ਜੀ। ਸਾਲੇ ਸਾਰੇ ਪੰਜਾਬ ਦੇ ਜੁੜਵੇ ਸਾਡੇ ਘਰੇ ਇਕੱਠੇ ਹੋਣੇ ਸੀ, ਤੂੰ ਕਰਨ ਕੀ ਆਇਆ ਇੱਥੇ? ਭੈਣ ਜੀ ਉਹਨਾਂ ਨੂੰ ਮਿਲਣ ਆਇਆ ਸੀ ਜੀ। ਇਸ ਵੇਲੇ ਸਾਲੇ ਅੱਧੀ ਰਾਤ ਨੂੰ ਤਾਂ ਲੋਕ ਮਸ਼ੂਕ ਨੂੰ ਮਸਾਂ ਮਿਲਣ ਜਾਂਦੇ ਆ, ਤੂੰ ਭੈਣ ਨੂੰ ਮਿਲਣ ਆ ਗਿਆ? ਹਾਂ, ਅੱਜ 12 ਵਜੇ ਤੋਂ ਬਾਅਦ ਰੱਖੜੀ ਸ਼ੁਰੂ ਹੋਣੀਆਂ ਨੇ ਜੀ। ਓਹ, ਮੇਰਾ ਜੀਜਾ ਮੈਨੂੰ ਕੁੜਦਾ ਬਹੁਤ ਮਿਲ ਨਹੀਂ ਦਿੰਦਾ ਜੀ, ਬਸ ਫਿਰ ਮੈਂ ਲੁੱਕੇ ਰੱਖੜੀ ਬਣਾਉਣ ਆਇਆ ਸੀਗਾ ਜੀ। ਅੱਛਾ, ਪਾ ਕੇ ਸਾਲਿਆ ਇਹੋ ਜਿਹੇ ਵਲਗਰ ਕੱਪੜੇ ਪਾ ਕੇ ਤਾਂ ਕੋਈ ਸੁੱਤੀ ਭੈਣ ਦੇ ਕੋਲ ਦੀ ਨਹੀਂ ਲੱਗਦਾ, ਤੂੰ ਸੁੱਤੀ ਨੂੰ ਚੁਗਾਉਣ ਆ ਗਿਆ? ਤੈਨੂੰ ਜੀਜਾ ਬਾਅਦ ਚ ਕੁੱਟੂ, ਪਹਿਲਾਂ ਮੈਂ ਕੁੱਟੂ। ਤੂੰ ਤੇ ਕਿਹਾ ਸੀ ਕਿ ਇਹ ਸੀਕ੍ਰੇਟ ਮੀਟਿੰਗ ਹੈ। ਯਾਰ ਮੈਨੂੰ ਥੋੜਾ ਨਾ ਪਤਾ ਸੀ, ਮੈਂ ਤਾਂ ਆਪਣੇ ਵੱਲੋਂ ਸੀਕ੍ਰੇਟ ਹੀ ਰੱਖੀ ਸੀ। ਇਹ ਕਿਹੋ ਜਿਹੀ ਸੀਕ੍ਰੇਟ ਮੀਟਿੰਗ ਹੈ ਜਿੱਥੇ ਸਾਰਾ ਟੱਬਰ ਇਕੱਠਾ ਹੋਇਆ ਹੈ? ਕਾਹਦਾ ਰੌਲਾ ਪਾਇਆ ਤੁਸੀਂ? ਮੈਂ ਕਾਹਦਾ ਰੌਲਾ ਪਾਉਣਾ, ਤੇਰਾ ਸਾਲਾ ਆਇਆ ਸੀ। ਮੇਰਾ ਕਿਹੜਾ ਸਾਲਾ? ਆਹੋ, ਜਿਹਨੂੰ ਆਪਣੀ ਜਨਾਨੀ ਦੀ ਸੁੱਧ ਬੁੱਧ ਨਹੀਂ, ਉਹਨੂੰ ਸਾਲੇ ਦੀ ਸੁਆਹ ਉੜੀ ਆ। ਉਹ ਨੀਰੂ ਦਾ ਜੁੜਵਾ ਭਰਾ ਆਇਆ ਸੀ। ਨੀਰੂ ਦਾ ਜੁੜਵਾ ਭਰਾ? ਓਹ ਅੱਛਾ, ਉਹ ਸਾਲਾ ਆਇਆ ਸੀ ਤੇ ਤੂੰ ਦੂਜੀ ਦਾ ਸਮਝਿਆ ਹੋਣਾ। ਕੀ ਮਤਲਬ? ਕੁਛ ਨੀ, ਸੌ ਜਾ ਕੇ ਬੌਂਦਲਿਆ ਫਿਰ ਤਾਂ। ਹਾਏ ਹਾਏ, ਆ ਜਾਂਦੇ ਹਾਏ, ਤੁਸੀਂ ਅੱਧੀ ਰਾਤ ਨੂੰ ਉੱਠ ਕੇ ਕਿਉਂ ਆ ਗਏ ਜੀ? ਹੈ ਕੀ ਹੋਇਆ? ਕੀ ਹੋਣਾ? ਕੀ ਆ, ਤੇਰਾ ਜੁੜਵਾ ਭਰਾ ਆਇਆ ਸੀ ਰੱਖੜੀ ਬਣਾਉਣ, ਗੋਡਾ ਬਣਾ ਕੇ ਚਲਿਆ ਗਿਆ। ਹਾਏ ਮੇਰੇ ਭਰਾ ਦਾ ਗੋਡਾ, ਤੁਸੀਂ ਉਹਨੂੰ ਰੋਕਿਆ ਕਿਉਂ ਨਹੀਂ? ਮੈਂ ਉਹਦਾ ਦੂਜਾ ਗੋਡਾ ਭੰਨ ਕੇ ਰੋਕਦਾ, ਸਾਲਾ ਮੇਰੇ ਹੱਥੋਂ ਬਚ ਕੇ ਤਾਂ ਐ ਨਿਕਲਿਆ ਜਿਵੇਂ ਜੀਜੀ ਹੱਥੋਂ ਸਾਲੀ ਨਿਕਲਦੀ ਹੁੰਦੀ ਆ। ਹਾਏ ਰੱਬਾ, ਹੁਣ ਮੈਂ ਰੱਖੜੀ ਕਿਹਦੇ ਬੰਨੂਗੀ? ਆ ਜੱਬਲ ਦੇ ਬੰਦ ਹੈ ਸਾਲਾ, ਜੱਬ ਹੀ ਨਵੇੜ। ਕੀ? ਕੁਛ ਨਹੀਂ, ਸੌਂਦਾ ਜਾ ਕੇ ਸਵੇਰੇ ਗੱਲ ਕਰਾਂਗੇ। ਠੀਕ ਹੈ ਚਲੋ। ਲੈ ਕੇ ਤਾਂ ਉੱਪਰ ਨੂੰ ਐ ਚੱਲਿਆ ਜਿਵੇਂ ਇਹਦੇ ਨਾਲੇ ਵਸਣੀ ਹੁੰਦੀ ਆ। ਤੁਸੀਂ ਇੱਥੇ ਬੈਠੇ ਹੋ, ਮੈਂ ਤੁਹਾਨੂੰ ਕਲਾਸਰੂਮ 'ਚ ਲੱਭ ਰਹੀ ਸੀ। ਅੱਛਾ, ਫੋਨ ਵੀ ਹੈਗਾ ਮੇਰੇ ਕੋਲੇ। ਇੱਦਾਂ ਔਖੇ ਹੋ ਕੇ ਕਿਉਂ ਗੱਲ ਕਰ ਰਹੇ ਹੋ? ਫੋਨ ਆਇਆ ਸੀਗਾ ਭੈਣ ਦਾ, ਜੋ ਵੀ ਘਰੇ ਹੋ ਰਿਹਾ ਨਾ, ਠੀਕ ਨਹੀਂ ਹੋ ਰਿਹਾ ਜਸਮੀਤ। ਤੇ ਤੁਹਾਨੂੰ ਲੱਗ ਗਿਆ ਪਤਾ, ਦੇਖ ਲਓ ਇੱਕ ਵਿਆਹਿਆ ਬੰਦਾ ਕੀ ਕਰ ਰਿਹਾ। ਨਾ ਵਿਆਹਿਆ ਬੰਦਾ ਇਹਦੇ 'ਚ ਕੀ ਕਰੂਗਾ, ਜਦੋਂ ਸਾਹਮਣੇ ਵਾਲੀ ਗਲਤ ਹੋਵੇ ਤਾਂ। ਆਹੋ, ਤੁਸੀਂ ਵੀ ਨਾ ਕੁੜੀ ਨੂੰ ਗਲਤ ਸਮਝਿਓ, ਗਲਤੀ ਤੇ ਜੀਜੇ ਦੀ ਵੀ ਹੈ। ਦੁੱਖ ਹੋ ਰਿਹਾ ਮੈਨੂੰ ਕਿ ਜਿਹੜੇ ਬੰਦੇ ਨੂੰ ਮੈਂ ਦਿਲ 'ਚ ਇੰਨੀ ਥਾਂ ਦਿੱਤੀ ਨਾ, ਉਹ ਅੱਜ ਮੇਰੇ ਸਾਹਮਣੇ ਇੱਦਾਂ ਦੀਆਂ ਗੱਲਾਂ ਕਰਦਾ। ਬਾਬੂ, ਮੈਂ ਮੰਨਦੀ ਹਾਂ ਕੁੜੀ ਦੀ ਵੀ ਗਲਤੀ ਹੈ, ਪਰ ਜਸ ਤਾਂ ਉਸ ਤੋਂ ਵੀ ਵੱਡਾ ਕਸੂਰਵਾਰ ਹੈ ਨਾ। ਫੋਨ ਕਰਕੇ ਤਾਂ ਜਸ ਨੇ ਹੀ ਲਾਡੀ ਨੂੰ ਛੱਤ ਉੱਤੇ ਬੁਲਾਇਆ ਸੀ। ਹਾਂ, ਲਾਡੀ ਨੂੰ? ਹਾਂ, ਮੈਂ ਉਹਨਾਂ ਦੋਵਾਂ ਦੇ ਪਿੱਛੇ ਛੱਤ 'ਤੇ ਵੀ ਗਈ ਸੀ ਤਾਂ ਕਿ ਉਹਨਾਂ ਦੋਨਾਂ ਨੂੰ ਉੱਥੇ ਹੀ ਸਮਝਾਵਾਂ, ਪਰ ਉਸ ਤੋਂ ਪਹਿਲਾਂ ਹੀ ਘਰ 'ਚ ਨਵਾਂ ਪੰਗਾ ਖੜਾ ਹੋ ਗਿਆ। ਦੇਖਿਆ, ਜੀਜੇ ਦੀਆਂ ਇਹਨਾਂ ਗੱਲਾਂ ਕਰਕੇ ਤਾਂ ਮੈਂ ਨਫ਼ਰਤ ਕਰਦਾ ਉਹਨੂੰ, ਇਹਨਾਂ ਦਾ ਤਾਂ ਟੱਬਰ ਹੀ ਇੱਦਾਂ ਦਾ। ਤੁਹਾਡੀ ਨਫ਼ਰਤ ਵੀ ਨਾ ਜਾਇਜ਼ ਹੈ। ਵੈਸੇ ਤੁਸੀਂ ਵੀ ਸਹੀ ਕਹਿੰਦੇ ਹੋ, ਲਾਡੀ ਦੀ ਗਲਤੀ ਨਹੀਂ ਸੀ। ਬੜੀ ਛੇਤੀ ਮੇਰੀ ਹਾਂ 'ਚ ਹਾਂ ਮਿਲਾਤੀ। ਉਹ ਤਾਂ ਜੀ ਹੁਣ ਸਾਰੀ ਉਮਰ ਹੀ ਮਿਲਾਉਣੀ ਹੈ ਨਾ। ਮਤਲਬ? ਮਤਲਬ ਇਹ ਕਿ ਮੇਰੇ ਦਿਲ 'ਚ ਇੱਕ ਗੱਲ ਆ ਜੋ ਮੈਂ ਕਹਿਣੀ ਚਾਹੁੰਦਾ। ਮੈਂ ਵਿਆਹ ਕਰਾਉਣਾ ਚਾਹੁੰਦਾ ਤੇਰੇ ਨਾਲ ਜਸਮੀਤ। ਕੀ ਹੋਇਆ, ਚੁੱਪ ਕਿਉਂ ਹੋ ਗਏ? ਤੁਹਾਨੂੰ ਮੇਰੇ ਚਾਚਾ ਜੀ ਨਾਲ ਗੱਲ ਕਰਨੀ ਪੈਣੀ ਹੈ। ਉਹ ਮੈਂ ਕਰ ਲੂੰਗਾ। ਇਕੱਲੇ ਨਹੀਂ, ਤੁਹਾਡੀ ਭੈਣ ਪਿੰਕੀ ਨੂੰ ਵੀ ਵਿੱਚ ਪਾਉਣਾ ਪੈਣਾ, ਤਾਂ ਕਿ ਚਾਚਾ ਜੀ ਨੂੰ ਤੁਸੀਂ ਥੋੜ੍ਹੇ ਜਿਹੇ ਫੈਮਿਲੀ ਵਾਲੇ ਲੱਗੋ। ਕੀ ਹੋਇਆ, ਗਵਾਚ ਕਿਉਂ ਗਏ? ਠੀਕ ਆ, ਪਹਿਲਾਂ ਭੈਣ ਗੱਲ ਕਰ ਲੂ, ਫਿਰ ਮੈਂ ਗੱਲ ਕਰ ਲੂੰਗਾ। ਨਹੀਂ ਜੀ, ਦੋਵੇਂ ਇਕੱਠੇ, ਉਹ ਵੀ ਅੱਜ ਹੀ। ਇਕੱਠੇ? ਹਾਂ, ਅੱਜ ਰੱਖੜੀ ਵੀ ਹੈ ਤੇ ਰੱਖੜੀ ਬਣਾਉਣ ਦੇ ਬਹਾਨੇ ਭੈਣ ਨਾਲ ਵਿਆਹ ਦੀ ਗੱਲ ਵੀ ਕਰ ਲਿਓ, ਹੈ ਨਾ? ਦੁਸ਼ਮਣੀ ਤੇ ਜੀਜੇ ਨਾਲ ਹੈ ਨਾ, ਭੈਣ ਨਾਲ ਤੇ ਨਹੀਂ? ਫਿਰ ਅੱਜ ਰੱਖੜੀ ਆ ਯਾਰ, ਵੀਰ ਬਣ ਕੇ ਅੱਜ ਮੇਰੀ ਭੈਣੇ ਬਣ ਜਾ। ਓ ਚੱਲ ਓਏ, ਕਦੇ ਮੈਨੂੰ ਨੀਰੂ ਬਣਾ ਲੈਣਾ, ਕਦੇ ਭੈਣ ਬਣਾ ਲੈਣਾ, ਦਫਾ ਹੋ। ਓ ਯਾਰ, ਦਰਸਲ ਜਸਮੀਤ ਚਾਹੁੰਦੀ ਆ ਕਿ ਮੈਂ ਆਪਣੀ ਭੈਣ ਤੋਂ ਨਾ ਰੱਖੜੀ ਬਣਾਵਾਂ, ਨਾਲੇ ਉਹਨੇ ਰਿਸ਼ਤੇ ਦੀ ਗੱਲ ਕਰਨੀ ਆ, ਤੇ ਤੋਂ ਬਿਨਾਂ ਨਹੀਂ ਹੋਣਾ ਯਾਰ, ਵੀਰ ਬਣ ਕੇ ਮੰਨ ਜਾ। ਕਰਨਾ ਕੀ ਆ ਪਿੰਕੀ ਭਾਬੀ? ਸਭ ਠੀਕ ਹੋ ਜੂ ਦੀਦੀ, ਸਭ ਠੀਕ ਹੋ ਜੂਗਾ, ਸਭ ਠੀਕ। ਭਾਬੀ ਕੀ ਹੋਇਆ ਤੁਹਾਨੂੰ? ਇਹਨਾਂ ਦੇ ਕੈਂਸਰ ਦੀ ਮਿਆਦ ਮੁੱਕ ਗਈ। ਮਤਲਬ? ਮਤਲਬ ਕੈਂਸਰ ਬਹੁਤ ਵੱਧ ਗਿਆ, ਦੇਖੋ ਤੁਸੀਂ ਵਿਚਾਰੀ ਦੀ ਕੀ ਹਾਲਤ ਹੈ, ਠੰਡ ਨਾਲ ਕਿਵੇਂ ਕੰਬ ਰਹੀ ਹੈ। ਇਹ ਜੇ ਠੰਡ ਨਾਲ ਕੰਬ ਰਹੀ ਹੈ ਤੇ ਤੁਸੀਂ ਉੱਤੋਂ ਪੱਖੀ ਕਿਉਂ ਚਲੀ ਜਾ ਰਹੇ ਹੋ? ਓ ਇਹ ਮੈਂ ਤਵੇ ਤੇ ਗਰਮ ਕਰਕੇ ਲੈ ਕੇ ਆਈ ਸੀ ਤਾਂ ਕਿ ਇਹਨੂੰ ਗਰਮ ਹਵਾ ਦੇ ਸਕਾਂ। ਹਾਂ, ਸਭ ਠੀਕ ਹੋ ਜੂ, ਸਭ ਠੀਕ ਹੋ ਜੂ। ਭਾਬੀ ਅੱਜ ਨਾ ਬੱਬੂ ਇੱਥੇ ਆ ਰਿਹਾ। ਮੈਂ ਇਸ ਹਾਲਤ ਵਿੱਚ
ਵਿਆਹ ਦੀ ਗੱਲ ਕਿੱਦਾਂ ਕਰੂੰਗੀ? ਤੁਹਾਨੂੰ ਕਿਵੇਂ ਪਤਾ ਉਹ ਵਿਆਹ ਦੀ ਗੱਲ ਕਰਨ ਆ ਰਿਹਾ? ਫੋਨ ਆਇਆ ਸੀਗਾ ਨਾ ਭਾਬੀ, ਉਹਨੂੰ ਘਰ ਆਉਣ ਤੋਂ ਰੋਕਿਓ ਨਾ, ਨਾਲੇ ਅੱਜ ਰੱਖੜੀ ਵੀ ਹੈ ਨਾ, ਉਹਨੂੰ ਮਿਲ ਵੀ ਲਓ, ਹੈ ਨਾ? ਆਪਾਂ ਨਾਲ ਬਹਿ ਕੇ ਸਾਰੀਆਂ ਗੱਲਾਂ ਕਰ ਲਾਂਗੇ, ਠੀਕ ਹੈ? ਠੀਕ ਹੈ ਨਾ? ਤੁਸੀਂ ਇਹਨਾਂ ਦਾ ਧਿਆਨ ਰੱਖੋ ਪਲੀਜ਼, ਮੈਂ ਚੱਲਦੀ ਹਾਂ। ਹਾਂ ਸਭ ਠੀਕ ਹੋ ਜਾਓ ਦੀਦੀ, ਫਿਕਰ ਨਾ ਕਰੋ, ਮੈਂ ਤੁਹਾਡੇ ਵਾਸਤੇ ਨਿੰਬੂ ਪਾਣੀ ਬਣਾਉਣੀ ਹੈ, ਬਿਲਕੁਲ ਠੰਡਾ ਠੰਡਾ, ਠੀਕ ਹੈ? ਨਿੰਬੂ ਪਾਣੀ ਬਣਾਉਣੀ ਹੈ ਦੀਦੀ, ਤੁਸੀਂ ਫਿਕਰ ਨਾ ਕਰੋ। ਹਾਂ ਉੱਠ ਸਾਲਿਆ, ਘੰਟਾ ਪੱਖਾ ਚਲਾਇਆ ਮੈਥੋਂ। ਚਾਚਾ ਜੀ ਅਖਬਾਰ। ਥੈਂਕ ਯੂ। ਪਿਆਜ਼ 100 ਰੁਪਏ ਕਿਲੋ, ਸਾਲੇ ਪਿਆਜ਼ ਨਾ ਹੋਗੇ ਰੰਮ ਦੀ ਬੋਤਲ ਹੋਗੀ। ਸਬਜ਼ੀ ਲੈਣ ਚੱਲੀ ਸੀ। ਚਲੋ। ਨਹੀਂ ਨਹੀਂ, ਮੈਂ ਚੱਲੀ ਸੀ। ਦੱਸ ਕੇ ਤਾਂ ਆਏ ਗਈ ਆ, ਜਿਵੇਂ ਖਸਮ ਨੂੰ ਦੱਸ ਕੇ ਜਾਈਦਾ। ਲੱਗਦਾ ਗੱਲ ਪੋਜ਼ਿਟਿਵ ਹੋ ਰਹੀ ਹੈ। ਚਾਚਾ ਜੀ, ਇਹ ਨੇ ਬੱਬੂ ਕੀਰਤਪੁਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤਾਂ ਠੀਕ ਹੈ, ਆਈ ਨਹੀਂ ਲੱਗਦਾ ਜਿਵੇਂ ਪਿੰਕੀ ਪਟੇ ਕਰਾ ਕੇ ਆਈ ਹੁੰਦੀ ਆ। ਚਾਚਾ ਜੀ ਦੱਸਿਆ ਤੇ ਸੀ, ਇਹ ਜੁੜਵਾ ਨੇ। ਮੈਨੂੰ ਸਾਲਾ ਕਮਲਾ ਕੀਤਾ ਪਿਆ ਇਹਨਾਂ ਨੇ, ਲੱਗਦਾ ਇਹਨਾਂ ਦੀਆਂ ਮਾਵਾਂ ਨੇ ਸ਼ਰਤਾਂ ਲਾ ਲਾ ਕੇ ਦੋ ਦੋ ਸੇਮ ਜੰਮੇ ਆ। ਜਸਮੀਤ, ਇਸ ਲਈ ਬੁਲਾਇਆ ਮੈਨੂੰ ਇੱਥੇ? ਮੈਂ ਰਿਸ਼ਤਾ ਲੈ ਕੇ ਆਇਆ ਤੇ ਇਹ ਮੇਰੀ ਬੇਇੱਜ਼ਤੀ ਕਰੀ ਜਾਂਦੇ ਆ। ਉੱਤੇ ਚਲੀਏ। ਉੱਪਰ ਵੀ ਚਲੇ ਚੱਲਦੇ ਆ। ਇਹ ਥਾਲੀ ਕਾਹਦੇ ਲਈ ਚੱਕੀ ਆ? ਇਹ ਮੈਂ ਵੈਸੇ ਹੀ ਚੱਕੀ ਸੀ। ਵੈਸੇ ਚੱਕਣੀ ਸੀ, ਬਾਲਟੀ ਚੱਕ ਲੈਂਦੀ, ਕਮ ਸੇ ਕਮ ਭੁਲੇਖਾ ਤਾਂ ਪੈਂਦਾ ਕਿ ਜੱਟਾਂ ਦੀ ਕੁੜੀ ਧਾਰ ਚੁੱਕ ਆਈ ਆ। ਖੈਰ, ਇਹ ਥਾਲੀ 'ਚ ਕੀ ਹੈ? ਰੱਖੜੀ ਹੈ। ਰੱਖੜੀ? ਰੋਕੇ ਤੇ ਰੱਖੜੀ ਬੰਨੇਗੀ ਬੇਟੇ? ਕਿਹੜੀ ਬਰਾਦਰੀ ਨੂੰ ਬਿਲੋਂਗ ਕਰਦੀ ਆ? ਆਪਾਂ ਜੱਟ ਹੁੰਦੇ ਆ, ਜੱਟਾਂ ਦੇ ਸ਼ਗਨ ਦੇ ਵਿੱਚ ਜਾਂ ਰਿੰਗ ਪੈਂਦੀ ਆ ਜਾਂ ਰੱਫੜ। ਮੈਂ ਨਹੀਂ ਬੰਨਣੀ ਰੱਖੜੀ, ਪਿੰਕੀ ਭਾਬੀ ਨੇ ਬੰਨਣੀ ਇਹਨਾਂ ਦੀ। ਹਾਂਜੀ, ਚਲੋ ਉੱਤੇ। ਪਿੰਕੀ ਭਾਬੀ ਦੀ ਤਬੀਅਤ ਨਾ ਬਹੁਤ ਖਰਾਬ ਹੈ। ਕੀ ਹੋਇਆ ਪਿੰਕੀ ਨੂੰ? ਕੈਂਸਰ ਹੋ ਗਿਆ ਜੀ। ਉਹ ਸ਼ੁਕਰ ਆ ਭਰਾਵਾ, ਮੈਂ ਤਾਂ ਡਰ ਹੀ ਗਿਆ ਸੀ ਕਿਤੇ ਜ਼ਿਆਦਾ ਬਿਮਾਰ ਆ। ਆ ਜਾਓ। ਜਦੋਂ ਆਈ ਸੀ ਚੰਗੀ ਭਲੀ ਸੀ, ਦੋ ਦਿਨ ਚ ਇਕੱਠੀ ਹੋ ਗਈ। ਪਿੰਕੀ ਭਾਬੀ, ਦੇਖੋ ਤੇ ਕੌਣ ਆਇਆ। ਮੈਂ ਦੇਖਦਾ ਨਾ। ਭੈਣੇ ਠੀਕ ਆ ਨਾ ਤੂੰ? ਮੈਂ ਤਾਂ ਤੁਹਾਨੂੰ ਮੈਂ ਉਹਨਾਂ ਨਾਲ ਨਾ ਬੋਲ ਨਾ, ਐਵੇਂ ਜੇ ਖੰਘ ਆ ਗਈ ਤਾਂ ਸਾਰਿਆਂ ਨੂੰ ਕੈਂਸਰ ਹੋ ਜਾਊਗਾ। ਇੱਕ ਕੈਂਸਰ ਲੱਗਦੀ ਬਿਮਾਰੀ ਹੁੰਦੀ ਆ, ਕਿਤੇ ਨੀਰੂ ਨੂੰ ਨਾ ਹੋ ਜਾਵੇ। ਇਹ ਤਾਂ ਨਹਾਉਂਦੀਆਂ ਵੀ ਇਕੱਠੀਆਂ ਨੇ। ਚਾਚਾ ਜੀ, ਭੈਣੇ ਮੈਂ ਜਸਮੀਤ ਨਾਲ ਵਿਆਹ ਕਰਾਉਣਾ ਚਾਹੁੰਦਾ, ਤੈਨੂੰ ਪਸੰਦ ਆ ਨਾ? ਹੈ ਉਹ ਐਡੇ ਗੰਦੇ ਇਸ਼ਾਰੇ ਤਾਂ ਕੋਈ ਭਾਈ ਨਹੀਂ ਕਰਦਾ ਜਿੱਡੇ ਤੇਰੀ ਭੈਣ ਲੱਗੀ ਆ ਕਰਨ। ਓਏ ਉਹ ਭੈਣ ਨੇ ਕਦੇ ਕਿਸੇ ਨੂੰ ਇਸ਼ਾਰਾ ਨਹੀਂ ਨਾ ਕੀਤਾ ਜੀ, ਇਹਨੂੰ ਤਾਂ ਵਿਚਾਰੀ ਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਤੇ ਕਿਹੜਾ ਇਸ਼ਾਰਾ ਕਰੀਦਾ। ਆਹੋ, ਸਾਡੀਆਂ ਧੀਆਂ ਭੈਣਾਂ ਹੀ ਗੰਦੇ ਗੰਦੇ ਇਸ਼ਾਰੇ ਕਰਕੇ ਵੱਡੀਆਂ ਹੋਈਆਂ। ਹੁਣ ਕੀ ਕਹਿੰਦੀ ਆ? ਭੈਣ ਪੁੱਛਦੀ ਆ ਵੀ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਆ ਨਾ? ਦੱਸੋ ਚਾਚਾ ਜੀ, ਮੁੰਡਾ ਓਕੇ ਆ? ਮੁੰਡਾ ਤਾਂ ਓਕੇ ਆ, ਪਰ ਮੈਨੂੰ ਭੈਣ ਨਹੀਂ ਬਹੁਤੀ ਓਕੇ ਲੱਗਦੀ। ਕੈਂਸਰ ਹੈ ਨਾ? ਚਲੋ ਜੀ, ਚਾਚਾ ਜੀ ਵੱਲੋਂ ਤਾਂ ਓਕੇ ਆ। ਭਾਬੀ ਹੁਣ ਨਾ ਤੁਸੀਂ ਇਹਨਾਂ ਨੂੰ ਰੱਖੜੀ ਬੰਨੋ। ਨਾ ਨਾ ਨਾ, ਰੱਖੜੀ ਨਹੀਂ, ਕੈਂਸਰ ਆ ਭੈਣ ਨੂੰ। ਓਏ ਕੈਂਸਰੀ ਆ, ਕੋਈ ਪਾਸਾ ਤਾਂ ਨਹੀਂ ਮਰਿਆ ਕਿ ਹੱਥ ਪੈਰ ਨਹੀਂ ਚੱਲਦੇ? ਬੰਨੋ ਰੱਖੜੀ। ਲੈ ਭੈਣੇ, ਔਖੀ ਸੌਖੀ ਬੰਨਦੇ ਰੱਖੜੀ। ਰੁਪਏ ਬਣਾ ਲਾ ਰੱਖੜੀ, ਰਜਾਈ ਚੱਕ ਲਓ। ਉਹ ਨਹੀਂ ਨਹੀਂ, ਕੰਬਣੀ ਲੱਗਦੀ ਆ ਨਾ। ਉਹ ਯਾਰ ਕੰਬਣੀ ਨੂੰ ਅਸੀਂ ਕਾਂਗੜੇ ਆ ਕੇ ਰੱਖੜੀ ਬੰਨਣ ਲੱਗੇ ਆ। ਉਹ ਮੈਂ ਤਾਂ ਜੀ ਬਿਮਾਰੀ ਕਰਕੇ ਕਹਿਣਾ, ਲਓ ਬੰਨੀ ਗਈ। ਹਾਂ ਹਾਂ, ਹੁਣ ਠੀਕ ਆ, ਚੱਲੀਏ। ਚਲੋ। ਇੱਕ ਤਾਂ ਮਿੰਟ ਲਾਉਂਦੀ ਆ ਕਾਮਰੇਡ ਵਾਂਗੂ ਬਾਹ ਖੜੀ ਕਰਨ ਨੂੰ, ਹੁਣ ਕੀ ਕਹਿੰਦੀ ਆ? ਭੈਣ ਕਹਿੰਦੀ ਆ ਵੀ ਮੇਰੇ ਜਿਉਂਦੇ 'ਚ ਵਿਆਹ ਕਰਦੇ ਹੋ। ਉਹ ਯਾਰ ਵਿਆਹ 'ਚ ਇਹਨੇ ਲੁੱਡੀਆਂ ਪਾਉਣੀਆਂ, ਹੱਥ ਪੈਰ ਤਾਂ ਇਹਦੇ ਚੱਲਦੇ ਨਹੀਂ। ਚਲੋ, ਕੈਂਸਰ ਵਾਲੇ ਕੋਲ ਬਾਹ 'ਚ ਨਹੀਂ ਖੜੀ ਦਊਂਦਾ। ਚੰਗਾ ਭੈਣੇ, ਆਪਣਾ ਖਿਆਲ ਰੱਖੀ। ਲੈ ਵੀ ਬੱਬੂ, ਤੇਰਾ ਤਾਂ ਹੋ ਗਿਆ ਟਾਂਕਾ ਫਿੱਟ। ਤੇਰਾ ਵੀ ਤਾਂ ਹੋ ਹੀ ਗਿਆ। ਸਾਲਿਆ ਇਹਦਾ ਕਿਹਦੇ ਨਾਲ ਹੋ ਗਿਆ? ਸਾਲਿਆ ਸੂਬੇਦਾਰ ਨਾਲ। ਆਹ ਸਾਲੇ ਦੇ ਸਿਰ 'ਚ ਬੋਤਲ ਮਾਰੂ ਮੈਂ? ਆ ਵੀਰ ਜੇਤੀ ਕਰ। ਨਹੀਂ ਆ ਤਾਂ ਭਰੀ ਹੋਈ ਆ, ਖਾਲੀ ਕਰਕੇ ਮਾਰੂ। ਤੂੰ ਦੱਸਾਂ ਇੱਕ ਗੱਲ ਹੈ, ਸੂਬੇਦਾਰ ਸਾਲੇ ਨੇ ਤੰਗ ਕੀਤਾ ਪਿਆ। ਕਦੇ ਤਾਂ ਮੈਨੂੰ ਬੁੱਗੀ ਬੁੱਗੀ ਕਹੂ, ਕਦੇ ਕੜਾਹ ਲੈ ਕੇ ਆਜੂ, ਕਦੇ ਚਿਕਨ ਲੈ ਕੇ ਆਜੂ ਸਾਲਾ ਇੰਪ੍ਰੈਸ ਕਰਨ ਦਾ ਮਾਰਾ।
ਵੱਡਾ ਦਲਜੀਤ ਬਣਦਾ ਹੈ। ਹਾਏ ਆ ਨੀਰੂ ਕਿਵੇਂ ਆ? ਨੀਰੂ ਕਿਵੇਂ ਆ? ਦਾਰੂ ਪਿਆ ਪਿਆ ਮਾਰਤਾ ਪਤੰਦਰਾਂ ਨੇ। ਕੀ ਕਰਦੀ ਸੀ? ਡੋਂਟ ਡਿਸਟਰਬ। ਉਲਟੀ ਕਰਦੀ ਸੀ ਨੀਰੂ ਡੁੱਬ ਜਾਣੀ ਹੈ। ਤੂੰ ਇਹ ਕੀ ਕਾਰਾ ਕਰ ਲਿਆ? ਕੁਛ ਨੀ ਹੋਇਆ ਜੀ। ਅਜੇ ਕਹਿੰਦੀ ਕੁਛ ਨੀ ਹੋਇਆ, ਸਾਰਾ ਕੁਛ ਤਾਂ ਹੋ ਗਿਆ। ਮੈਂ ਤੈਨੂੰ ਕੱਲੀ ਨੂੰ ਮੰਗਿਆ ਸੀ, ਨਾ ਕਿ ਬਾਏ ਵਨ ਗੈਟ ਵਨ ਫ੍ਰੀ ਮੰਗਿਆ ਸੀ। ਮੇਰੀ ਗੱਲ ਤਾਂ ਸੁਣੋ। ਕੀ ਸੁਣਾ ਹੁਣ? ਸੁਣਨ ਨੂੰ ਕੀ ਰਹਿ ਗਿਆ ਬਾਕੀ? ਹਜੇ ਤਾਂ ਤੇਰੀ ਘਰ ਵਾਲੇ ਨਾਲ ਬਣਦੀ ਨੀ। ਜੇ ਬਣਦੀ ਹੁੰਦੀ ਤੇਰਾ ਕੀ ਬਣਦਾ? ਤੂੰ ਤਾਂ ਉਲਟੀਆਂ ਕਰ ਕਰ ਖਾਲੀ ਹੋ ਜਾਂਦੀ। ਮੇਰੇ ਨਾਲ ਤਾਂ ਜੱਟੀਆਂ ਪ੍ਰੇਮ ਰੋਗ ਵਾਲੀ ਕੀਤੀ। ਪਵਰੇ ਨੇ ਖਿਲਾਇਆ, ਫੂਲ ਫੂਲ ਕੋ ਲੈ ਗਿਆ ਰਾਜਕੁਮਾਰ। ਚੱਲ ਮੇਰੇ ਨਾਲ ਹਸਪਤਾਲ। ਕਾਹਦੇ ਲਈ? ਤੇਰਾ ਭਾਰ ਘਟਾਉਣ ਲਈ। ਛੱਤ ਥੱਲੇ ਕੋਈ ਬਗਾਨੀ ਸ਼ਹਿ ਨੀ ਪਲ ਸਕਦੀ। ਮੈਂ ਚਾਰ ਕਿਰਾਏਦਾਰ ਰੱਖੇ ਸੀ, ਮੈਂ ਇੱਥੇ ਪੰਜਵਾਂ ਨਹੀਂ ਰਹਿਣ ਦੇਣਾ। ਚੱਲ ਚੱਲ ਜਲਦੀ ਜਲਦੀ ਕਰ, ਮੇਰੀ ਗੱਲ ਜਲਦੀ ਕਰ, ਮੇਰੀ ਗੱਲ ਤਾਂ ਸੁਣੋ। ਚੱਲ ਮੇਰੀ ਸੁਣੋ ਮਿੱਠਾ, ਚੱਲ ਚੱਲ ਮੇਰੀ ਲਾਡੋ, ਮੇਰੀ ਗੱਲ ਤਾਂ ਸੁਣੋ ਮੇਰੀ। ਚੱਲ ਤੁਰ ਤੁਰ, ਹੁਣ ਵਿਚਰਦੀ ਕਿਉਂ ਆ? ਤੁਰ ਬੈਠ ਇੱਥੇ, ਬੈਠ ਬੈਠ ਬੈਠ। ਡਾਕਟਰ ਸਾਹਿਬ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਹਾਂਜੀ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਪਤੀ ਹੋ ਗਏ ਤੁਹਾਨੂੰ ਇਹ ਜੀ ਗੱਲ ਕਰਦੇ ਸ਼ਰਮ ਨਹੀਂ ਆਉਂਦੀ? ਡਾਕਟਰ ਸਾਹਿਬ, ਮੈਂ ਤੁਹਾਨੂੰ ਕਿਵੇਂ ਸਮਝਾਵਾਂ ਇਹ ਬੱਚਾ ਕਿਸੇ ਦੂਸਰੇ ਪਤੀ ਦਾ? ਹੁਣ ਸ਼ਰਮ ਆਉਂਦੀ ਹੈ ਡਾਕਟਰ? ਉਹ ਤੁਹਾਡੀ ਸ਼ਕਲ ਤਾਂ ਉਹਨਾਂ ਨਾਲ ਮਿਲਦੀ ਹੈ। ਹਾਂ, ਇਹਦੇ ਜੁੜਵੇ ਭਰਾ ਨਾਲ ਮਿਲਦੀ ਹੈ, ਪਰ ਤੁਸੀਂ ਇਸ ਗੱਲ ਤੋਂ ਕੀ ਲੈਣਾ? ਜੇ ਤੁਸੀਂ ਹੋਰ ਦੇਰ ਕਰਤੀ, ਦੁਨੀਆ ਤੇ ਤੀਸਰਾ ਹਮ ਸ਼ਕਲ ਆ ਜਾਣਾ। ਤੁਸੀਂ ਜਲਦੀ ਕਰੋ ਪਲੀਜ਼। ਪਰ ਕਰਨਾ ਕੀ ਹੈ? ਮੈਂ ਦੱਸਣਾ ਕੀ ਕਰਨਾ? ਤੁਸੀਂ ਜੋ ਮਰਜ਼ੀ ਕਰੋ, ਪਰ ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਮੇਰੀ ਗੱਲ ਤਾਂ ਸੁਣੋ। ਸੁਣਾ ਮੈਂ ਤੇਰੀ ਗੱਲ। ਜੇ ਤਾਂ ਵਿਸ਼ਵਾਸ ਤਾਂ ਚੱਕਿਆ ਗਿਆ, ਕਿਤੇ ਮੈਂ ਤਾਂ ਹੱਥ ਨਾ ਚੁਕਵਾ ਲਈ। ਸਾਲਾ ਸੋਹਣੀ ਜਨਾਨੀ ਤੇ ਹੱਥ ਕਿਤੇ ਚੱਕਣ ਨੂੰ ਜੀ ਕਰਦਾ? ਜਲਦੀ ਕਰੋ ਡਾਕਟਰ ਸਾਹਿਬ, ਪਲੀਜ਼ ਜਲਦੀ ਕਰੋ। ਤੁਰ 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 ਤੁਰ, ਜਲਦੀ ਕਰ। ਪਤਾ ਨਹੀਂ ਹੁਣ ਅੰਦਰ ਜਾ ਕੇ ਕਿੱਡੇ ਕਿੱਡੇ ਟੀਕੇ ਲਾਉਣਗੇ। ਵੈਸੇ ਡਾਕਟਰ ਸਾਹਿਬ, ਤੁਸੀਂ ਪਹਿਲਾਂ ਥੀਏਟਰ ਕਰਦੇ ਸੀ ਨਾ? ਹਾਂਜੀ, ਦਿਨੇ ਮੈਂ ਕਲੀਨਿਕ 'ਚ ਕੰਮ ਕਰਦੀ ਹਾਂ ਅਤੇ ਸ਼ੌਂਕ ਲਈ ਥੀਏਟਰ ਕਰਦੀ ਹਾਂ ਸ਼ਾਮ ਨੂੰ। ਪਰ ਤੁਹਾਨੂੰ ਕਿਵੇਂ ਪਤਾ? ਓ, ਤੁਹਾਡੇ ਬ੍ਰਦਰ ਨੇ ਦੱਸਿਆ ਹੋਣਾ। ਖੈਰ, ਤੁਹਾਨੂੰ ਬ੍ਰਦਰ ਨਾਲ ਵੀ ਮਿਲਾ ਹੀ ਦਿੰਦੀ ਹਾਂ। ਅੱਛਾ, ਉਹ ਵੀ ਨਾਲ ਆਏ ਨੇ? ਨਾਲ ਕਾਹਨੂੰ ਆਏ ਨੇ? ਆਈ ਐਮ ਸੋਰੀ ਨੀਰੂ, ਮੇਰੇ ਕਰਕੇ ਤੈਨੂੰ ਕਿੰਨੀ ਤਕਲੀਫ ਸਹਿਣੀ ਪੈ ਰਹੀ ਆ। ਪਰ ਸਾਲੇ ਪਾਲੀ ਦੀ ਹਿੰਮਤ ਕਿਵੇਂ ਪਈ? ਸ਼ਹਿਰ ਤਾਂ ਤੁਸੀਂ ਐਕਟਰ ਬਣਨ ਆਏ ਸੀ, ਪਰ ਤੁਹਾਡੀ ਜ਼ਿੰਦਗੀ ਤਾਂ ਡਰਾਮਾ ਬਣ ਕੇ ਰਹਿ ਗਈ। ਡਰਾਮਾ ਤਾਂ ਠੀਕ ਸੀ, ਪਰ ਜਿਹੜਾ ਬਾਹਰ ਬੈਠਾ ਨਾ, ਇਹ ਮੈਨੂੰ ਡਰਮ ਬਣਾਉਣ ਨੂੰ ਫਿਰਦਾ। ਨਦੀਆਂ ਨਾ ਕੱਢ, ਚੱਲ ਚੱਲ ਕੇ ਉਹਨੂੰ ਦੱਸ ਵੀ ਸਭ ਠੀਕ ਹੈ। ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ, ਥੋੜ੍ਹੀ ਜਿਹੀ ਬਦਹਜ਼ਮੀ ਸੀ, ਹੁਣੇ ਠੀਕ ਨੇ। ਡਾਕਟਰ ਸਾਹਿਬ, ਚੰਗੀ ਤਰ੍ਹਾਂ ਚੈੱਕ ਕਰ ਲਿਆ ਨਾ? ਹੋਰ ਕਿਤੇ ਕੱਲ ਨੂੰ ਖੱਟੀਆਂ ਅੰਬੀਆਂ ਚੂਸਣ ਲੱਗੀ, ਮੇਰਾ ਤਾਂ ਸਾਰਾ ਖੂਨ ਹੀ ਚੂਸਿਆ ਜਾਣਾ। ਟੈਨਸ਼ਨ ਨਾ ਲਓ ਜੀ, ਬਦਹਜ਼ਮੀ ਕਰਕੇ ਥੋੜ੍ਹੀ ਜਿਹੀ ਉਲਟੀਆਂ ਲੱਗ ਗਿਆ ਸੀ। ਬਾਕੀ ਤੁਸੀਂ ਖੁਸ਼ੀ ਖੁਸ਼ੀ ਆਪਣੀ ਘਰ ਵਾਲੀ ਨੂੰ ਘਰ ਲੈ ਕੇ ਜਾ ਸਕਦੇ ਹੋ। ਚੰਗਾ ਭਾਬੀ ਜੀ। ਸੂਬੇਦਾਰ ਸਾਹਿਬ, ਹੁਣਾ ਸੁਨਸਾਨ ਰਾਤ ਕਿਉਂ ਆ ਗਏ ਤੁਸੀਂ? ਇਸ ਕਰਕੇ ਕਿ ਸਾਨੂੰ ਕੋਈ ਡਿਸਟਰਬ ਨਾ ਕਰ ਸਕੇ। ਸਭ ਤੋਂ ਜ਼ਿਆਦਾ ਡਿਸਟਰਬ ਤਾਂ ਤੂੰ ਕਰਦਾ। ਕੀ ਕਿਹਾ? ਕੁਛ ਨੀ ਕੁਛ ਨੀ, ਤੁਸੀਂ ਸਕੂਟਰ ਚਲਾਓ। ਸਕੂਟਰ ਕੀ ਮੈਂ ਸਵਾ ਚਲਾਵਾਂ? ਮੇਰੇ ਤਾਂ ਸਾਲੇ ਸਾਹ ਚੱਲਣੇ ਔਖੇ ਹੋਏ ਪਏ ਨੇ। ਤੂੰ ਤੇਰਾ ਇੱਧਰ ਕਿੱਧਰ ਮੁਕਾ ਕੇ ਰਹੂਗਾ ਜੱਟ? ਮੇਰੀ ਗੱਲ ਸੁਣ ਨੀਰੂ, ਮੈਂ ਬਹੁਤ ਅੱਕਿਆ ਹੋਇਆ। ਅੱਜ ਮੈਂ ਤੇਰੇ ਨਾਲ ਇੱਥੇ ਗੱਲ ਮੁਕਾ ਕੇ ਘਰੇ ਜਾਣਾ, ਜਾਂ ਤੇਰੇ ਨਾਲ ਜੱਬ ਮੁਕਾ ਕੇ ਘਰੇ ਜਾਣਾ। ਹਾਏ ਅੱਲਾ! ਵੇਖ ਨੀਰੂ, ਤੂੰ ਮੇਰੇ ਨਾਲ ਵਿਆਹ ਕਰਾ ਲਾ, ਮੈਂ ਤੈਨੂੰ ਆਪਣੇ ਸਾਰੇ ਮੈਡਲ ਪਾ ਦੂੰਗਾ। ਪਰ ਵਿਆਹ 'ਚ ਤਾਂ ਜੀ ਮੰਗਲ ਸੂਤਰ ਪਾਈਦਾ। ਉਹ ਯਾਰ, ਬੰਦੇ ਨੇ ਆਪਣੇ ਪ੍ਰੋਫੈਸ਼ਨ ਮੁਤਾਬਕ ਹੀ ਪਾਉਣੇ ਆ। ਉਹ ਜੇ ਹੁਣ ਮੈਂ ਫੌਜੀ ਹਾਂ ਤਾਂ ਮੈਡਲ ਹੀ ਪਾਊਂਗਾ। ਦੇਖ, ਇੱਕ ਨਾ ਇੱਕ ਦਿਨ ਤੇਰੇ ਘਰ ਵਾਲੇ ਨੇ ਤੈਨੂੰ ਛੱਡ ਜਾਣਾ, ਮੇਰੇ ਕੋਲੋਂ ਲਿਖਾ ਲਾ। ਭਾਵੇਂ ਸਾਰਾ ਪਿੰਡ ਮਰ ਜਾਏ ਜੀ, ਪਰ ਤੁਹਾਨੂੰ ਲੰਬੜਦਾਰੀ ਨਹੀਂ ਮਿਲਣੀ। ਕੀ ਮਤਲਬ? ਭਾਵੇਂ ਉਹ ਛੱਡ ਵੀ ਜਾਣ, ਮੈਂ ਤਾਂ ਵੀ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ। ਕੀ ਗੱਲ? ਸ਼ਾਹਰੁਖ ਖਾਨ ਸੋਚੀ ਫਿਰਦੀ ਆਪਣੇ ਲਈ? ਤੈਨੂੰ ਤਾਂ ਘੁੱਗੀ ਭੱਲੇ ਵਰਗੇ ਟੱਕਰਨੇ ਆ। ਮੈਨੂੰ ਤੁਹਾਡੇ ਤੋਂ ਡਰ ਲੱਗਦਾ। ਉਹ ਯਾਰ, ਮੈਂ ਕਿਰਪਾਲ ਸਿੰਘ ਗਿੱਲਾਂ ਨਾ ਕੇ KPS ਗਿੱਲ, ਜਿਹੜਾ ਤੈਨੂੰ ਮੇਰੇ ਕੋਲ ਡਰ ਲੱਗਦਾ। ਹੈਪੀ, ਇਹ ਸਾਲਾ ਜੋਕਰ ਜਿਹਾ ਇੱਥੇ ਵੀ ਆ ਗਿਆ। ਜੋਕਰ ਹੋਊ ਤੇਰਾ ਪਿਓ। ਸਾਲਿਆ, ਤੇਰਾ ਵੀ ਤਾਂ ਦਾਦਾ ਲੱਗਿਆ। ਲੱਗੀ ਜਾਵੇ ਸਵੀਟੀ, ਇਹੀ ਆ ਉਹ ਜਨਾਨੀ ਜਿੰਨੇ ਤੇਰੇ ਪੱਲੇਦਾਰ ਫੈਂਟੇ ਸੀਗੇ। ਸਵੀਟੀ ਤੂੰ ਠੀਕ ਹੈ? ਨਹੀਂ ਤਾਂ ਬਾਦਸ਼ਾਹ ਜੀ। ਓਕੇ ਓਕੇ ਓਕੇ, ਚਾਚਾ ਤੂੰ ਇਹ ਜਨਾਨੀ ਛੱਡ ਦੇ। ਐਂ ਕਿਵੇਂ ਛੱਡਦਾ, ਮਸਾਂ ਤਾਂ ਹੱਥ ਆਈ ਆ। ਯਾਰ ਹੈਪੀ, ਇਹ ਹੈ ਕੌਣ? ਅੰਡਰਟੇਕਰ ਦੀ ਭੈਣ। ਝੂਠ ਬੋਲਦਾ ਇਹ, ਉਹ ਅੰਗਰੇਜ਼ ਹੈ ਪੰਜਾਬਣ, ਨਾਲੇ ਗੋਰੇ ਤਾਂ ਵੈਸੇ ਨਹੀਂ ਕਿਸੇ ਨੂੰ ਭੈਣ ਬਣਾਉਂਦੇ। ਚਾਚਾ ਤੂੰ ਮਕਾਨ ਛੱਡਣਾ ਕਿ ਨਹੀਂ? ਨਹੀਂ ਛੱਡਣਾ। ਸਾਲਿਓ, ਦੇਖਦੇ ਕੀ ਹੋ, ਚੱਕ ਲਓ ਜੱਟ ਐਂਡ ਜੂਲੀਅਟ ਨੂੰ। ਇਹ ਤਾਂ ਪਹਿਲਾਂ ਵੀ ਕੁੱਟ ਖਾ ਕੇ
ਕੇ ਗਈ ਸੀ ਚਾਚੀ ਤੋਂ ਤੂੰ ਆਪ ਚੱਲ ਕੇ ਲੜ ਚੱਲ ਅਜਾ ਨਾ ਨਾ ਇਹ ਤਾਂ ਨਹੀਂ ਚੁਗਣਾ ਮੇਨ ਹੈ ਸੱਸੀ ਕੇ ਪਾਜੀ ਪਾਜੀ ਮੈਂ ਮੇਨ ਪਾਜੀ ਦੱਸੇ ਨਹੀਂ ਇਹਨਾਂ ਨੇ ਆ ਦੇਖੋ ਅੱਛਾ ਮੇਨ ਆ ਤੂੰ ਮੇਨ ਆ ਤੂੰ ਸਾਲਿਆ ਤੂੰ ਆ ਮੇਨ ਤੇਰਾ ਪਹਿਲਾਂ ਮੇਨ ਸੋਚੀ ਬੰਦ ਕਰਾਂ ਚੁੱਲੇ ਅੱਗ ਨਾ ਕੜੇ ਦੇ ਵਿੱਚ ਪਾਣੀ ਉਹ ਛੜਿਆਂ ਦੀ ਜੂਨ ਬੁਰੀ ਉਹ ਛੜਿਆਂ ਦੀ ਸੱਚੀਓ ਬੁਰੀ ਹੈ ਯਾਰ ਹੁਣ ਫਿਰ ਸਟੋਵ ਨਾਲ ਮੱਥਾ ਮਾਰਨਾ ਪੈਣਾ ਹੈ ਉਹ ਤੂੰ ਆ ਆ ਜਾ ਯਾਰ ਮੈਂ ਕੜਾਹ ਬਣਾਉਣ ਲੱਗਿਆ ਸੀ ਬਾਈ ਬੱਬੂ ਮੇਰੀ ਜੌਬ ਲੱਗ ਗਈ ਉਹ ਵਧਾਈਆਂ ਹੋ ਗਈਆਂ ਫਿਰ ਤਾਂ ਪਰ ਤੂੰ ਆ ਕੀ ਬਣੇ ਫਿਰਦਾ ਉਹ ਛੱਡ ਮੇਰਾ ਮੈਂ ਤਾਂ ਘਰੇ ਸੀਗਾ ਬਾਈ ਸਰਕਾਰੀ ਬੈਂਕ 'ਚ ਕਲਰਕ ਦੀ ਜੌਬ ਲੱਗ ਗਈ ਯਾਰ ਬਹੁਤ ਵਧੀਆ ਹੋ ਗਿਆ ਦੇਖੀ ਕਿ ਕਰਕੇ ਆਪਾਂ ਸਭ ਨੇ ਸੈੱਟ ਹੋ ਜਾਣਾ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਜਿੱਦਣ ਘਰੇ ਖੁਸ਼ਖਬਰੀ ਆਵੇ ਨਾ ਮਿੱਠਾ ਜ਼ਰੂਰ ਬਣਾਈਦਾ ਦੇਖ ਲਾ ਮੈਂ ਪਹਿਲਾਂ ਹੀ ਕੜਾਹ ਦੀਆਂ ਤਿਆਰੀਆਂ ਖਿੱਚੀ ਬੈਠਾ ਆ ਜਾ ਕਰੀਏ ਟਰਾਈ ਚੱਲ ਉਹ ਦੇਖ ਕੇ ਖੁੱਲੀਂਗੇ ਤਾਂ ਸੂਬੇਦਾਰ ਨਾ ਹੋਵੇ ਹਟ ਜਾਓ ਪਾਸੇ ਓਏ ਸਾਲਿਓ ਮੈਂ ਨਹੀਂ ਬਚਦਾ ਅੱਜ ਉਹ ਸਾਲਿਆ ਹੋਇਆ ਕੀ ਆ ਆ ਤੇਲ ਦੇ ਆਪਦੇ ਆਪ ਨੂੰ ਅੱਗ ਲਾ ਕੇ ਮਰੂ ਮੈਂ ਉਹ ਕੜਾਹ ਬਣਾਉਣਾ ਇਹਦੇ ਨਾਲ ਕੜਾਹ ਨਾ ਸਾਲਿਓ ਤੁਹਾਨੂੰ ਕਿਹੜੀਆਂ ਖੁਸ਼ੀਆਂ ਚੜੀਆਂ ਨੇ ਜਿੱਜ ਕੜਾਹ ਬਣਾਉਣ ਨੂੰ ਫਿਰਦੇ ਹੋ ਉਧਰ ਸੂਬੇਦਾਰ ਮੇਰਾ ਕੜਾਹ ਬਣਾਉਣ ਨੂੰ ਫਿਰਦਾ ਉਹ ਹੀ ਖਾ ਲਿਓ ਫਿਰ ਹੋਇਆ ਕੀ ਆ ਦੱਸੇਗਾ ਨਾ ਤੁਹਾਨੂੰ ਕਿਹੜਾ ਪਤਾ ਨਹੀਂ ਸੂਬੇਦਾਰ ਦੀਆਂ ਹਰਕਤਾਂ ਦਾ ਸਾਲਿਆ ਪਤਾ ਤੇਰੇ ਤੇ ਟਰਾਈ ਚੱਲਦੀ ਆ ਪਤਾ ਨਹੀਂ ਕੀ ਕੁਝ ਚੱਲਦਾ ਆਪਣੀ ਇੱਜ਼ਤ ਬਚਾਉਣ ਮਾਰੇ ਘੱਟ ਦੱਸ ਰਿਹਾ ਮੈਂ ਅੱਜ ਪਤਾ ਕੀ ਹੋਇਆ ਮੈਨੂੰ ਜੱਚਾ ਬੱਚਾ ਜਾਂਚ ਕੇਂਦਰ ਲੈ ਗਿਆ ਮੇਰਾ ਬੱਚਾ ਚੈੱਕ ਕਰਾਉਣ ਲਈ ਉਹ ਮੈਂ ਕਪੜਾ ਮਾਰੂ ਸਾਲਿਓ ਮੇਰੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਉਹ ਗੱਲ ਸੁਣ ਲਓ ਮੇਰੀ ਦੋਨੇ ਜਾਣੇ ਜਾਂ ਤਾਂ ਅੱਜ ਇਹ ਕਮਰਾ ਛੱਡੋ ਜਾਂ ਫਿਰ ਆਉਂਦਾ ਤੁਹਾਡਾ ਪਤੰਦਰ ਉਹਨੂੰ ਸਾਰੀ ਸੱਚੀ ਗੱਲ ਦੱਸੋ ਉਹ ਐਂ ਕਿਵੇਂ ਦੱਸ ਦੋ ਏ ਯਾਰ ਜੀ ਉਹਨੂੰ ਪਤਾ ਲੱਗ ਗਿਆ ਨਾ ਇਹ ਬੰਦਾ ਉਹਨੇ ਤਾਂ ਮੇਰਾ ਵਿਆਹ ਨਹੀਂ ਹੋਣ ਦੇਣਾ ਜੀ ਸਮੀਤ ਨਾਲ ਸ਼ਾਬਾਸ਼ ਆਪਦਾ ਘਰ ਵਸਾਉਣ ਲਈ ਸਾਲਿਓ ਮੇਰਾ ਸਾਰਾ ਕੁਝ ਜਾਰੀ ਚਲੋ ਹਨਾ ਯਾਰ ਡਿਪਟੀ ਆਪਾਂ ਬੱਬੂ ਦਾ ਵਿਆਹ ਵੀ ਤਾਂ ਕਰਵਾਉਣਾ ਜੇ ਤੂੰ ਸੂਬੇਦਾਰ ਨੂੰ ਸਾਰਾ ਕੁਝ ਦੱਸਤਾ ਉਹਨੇ ਇਹਦਾ ਜਸਮੀਤ ਨਾਲ ਵਿਆਹ ਨਹੀਂ ਹੋਣ ਦੇਣਾ ਉਹ ਤੂੰ ਚੱਲ ਓਏ ਇਦੋਂ ਤਾਂ ਮੈਂ ਪਿੰਡ ਰਹਿ ਕੇ ਸਰੂਪਨਖਾ ਦਾ ਰੋਲ ਕਰੀ ਜਾਂਦਾ ਘੱਟੋ ਘੱਟ ਲੋਕ ਇੱਜ਼ਤ ਕਰਦੇ ਸੀ ਆ ਜਦੋਂ ਦਾ ਨੀਰੂ ਬਣਿਆ ਸਾਲੀ ਆਪਦੀ ਇੱਜ਼ਤ ਬਚਾਉਣੀ ਔਖੀ ਹੋਈ ਪਈ ਹੈ ਬਈ ਇੱਕ ਤਰੀਕੇ ਨਾਲ ਆਪਾਂ ਇਹ ਪ੍ਰੋਬਲਮ ਤੋਂ ਬਚ ਸਕਦੇ ਆ ਕਿਹੜੀ ਓਏ ਜੇ ਨੀਰੂ ਮਰ ਜਵੇ ਚੱਲ ਓਏ ਇਦੋਂ ਚੰਗਾ ਤਾਂ ਮੈਂ ਪਿੰਡ ਰਹਿ ਕੇ ਰਾਮਲੀਲਾ ਹੀ ਕਰ ਲੂੰ ਉਹ ਸੱਚੀ ਮੁੱਚੀ ਮਰਨ ਥੋੜਾ ਨਾ ਕਹਿਣਾ ਸੂਬੇਦਾਰ ਦੇ ਮੂਰੇ ਝੂਠ ਮੂਠ ਦਾ ਮਰਨ ਨੂੰ ਕਹਿਣਾ ਉਹ ਘੱਟੋ ਘੱਟ ਉਹਨੂੰ ਇਹ ਤਾਂ ਹੋਜੂਗਾ ਤੂੰ ਉਹਨੂੰ ਵਿਆਹ ਤੋਂ ਮਨਾ ਨਹੀਂ ਕੀਤਾ ਜਦ ਨੀਰੂ ਨੇ ਬੱਚੀ ਦੇਖ ਨੀਰੂ ਮੈਂ ਥਾਪੜਾ ਮਾਰੂ ਸਾਲਾ ਨੀਰੂ ਦਾ ਮੇਰਾ ਮਤਲਬ ਡਿਪਟੀ ਵੀਰ ਜੀ ਤੁਹਾਨੂੰ ਤੈਰਨਾ ਤਾਂ ਆਉਂਦਾ ਆਹੋ ਬਸ ਫਿਰ ਸਵੇਰੇ ਸੱਜਰੇ ਸੂਬੇਦਾਰ ਦੇ ਮੂਰੇ ਨਹਿਰ ਛਾਲ ਮਾਰ ਦੀ ਜਮਾ ਫਿੱਟ ਕਹਿੰਦਾ ਬਾਈ ਲਾ ਪਾਲੀ ਨੂੰ ਫੋਨ ਹੁਣੇ ਲੈ ਤੈਨੂੰ ਕਹਿ ਕੱਲ ਦੀ ਛੁੱਟੀ ਲੈ ਲਵੇ ਓਏ ਆ ਜਾਓ ਰੈਡੀ ਆਹੋ ਚੱਲ ਹੋ ਜਾ ਹੋਈਏ ਫਿਰ ਚੱਲ ਇਹ ਲੈ ਫਿਰ ਮੈਂ ਨਾ ਬਚਦੀ ਮੈਂ ਨਹੀਂ ਬਚਦੀ ਮੈਂ ਨਹੀਂ ਬਚਦੀ ਘਟਿਆ ਪਤੀ ਮੇਰੇ ਪਿੱਛੇ ਨਾ ਆਇਓ ਉਹ ਕੀ ਨਮਸਿਆ ਪਤਾ ਗਿਆ ਨਹਿਰ ਚੱਲ ਮਾਰ ਮੇਰੇ ਪਿੱਛੇ ਨਾ ਆਇਓ ਰੁਕ ਜਾ ਬਾਲੂ ਨੂੰ ਰੁਕ ਜਾ ਬਿਨੂ ਨੀਰੂ ਆਪਣੇ ਮਰ ਜਾ ਮੇਰਾ ਤਾਂ ਨੀਰੂ ਦੀ ਨੇ ਚੱਲੀ ਗਿਆ ਨੀਰੂ ਕੀ ਹੋ ਗਿਆ ਨੂੰ ਆਇਓ ਰੱਬਾ ਮੈਂ ਨਹੀਂ ਬਚਦੀ ਰੁਕ ਜਾ ਸਾਲਿਓ ਕੀ ਕਰਤਾ ਮੇਰੀ ਨੀਰੂ ਨੂੰ ਜਿਹੜੀ ਮਿਲਖਾ ਸਿੰਘ ਬੜੀ ਫਿਰਦੀ ਆ ਸੁਬੇਦਾਰ ਸਾਹਿਬ ਤੁਹਾਡੀ ਕੋਈ ਆਪਸ ਚ ਗੱਲ ਹੋਈ ਸੀ ਸਾਲੇ ਸਾਡੀਆਂ ਤਾਂ ਆਸ ਵਿੱਚ 100 ਗੱਲਾਂ ਹੋਈਆਂ ਸੀ ਤੈਨੂੰ ਮੈਂ ਕਿਹੜੀ ਕਿਹੜੀ ਗੱਲ ਦੱਸਾਂ ਫਿਰ ਉਹ ਜੀਦੇ ਕਰਕੇ ਮਰਨ ਚੱਲੀ ਆ ਤੇਰੇ ਕਰਕੇ ਮਰਨ ਚੱਲੀ ਆ ਸਾਲਿਆ ਉਹ ਇਹਦੇ ਨਾਲ ਤਾਂ ਖੁਸ਼ ਸੀ ਉਹ ਸਾਲਿਆ ਕੋਈ ਖੁਸ਼ੀ ਵਿੱਚ ਵੀ ਮਰਦਾ ਹੁੰਦਾ ਜੇ ਮੇਰੀ ਨੀਰੂ ਨੂੰ ਖੁਸ਼ ਹੋ ਗਿਆ ਕੱਲੇ ਕੱਲੇ ਨੂੰ ਮਾਰ ਦੂੰ ਓ ਹੈਲੋ ਮੈਂ ਤਾਂ ਸੀ ਓਏ ਆਪਾਂ ਅੱਗੇ ਨਿਕਲ ਗਏ ਸੀ ਮੈਂ ਨਹੀਂ ਬਚਦੀ ਮੈਂ ਤਾਂ ਗਈ ਬਸ ਮੈਂ ਤਾਂ ਚੱਲੀ ਹਾਂ ਨੀਰੂ ਮੈਂ ਤਾਂ ਗਈ ਹਾਏ ਡੰਡਾ ਪਾਣੀ ਡੰਡਾ ਸੀਤ ਆ ਗਿਆ ਤੇਰਾ ਸੂਬੇਦਾਰ ਓਏ ਆ ਕਿਉਂ ਗਿਆ ਓ ਯਾਰ ਐਡਾ ਚਸਕਾ ਵੀ ਨਾ ਹੋਵੇ ਕਿਸੇ ਨੂੰ ਤੀਮੀ ਦਾ ਉਹ ਬੱਟਾ ਬੁੱਟਾ ਮਾਰ ਦੇ ਬੱਟੇ ਬੁੱਟੇ ਨਾਲ ਕੁਝ ਨਹੀਂ ਬਣਨਾ ਜਿੰਨਾ ਇਹ ਹਲਕਾ ਨਾ ਇਹ ਤਾਂ ਪੁਲਿਸ ਨੂੰ ਲੱਭਣਾ ਬਚਾਓ ਓ ਬਚਾ ਤਾਂ ਲਿਆ ਹੋਰ ਕਿੰਨੇ ਜਣੇ ਚਾਹੀਦੇ ਆ ਬਚਾਉਣ ਨੂੰ ਜਿਹੜਾ ਤੇਰੇ ਸਿਰ ਦਾ ਸਾਈਆ ਉਹ ਤਾਂ ਸਾਲਾ ਬਾਹਰ ਖੜਾ ਮੈਂ ਹੀ ਬਚਾਇਆ ਓ ਸਾਲਿਓ ਆਪ ਹੀ ਛਾਲ ਮਾਰਨੀ ਬਣੀ ਆ ਚਲੋ ਹਾਂ ਚੱਲ ਚੱਲ ਹਾਏ ਰੱਬਾ ਸੁਬੇਦਾਰ ਸਾਹਿਬ ਛੱਡ ਦੇ ਇਹਨੂੰ ਆ ਗਏ ਸੀ ਬਚਾਉਣ ਨੂੰ ਜੇ ਮੇਰੀ ਨੀਰ ਨੂੰ ਹੱਥ ਲਾਇਆ ਨਾ ਮੈਂ ਸਾਲੇ ਨੂੰ ਪਾਣੀ ਵਿੱਚ ਢਾਲ ਲੈਣਾ ਛੱਡ ਦੋ ਬਚਾਓ ਆ ਗਏ ਸਾਲੇ ਹੁਣ ਬਚਾਉਣ ਛੱਡ ਦੋ ਸੁਬੇਦਾਰ ਸਾਹਿਬ ਮੈਂ ਛੱਡ ਦਿੱਤੀ ਹੁਣ ਮੈਂ ਬਚਾਈ ਆ ਹੁਣ ਮੇਰੀ ਆ ਤੂੰ ਸੁਬੇਦਾਰ ਸਾਹਿਬ ਉਹ ਤੇ ਇਹ ਮੇਰੀ ਆ ਮੇਰੀ ਆ ਇਹ ਮੇਰੀ ਆ ਛੱਡ ਦੋ ਛੱਡ ਦੋ ਮੇਰੀ ਆ ਉਹ ਮੇਰੀ ਆ ਮੇਰੀ ਆ ਮੇਰੀ ਸਾਰੇ
ਪੀ ਲੋ ਮੈਨੂੰ ਨਫ਼ਰਤ ਹੈ ਇਸ ਪਾਣੀ ਤੋਂ ਪਰਾਂ ਲੈ ਜਾ ਸੂਬੇਦਾਰ ਸਾਹਿਬ ਪੀ ਲੋ ਪਾਣੀ ਨੇ ਕੀ ਵਿਗਾੜਿਆ ਤੁਹਾਡਾ ਹਲੇ ਸਾਰਾ ਕੁਝ ਮੇਰਾ ਹੀ ਤਾਂ ਵਿਗਾੜਿਆ ਤੇਰਾ ਕੀ ਵਿਗਾੜਿਆ ਤੇਰੇ ਕੋਲ ਤਾਂ ਦੂਜੀ ਵੀ ਆ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਅਸੀਂ ਵੀ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਇਹਨੂੰ ਬਚਾਉਣ ਦੀ ਸਾਲਿਆਂ ਨੂੰ ਬਚਾਉਣਾ ਕਹਿੰਦੇ ਆ ਬਚਾ ਤਾਂ ਉਹਨੂੰ ਮੈਂ ਰਿਹਾ ਸੀ ਮੇਰੇ ਸਾਲ ਦੇ ਮੈਨੂੰ ਆਏ ਟੁੱਟ ਕੇ ਪੈ ਗਏ ਜਿਵੇਂ ਕੌਡੀ ਪਾਉਣ ਕੇ ਰੇਡਰ ਨੂੰ ਜਾਫੀ ਪੈਂਦੇ ਹੁੰਦੇ ਆ ਮੇਰੀਆਂ ਅੱਖਾਂ ਸਾਹਮਣੇ ਨੀਰੂ ਪਾਣੀ ਦੇ ਵਿੱਚ ਆਏ ਰੁੜ ਗਈ ਜਿਵੇਂ ਸੂਏ ਦੇ ਵਿੱਚ ਨਹਾਉਣ ਲੱਗੇ ਢਿੱਲੇ ਲਾਲਚਕ ਵਾਲਾ ਕੱਛਾ ਰੁੜਦਾ ਹੁੰਦਾ ਮੈਨੂੰ ਨਾਖਲਾ ਇੱਕ ਵਾਰੀ ਤੇਰੀ ਭੈਣ ਦਾ ਖੁੱਲਣ ਦੀ ਕੋਸ਼ਿਸ਼ ਕੀਤੀ ਸੀ ਦੇਖ ਲਾ ਉਹਦਾ ਕੀ ਹਾਲ ਹੋਇਆ ਸਾਲੇ ਉਹਦੇ ਨਾਲ ਤਾਂ ਮੇਰੇ ਨਾਲ ਮੇਰਾ ਮਤਲਬ ਮੇਰੇ ਵਰਗੇ ਕਿਸੇ ਚੱਜ ਦੇ ਬੰਦੇ ਨਾਲ ਵਿਆਹੀ ਹੁੰਦੀ ਜਿਹੜੀ ਨਹਿਰ 'ਚ ਡੁੱਬ ਕੇ ਮਰੀ ਆ ਉਸੇ ਨਹਿਰ 'ਚ ਕਿਸ਼ਤੀ 'ਚ ਬੈਠ ਕੇ ਮੇਰੇ ਨਾਲ ਉਹਨੇ ਚੱਪੂ ਚਲਾਉਣਾ ਸੀ ਸੌਰੀ ਚਾਚਾ ਜੀ ਬਸ ਕਰੋ ਜੋ ਹੋਣਾ ਸੀ ਹੋ ਗਿਆ ਨਾ ਕੁਛ ਵੀ ਨਹੀਂ ਹੋਇਆ ਸੀ ਅਜੇ ਤੱਕ ਨਾਲੇ ਤੈਨੂੰ ਵੱਧ ਪਤਾ ਮੇਰੇ ਨਾਲੋਂ ਬੈਠੀ ਆਈਡੀਆ ਲਾਈ ਜਾਂਦੀ ਆ ਆਪਣੇ ਹਾਏ ਅੱਲਾ ਬਸ ਅੱਲਾ ਅੱਲਾ ਕਹਿੰਦੀ ਅੱਲਾ ਨੂੰ ਪਿਆਰੀ ਹੋ ਗਈ ਮੇਰੀ ਭੈਣ ਹੁਣ ਮੇਰੇ ਆ ਗੁੱਟ ਤੇ ਲੱਕੜੀ ਕੌਣ ਬਣੂਗਾ ਸਾਲੇ ਤੇਰੇ ਤਾਂ 50 ਬੰਨ ਦੇਣਗੇ ਮੇਰੀ ਪੱਗ ਦੀ ਪੂੜੀ ਕੌਣ ਕਰਾਇਆ ਕਰੂ ਉਹ ਵੀ ਖਿੱਚ ਕੇ ਚਲੋ ਛੱਡੋ ਮੇਰੀ ਭੈਣ ਨੇ ਆ ਮਹੀਨੇ ਦਾ ਕਿਰਾਇਆ ਤਾਂ ਭਰੇ ਹੋਇਆ ਉਹਦੀ ਜਗ੍ਹਾ ਤੇ ਮੈਂ ਰਹਿ ਲਾ ਫੇਟੇ ਮੂਤਰੇ ਜੰਮਣ ਦੇ ਸਾਲਿਆ ਮੇਰੇ ਬਾਪੂ ਜੀ ਸਹੀ ਕਹਿ ਗਏ ਸੀ ਕਿ ਸਹੁਰੇ ਘਰ ਜਵਾਈ ਤੇ ਭੈਣ ਘਰ ਭਾਈ ਕੁੱਤਾ ਹੁੰਦਾ ਸਾਲਾ ਕਹਿੰਦਾ ਮੈਂ ਭੈਣ ਦੀ ਥਾਂ ਤੇ ਰਹਿ ਲਿਆ ਕਰਾਂ ਤੂੰ ਭੈਣ ਤਾਂ ਕੀ ਤੂੰ ਤਾਂ ਸਾਲਾ ਭੈਣ ਦੀ ਗਾਲ ਵੀ ਡਿਜ਼ਰਵ ਨਹੀਂ ਕਰਦਾ ਤੈਨੂੰ ਤਾਂ ਮੈਂ ਖੁੱਲ ਕੇ ਇਹ ਵੀ ਨਹੀਂ ਕਹਿ ਸਕਦਾ ਤੇਰੀ ਭੈਣ ਨੂੰ ਸਾਲਿਆ ਨੀਰੂ ਲਵ ਯੂ ਬੋਲ ਪਾਲੀ ਹਾਂ ਮਿੰਟੂ ਹਾਂ ਰਾਣੋ ਮੈਡਮ ਕਿੱਥੇ ਸਕੂਲ ਕਿਉਂ ਨਹੀਂ ਆਉਂਦੇ ਯਾਰ ਤੂੰ ਕਦੇ ਮੇਰੇ ਬਾਰੇ ਵੀ ਪੁੱਛ ਲਿਆ ਕਰ ਕਿ ਤੂੰ ਕਿਉਂ ਸਕੂਲ ਆਇਆ ਉਹ ਯਾਰ ਦੱਸ ਕਿੱਥੇ ਉਹ ਫੋਨ ਵੀ ਨਹੀਂ ਚੁੱਕਦੇ ਪਏ ਯਾਰ ਉਹ ਸਕੂਲੋਂ ਹਟ ਗਏ ਕਿਉਂ ਯਾਰ ਮੈਨੂੰ ਕੀ ਪਤਾ ਆ ਚੁੱਟੇ ਵਾਲਾ ਕੱਢ ਬਾਹਰ ਆ ਚੱਕ ਫੇਰ ਬਸ ਨਿਕਲੀ ਤਾਂ ਹੈ ਨਹੀਂ ਕਮਾਲਾ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਮੇਰਾ ਸਕੂਲ ਵੀ ਬਿਨਾਂ ਦੱਸੇ ਛੱਡਦਾ ਤੁਹਾਨੂੰ ਪਤਾ ਕਿੰਨੀ ਫਿਕਰ ਹੋ ਗਈ ਸੀ ਮੈਨੂੰ ਤੁਸੀਂ ਠੀਕ ਆ ਨਾ ਸ਼ੁਕਰ ਆ ਪਤਾ ਅਜੀਬ ਅਜੀਬ ਖਿਆਲ ਆ ਰਹੇ ਸੀਗੇ ਕਿਤੇ ਤੁਹਾਨੂੰ ਕੁਝ ਹੋ ਨਾ ਗਿਆ ਹੋਵੇ ਇੰਨੀ ਫਿਕਰ ਹੈ ਮੇਰੀ ਹੋਵੇ ਕਿਉਂ ਨਾ ਜੇ ਮੈਂ ਮੂੰਹੋਂ ਨਹੀਂ ਕਹਿੰਦਾ ਇਹਦਾ ਮਤਲਬ ਇਹ ਥੋੜੀ ਕਿ ਮੈਂ ਤੁਹਾਨੂੰ ਪਾਲੀ ਪਰਸੋਂ ਮੇਰੀ ਮੰਗਣੀ ਹੈ ਪਰ ਮੈਂ ਤਾਂ ਸਮਝਦਾ ਸੀ ਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ ਮੈਂ ਕਦੋਂ ਮਨਾ ਕੀਤਾ ਫਿਰ ਇਹ ਮੰਗਣੀ ਇਹ ਸਭ ਕੁਝ ਕੀ ਆ ਇਹ ਰਿਸ਼ਤਾ ਪਿਛਲੇ ਹਫਤੇ ਹੀ ਮੇਰੀ ਦੀਦੀ ਨੇ ਪੱਕਾ ਕੀਤਾ
ਜਿਸ ਇਨਸਾਨ ਨੂੰ ਤੁਸੀਂ ਜਾਣਦੇ ਤੱਕ ਨਹੀਂ, ਉਹਨਾਂ ਮੰਗਣੀ ਕਿੱਦਾਂ ਕਰਵਾ ਸਕਦੇ ਹੋ? ਉਹ ਮੇਰੀ ਦੀਦੀ ਦਾ ਦਿਓਰ ਹੈ। ਦੋਨਾਂ ਫੈਮਿਲੀਜ਼ ਨੇ ਮਿਲ ਕੇ ਇਹ ਰਿਸ਼ਤਾ ਪੱਕਾ ਕੀਤਾ। ਫਿਰ ਮੇਰਾ ਕੀ ਹੋਊਗਾ? ਪਾਲੀ, ਤੁਸੀਂ ਬਹੁਤ ਵਧੀਆ ਇਨਸਾਨ ਹੋ, ਤੁਹਾਨੂੰ ਬਹੁਤ ਚੰਗੀ ਕੁੜੀ ਮਿਲੇਗੀ। ਜਿਹੜੀ ਚੰਗੀ ਕੁੜੀ ਮਿਲੀ ਸੀ ਉਹ ਤਾਂ ਛੱਡ ਕੇ ਜਾ ਰਹੀ ਹੈ। ਸ਼ਾਇਦ ਕਿਸਮਤ ਨੂੰ ਇਹੀ ਮਨਜ਼ੂਰ ਸੀ। ਸ਼ਗਨ ਪਾਓ ਨਾ ਹੋਰ, ਹੁਣ ਮੈਂ ਕੀ ਆਖਾਂ? ਸਾਨੂੰ ਤਾਂ ਸਾਲਾ ਪਤਾ ਵੀ ਅੱਜ ਹੀ ਲੱਗੇ ਵੀ ਇਹ ਕਾਕਾ ਜੀ ਵੀ ਇਸ਼ਕ ਕਰੀ ਬੈਠੇ ਨੇ। ਓਏ ਹੁਣ ਕਰਨਾ ਦੱਸੋ ਕੀ ਆ ਬਈ, ਮੰਗਣੀ ਤਰਾਉਣੀ ਪੈਣੀ ਆ। ਪਾਗਲ ਹੋ ਗਿਆ ਤੂੰ, ਮੰਗਣੀ ਹੋ ਰਹੀ ਆ, ਕੋਈ ਮਜ਼ਾਕ ਨਹੀਂ ਹੋ ਰਿਹਾ। ਤੇਰੀ ਜ਼ਿੰਦਗੀ ਦਾ ਮਜ਼ਾਕ ਹੁਣ ਦੇ ਦੀਏ ਹਨਾ, ਬਾਅਦ ਚ ਰੋਂਦਾ ਫਿਰ ਅੱਖਾਂ 'ਚ ਸੁਣ ਦੇ ਦੇ, ਉਹਦਾ ਕੀ ਫਾਇਦਾ? ਨਹੀਂ ਯਾਰ, ਉਹ ਜਿੱਥੇ ਵੀ ਮੰਗਣੀ ਕਰਵਾ ਰਹੀ ਆ ਖੁਸ਼ ਆ,
ਤੇ ਉਹਦੀ ਖੁਸ਼ੀ 'ਚ ਮੇਰੀ ਖੁਸ਼ੀ ਆ। ਦੇਖ ਪਾਲੀ, ਮੰਗਣੀ ਤਾਂ ਰਾਣੂ ਦੀ ਕਿਤੇ ਹੋਰ ਹੁਣ ਹੋਣ ਨਹੀਂ ਦੇਣੀ, ਚਾਹੇ ਸਾਲੀਆਂ ਲੱਤਾਂ ਬਾਹਾਂ ਨਾ ਤੋੜਨੀਆਂ ਪੈ ਜਾਣ। ਗੱਲ ਸੁਣੋ ਮੇਰੀ, ਜੇ ਮੰਗਣੀ ਤੜਾਉਣ ਦੀ ਗੱਲ ਵੀ ਕੀਤੀ ਨਾ, ਮੈਂ ਸਾਲੋ ਤੁਹਾਡੇ ਸਾਰਿਆਂ ਦੀਆਂ ਲੱਤਾਂ ਤੋੜ ਦੂੰ। ਲੈ ਲੈ ਲਈ ਸ਼ੀਲਡ, ਹੁਣ ਦੱਸੋ ਕਰਨਾ ਕੀ ਹੈ। ਉਹ ਇੱਕ ਆਈਡੀਆ ਹੈਗਾ ਬਾਈ, ਜਿਹਦੇ ਨਾਲ ਰਾਣੂ ਦੀ ਮੰਗਣੀ ਹੋਣ ਲੱਗੀ ਆ, ਆਪਾਂ ਉਹਦੇ ਇਲਜ਼ਾਮ ਲਾ ਦਿੰਦੇ ਕੋਈ ਪਹਿਲਾਂ ਹੀ ਵਿਆਹ ਹੋਇਆ। ਗੁੱਡ ਆਈਡੀਆ ਯਾਰ, ਪਰ ਇਹ ਕਰੂ ਕੌਣ? ਉਹ ਤੂੰ ਤੂੰ ਬਣੇਗਾ ਉਹਦੀ ਘਰ ਵਾਲੀ। ਓਏ ਦਫਾ ਹੋਏ, ਓਏ ਮੈਂ ਕਰ ਉਤਰ ਮਿੰਦਰ ਬਣਨਾ ਹੈ, ਤੁਸੀਂ ਸਾਲਿਓ ਮੈਨੂੰ ਘਰ ਵਾਲੀ ਬਣਾ ਬਣਾ ਕੇ ਘਸਾਤਾ। ਕਿਉਂ ਸਾਲਿਆ, ਹੁਣ ਯਾਰਾਂ ਲਈ ਇੰਨਾ ਵੀ ਨਹੀਂ ਕਰ ਸਕਦਾ? ਓਏ ਮਸਾ ਮੈਂ ਆ ਬੁੜੇ ਤੋਂ ਪਿੱਛਾ ਛੜਾਇਆ, ਜੇ ਮੈਂ ਇੱਕ ਮਹੀਨਾ ਤੁਹਾਡੇ ਨਾਲ ਹੋਰ ਰਹਿ ਗਿਆ ਨਾ, ਕੱਲ ਨੂੰ ਮੈਂ ਮੁੰਡਿਆਂ ਤੇ ਟਰਾਈਆਂ ਮਾਰਦਾ ਫਿਰੂੰ। ਦਫਾ ਜੋ ਸਾਲੇ ਹੋਏ ਨੇ। ਸਾਲਾ ਮਤਲਬ ਹੀ ਦੇਖੋ, ਜਨਾਨੀ ਬਣ ਜਾ ਬਸ। ਯਾਰ ਬੱਬੂ ਬਾਈ, ਤੈਨੂੰ ਹੀ ਕੁਛ ਕਰਨਾ ਪੈਣਾ। ਉਹ ਨਹੀਂ ਨਹੀਂ, ਮੈਥੋਂ ਨਹੀਂ ਇਹਨੇ ਲੋਕਾਂ ਸਾਹਮਣੇ ਬੋਲਣਾ। ਸਾਲਿਆ, ਕੱਲ ਨੂੰ ਜਦ ਹਿੱਟ ਸਿੰਗਰ ਬਣ ਗਿਆ, ਸਟੇਜ 'ਤੇ ਕੀ ਗਾਇਆ ਕਰੇਗਾ? ਬਹਾਨੇ ਜੇ ਨਾ ਬਣਾ, ਚੁੱਪ ਕਰਕੇ ਤੇ ਜਨਾਨੀ ਬਣਨ ਨੂੰ ਤਿਆਰ ਹੋ ਜਾ, ਨਹੀਂ ਸਾਲ ਨੂੰ ਬੰਦਾ ਵੀ ਨਹੀਂ ਰਹਿਣ ਦੇਣਾ। ਉਹ ਬੱਬੂ, ਉਹ ਗਿਆ ਓਏ, ਉੱਠ ਛੇਤੀ ਕਰ, ਤਿਆਰ ਹੋ ਜਾ, ਉੱਠ। ਗਿਆ? ਆਹੋ। ਬੱਬੂ ਓਏ, ਯਾਰ ਮੈਨੂੰ ਤਾਂ ਇਹੀ ਲੱਗਦਾ। ਥੈਂਕ ਯੂ, ਕੰਗ੍ਰੈਚੁਲੇਸ਼ਨ। ਥੈਂਕ ਯੂ। ਸਾਲਿਆ, ਨਰਮੇ ਕਾਲ ਦੇ ਖਿੱਚੀ ਕਰਦਾ, ਕੁਛ ਖਾਤਾ ਲੈਣਾ ਨੂੰ ਖਾਣ ਦਿਓ, ਪੀ ਲਈ ਦੀ ਆ, ਚੱਲ। ਬੈਠੋ ਵੇਟਰ, ਭਾਜੀ ਤੇ ਭਾਬੀ ਲਈ ਕੁਛ ਖਾਣ ਪੀਣ ਨੂੰ ਲਿਆ। ਇਹ ਸਾਰੇ ਕਿੱਥੇ ਚਲੇ ਗਏ? ਜੇ ਪਾਲੀ ਵਾਲੀ ਦਾ ਕਿਤੇ ਹੋਰ ਵਿਆਹ ਹੋ ਗਿਆ ਨਾ, ਇਹ ਸਾਰੀ ਉਮਰ ਲਾਹਣ ਤਾਂ ਪਾਉਣਗੇ ਮੈਨੂੰ। ਰੁਕ 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 ਜਾ, ਚੱਲ ਚੱਲ ਚੱਲ। ਜਿੰਨੀ ਸੇਵਾ ਹੋ ਰਹੀ ਆ, ਮੇਰਾ ਤਾਂ ਜੀ ਕਰਦਾ ਮੰਗਣੀ ਤੜਾਉਣ ਨੂੰ, ਰਹਿਣ ਹੀ ਦਈਏ। ਬਕਵਾਸ ਨਾ ਮਾਰ, ਛੇਤੀ ਡਪਲਾ। ਆਹੀ ਲੱਗਦਾ, ਰੋਕ ਰੋਕ ਰੋ। ਉਹ ਆ ਕੀ ਬਿਠਾਇਆ ਤੇ ਬੰਦਾ ਸੀ, ਵਿੱਚ ਬੁੜੀ ਕਿੱਥੋਂ ਆ ਗਈ? ਟੈਂਪੜੀ ਮੇ ਲੈਣੇ ਨੇ, ਆਪਦੇ ਪੈਸੇ ਫੜ ਤੇ ਤੁਰਦਾ ਬਣ। ਆਲਾ ਫੜ। ਕੋਈ ਨਹੀਂ ਜੀ, ਬਸ ਕੀ ਕਰ ਸਕਦਾ। ਨਿਬੜ ਗਈਆਂ ਰਸਮਾਂ ਜੀ? ਕਿੱਥੇ, ਅਜੇ ਤਾਂ ਰਸਮਾਂ ਹੋਣੀਆਂ ਨੇ। ਓ ਹਾਏ, ਮੈਂ ਲੁੱਟੀ ਗਈ, ਰੋਕ ਦਿਓ ਇਹ ਮੰਗਣੀ। ਇਹ ਬੰਦਾ ਪਹਿਲਾਂ ਮੇਰੇ ਨਾਲ ਵਿਆਹਿਆ ਹੋਇਆ ਸੀ, ਮੈਂ ਇਹਦੇ ਬੱਚੇ ਦੀ ਮਾਂ ਬਣਨ ਵਾਲੀ ਆ, ਰੋਕ ਦਿਓ ਇਹ ਮੰਗਣੀ। ਕੀ ਬਕਵਾਸ ਕਰ ਰਹੀ ਹੈ ਤੂੰ? ਮੈਂ ਬਕਵਾਸ ਨਹੀਂ ਕਰ ਰਹੀ, ਮੈਂ ਸੱਚ ਬੋਲ ਰਹੀ ਆ। ਇਹਦੇ ਨਾਲ ਵਿਆਹੀ ਆ ਤੂੰ? ਦਾਦਾ ਸੁਣ, ਉਹ ਮੈਨੂੰ ਲੱਗਿਆ ਜੀ ਮੰਗਣੀ ਹੋ ਰਹੀ ਹੈ, ਮੈਂ ਸੱਚੀ ਸੋਰੀ ਆ ਜੀ। ਇੰਨਾ ਤਾਂ ਬਾਬਾ ਜਿਉਂਦੇ ਜੀ ਬਦਨਾਮ ਨਹੀਂ ਹੋਇਆ ਜਿੰਨਾ ਤੂੰ ਮਰਨ ਤੋਂ ਬਾਤ ਕਰਤਾ। ਅੱਜ ਬਾਬੇ ਤੋਂ ਪਹਿਲਾਂ ਤੈਨੂੰ ਫੂਕਾਂਗੇ। ਸਰਕਾਰ ਦੇ ਸਮਾਨ ਦੇ ਪੈਸੇ ਤਾਂ ਦੇ ਦੋ। ਉਹ ਸਮਾਨ ਦੇ ਪੈਸੇ ਮੈਨੂੰ ਪੱਕਾ ਪਤਾ ਵੀ ਇੱਕ ਦਿਨ ਵੱਡਾ ਐਕਟਰ ਬਣੂ ਤੇ ਦੁਨੀਆ ਇਹਦੇ ਪਿੱਛੇ ਪਿੱਛੇ ਹੋਊ। ਮੇਰਾ ਮੁੰਡਾ ਛਾਲਾ ਮਾਰ ਮਾਰ ਭੱਜਣ ਦਿਆ। ਕੁਲਦੀਪ, ਕੁਲਦੀਪ ਇੱਕ ਮਿੰਟ, ਤੂੰ ਇੱਥੇ? ਯਾਰ ਤੂੰ ਇੱਥੇ?
ਆ ਸਰ ਜਣੇ ਮੇਰੇ ਮੁੰਡੇ ਦੇ ਮਗਰ ਕਿਉਂ ਪਏ ਹੋਏ ਆ? ਉਹ ਇਹਨਾਂ ਚ ਤੇਰਾ ਮੁੰਡਾ ਕਿਹੜਾ ਹੈ? ਉਹ ਜਿਹੜਾ ਜਨਾਨੀ ਬਣਿਆ ਸਾਰਿਆਂ ਦੇ ਅੱਗੇ ਅੱਗੇ ਸੀ। ਉਹ ਵਧਾਈ ਹੋਏ, ਤੇਰਾ ਮੁੰਡੇ ਦਾ ਕਿਸੇ ਦੇ ਬੱਚੇ ਦੀ ਮਾਂ ਬਣਨ ਵਾਲਾ ਹੈ? ਕੀ ਪਕਾਈ ਮਾਰਦਾ ਮੈਂ ਤੇ ਅੱਗੇ ਦਿਲ ਦਾ ਮਰੀਜ਼ ਆ, ਕਾਹਦੀਆਂ ਵਧਾਈਆਂ? ਉਹ ਇਸੇ ਕਰਕੇ ਤਾਂ ਲੋਕੀ ਉਹਦੇ ਪਿੱਛੇ ਭੱਜ ਰਹੇ ਨੇ ਉਹਨੂੰ ਕੁੱਟਣ ਲਈ। ਟਾਪਾ ਤਾਂ ਸਾਲੇ ਤਾਂ ਮੈਂ ਚਾੜੂ, ਸਾਲੇ ਦੇ ਸ਼ਹਿਰ ਜਾ ਕੇ ਵੀ ਚੱਲੇ ਨੇ ਬੰਦੇ। ਆ ਮੇਰੇ ਨਾਲ ਆ ਜਾ। गरीब ना हो जो काम आया तो कर ला, साला पकौड़े झुलसन लग गया। सारा मंगनी शुरू हो गई, खा लेंगे सवेर का खिटी फिर। चलो शगन हुन रिंग पाओ। ਸਾਲਿਆ ਉਹ ਦੇਖ ਲਾ ਮੁੰਦਰੀ ਪੈਣ ਲੱਗੀ ਆ, ਬੋਲ ਪਾ ਕੇ ਤੇਰੇ ਨਾਲ ਵਿਆਹ ਹੈ। ਮੈਂ ਪਕੌੜੇ ਦਾ ਖਾਣਾ। ਸਾਲਿਆ ਇੱਥੇ ਪਕੌੜੇ ਖਾਣਾ ਆ? ਸਾਲਿਆ ਤੂੰ ਬੋਲ ਪਾ। ਜਨਾਬ ਤੂੰ ਬਣਿਆ ਕਿ ਮੈਂ? ਚੱਲ ਮੈਂ ਦੱਸਦਾ ਤੂੰ। ਰਾਨੋ ਚੱਲ ਰੁਕ ਜਾ। ਇਹ ਮੰਗਣੀ ਨਹੀਂ ਹੋ ਸਕਦੀ, ਇਹ ਮੁੰਡਾ ਮੇਰੀ ਭੈਣ ਨਾਲ ਵਿਆਹ ਹੋਇਆ। ਓਏ ਕੌਣ ਹੋ ਤੁਸੀਂ? ਉਹ ਮੇਰੇ ਨਾਲ ਵਿਆਹ ਹੋਇਆ ਜੀ। ਸਾਲਿਆ ਪਕੌੜੇ ਕੱਢ ਕੇ ਬੋਲ ਪਾ। ਮੈਂ ਨਹੀਂ ਇਹਨਾਂ ਨੂੰ ਜਾਣਦਾ। ਨਾ ਮੇਰੇ ਸਿਰ ਦੇ ਸਾਈਆਂ, ਇੰਜ ਨਾ ਕਰ। ਤੂੰ ਕਿਵੇਂ ਭੁੱਲ ਸਕਦਾ ਉਹ ਪਲ ਜਿਹੜੇ ਮੇਰੇ ਨਾਲ ਬਿਤਾਏ ਸੀ? ਕਿਹੜੇ ਪਲ? ਕਿਹੜਾ ਵਿਆਹ? ਕੀ ਪਕਾਈ ਮਰੀ ਜਾਨੀ ਹੈ? ਇੰਨਾ ਕਹਿਰ ਨਾ ਗੁਜ਼ਾਰ ਜ਼ਾਲਮਾ, ਤੇਰੇ ਸਿਹਰਿਆਂ ਨਾਲ ਵਿਆਹੀ ਹੋਈ ਆ। ਮੁੰਡਾ ਤਾਂ ਪਹਿਲੀ ਵਿਆਹ ਹੋਇਆ ਹੋਇਆ। ਕੋਈ ਉਧਰ ਕੀ ਪੰਗਾ ਪੈ ਗਿਆ? ਕੀ ਕਮੀ ਸੀ ਮੇਰੇ ਵਿੱਚ? ਇੱਕ ਢਿੱਡ ਚ ਧਰਨੀ ਤਾਂ ਪੈਂਦੀ ਸੀ ਨਾ। ਸਾਲਿਆ ਬਹਾਨਾ ਤਾਂ ਕੋਈ ਚੱਜਦਾ ਲਾ ਲੈਂਦਾ। ਕੀ ਗੱਲ ਹੋ ਗਈ? ਇਹ ਬੰਦਾ ਕਹਿੰਦਾ ਇਹ ਮੁੰਡਾ ਇਹਦੀ ਭੈਣ ਨਾਲ ਵਿਆਹਿਆ ਆ। ਹਾਂ ਬਾਈ। ਉਹ ਤੇਰੀ ਸੁਪੇਦਾਰ ਜਸ, ਤੂੰ ਕਿਹੜੀ ਤੇਰੀ ਭੈਣ ਨੂੰ ਵਿਆਹੀ ਆ? ਇਹ ਜਿਹੜੀ ਨਾਲ ਖੜੀ ਹੈ। ਪਰ ਇਹ ਤਾਂ ਇਹਦੀ ਘਰ ਵਾਲੀ ਆ, ਭੈਣ ਥੋੜਾ। ਉਹ ਸੂਬੇਦਾਰ ਸਾਹਿਬ ਤੁਸੀਂ ਸਾਡੇ ਪੰਗੇ 'ਚ ਨਾ ਪਵੋ, ਇਹ ਮੇਰੀ ਭੈਣ ਆ ਤੇ ਤਾਂ ਘਰ ਵਾਲਾ ਉਹ ਆ। ਕਦੋਂ ਤੇਰੀ ਭੈਣ ਨਾਲ ਵਿਆਹ ਮੈਂ? ਹੈਲੋ ਪਾਲੀ। ਹਾਂ ਬੋਲ ਮਿੰਟੂ। ਮੈਡਮ ਵਾਲਾ ਮੁੰਡਾ ਤਾਂ ਪਹਿਲੇ ਹੀ ਵਿਆਹਿਆ ਹੋਇਆ। ਕੀ? ਆਹੋ ਇੱਕ ਜਨਾਨੀ ਖੜੀ ਬੋਲ ਰਹੀ ਹੈ ਕਿ ਮੁੰਡਾ ਪਹਿਲਾਂ ਮੇਰੇ ਨਾਲ ਵਿਆਹਿਆ ਹੋਇਆ, ਮੰਗਣੀ ਟੁੱਟੀ ਲੈ ਤੇ ਤੇਰਾ ਨੰਬਰ ਲੱਗ ਜੂ। ਹਾਂ ਹੈਪੀ ਬਾਜੀ। ਹਾਂ ਬਿੱਲੂ। ਭਾਅ ਜੀ ਉਹ ਜਨਾਨੀ ਹੁਣੇ ਹੁਣੇ ਮੈਰਿਜ ਪੈਲਸ ਬੜੀ ਹੈ। ਕਿਹੜੀ ਜਨਾਨੀ? ਉਹੀ ਜਨਾਨੀ ਭਾਈ ਜਿਹਨੇ ਤੁਹਾਡੇ 'ਚ ਪੜੇ ਲਾਏ ਸੀ। ਸ਼ਟ ਅਪ ਬਿੱਲੂ। ਓਏ ਤੈਨੂੰ ਸ਼ਰਮ ਨਹੀਂ ਆਉਂਦੀ ਪਵਿੱਤਰ ਰਿਸ਼ਤਿਆਂ ਦਾ ਘਾਣ ਕਰਦੇ ਨੂੰ? ਸਾਲਿਆ ਆਪਣੀ ਘਰਵਾਲੀ ਨੂੰ ਭੈਣ ਬਣਾਈ ਜਾਂਦਾ। ਉਹ ਸੂਬੇਦਾਰ ਸਾਹਿਬ ਤੁਸੀਂ ਸਮਝ ਨਹੀਂ ਰਹੇ, ਇਹ ਮੇਰੀ ਭੈਣ ਆ। ਤੁਸੀਂ ਅਜੇ ਹੋਸ਼ 'ਚ ਨਹੀਂ ਗਏ। ਮੰਨਿਆ ਮੈਂ ਆਪਣੀ ਨੀਰੂ ਦੇ ਮਰਨ ਕਰਕੇ ਥੋੜਾ ਅਪਸੈਟ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਹਿੱਲ ਗਿਆ। ਇਹ ਮੰਗਣੀ ਨਹੀਂ। ਤੇਰੀ ਸੜਾ ਕਿੱਥੋਂ ਆ ਗਈ? ਆਹੋ ਮੇਰਾ ਮਤਲਬ ਆ ਗਿਆ। ਮੈਨੂੰ ਕੀ ਪਤਾ। ਹੁਣ ਇਹ ਕੌਣ ਹੈ? ਇਹ ਮੁੰਡਾ ਮੇਰੇ ਨਾਲ ਵਿਆਹਿਆ ਹੋਇਆ ਹੈ। ਨੀਰੂ ਕੌਣ ਹੋ ਤੁਸੀਂ? ਮੇਰੇ ਘਰ ਵਾਲਾ ਮੋੜੋ। ਹੁਣ ਇਹ ਕੌਣ ਹੈ? ਇਹ ਮੇਰੀ ਨੀਰੂ ਆ। ਹੁਣੇ ਤੇ ਕਹਿ ਰਹੇ ਸੀ ਮਰੀ ਹੋਈ ਹੈ, ਤੈਂ ਉਹਦੀ ਗਤੀ ਕਰਾਉਣੀ ਆ। ਨੀਰੂ ਤੂੰ ਬਚ ਗਈ ਸੀ? ਕੀ ਤੁਸੀਂ ਨੀਰੂ ਨੀਰੂ ਲਈ ਹੈ? ਮੈਂ ਜਪਜੀ ਹਾਂ ਤੇ ਇਹ ਮੇਰੇ ਘਰ ਵਾਲਾ ਹੈ। ਪ੍ਰਾਹੁਣਾ ਤਾਂ ਪਹਿਲਾਂ ਹੀ ਦੋ ਦੋ ਲਈ ਫਿਰਦਾ ਭੈਣੇ। ਉਹ ਕੌਣ ਨੀਰੂ ਤੇ ਕੌਣ ਜਪਜੀ? ਪਤਾ ਨਹੀਂ ਕਿੱਥੋਂ ਆ ਗਈਆਂ। ਹੁਣੇ ਤੇਰਾ ਵੀ ਘਰ ਵਾਲਾ ਇਹ ਕਿੱਧਰਲਾ ਮਹਾਰਾਜਾ ਪਟਿਆਲਾ ਕਿਹੜਾ ਤਿੰਨ ਤਿੰਨ ਮਗਰ ਲਈ ਫਿਰਦਾ? ਪਿੰਡ ਵਾਲਿਓ, ਜੇ ਮੁੰਡਾ ਤੇ ਇਹਨਾਂ ਦੋਨਾਂ ਜਨਾਨੀਆਂ ਵਿੱਚੋਂ ਕੋਈ ਵੀ ਗਲਤ ਨਿਕਲਿਆ ਨਾ ਤਾਂ ਅਸੀਂ ਪਿੰਡ 'ਚੋਂ ਜਾਣ ਨਹੀਂ ਦੇਣਾ। ਨਾ ਕਿਵੇਂ ਹੱਥ ਲਾਉਂਗੇ? ਮੈਂ ਝੂਠ ਬੋਲਦੀ ਹਾਂ, ਇਹ ਮੇਰੇ ਘਰ ਵਾਲਾ ਹੈ। ਕਿਆ ਝੂਠ ਬੋਲਦੀ ਹੈ? ਜਿਹੜੀ ਤੇਰੇ ਤੋਂ ਪਹਿਲਾਂ ਦੀ ਖੜੀ ਹੈ। ਤੁਸੀਂ ਤੂੰ ਕੀ ਲੈਣਾ ਜੀ ਇੱਥੇ? ਚਲੀ ਜਾ। ਸਾਲਿਓ ਮੈਂ ਤੁਹਾਡੇ ਕਰਕੇ ਭੱਜਿਆ ਫਿਰਦਾ, ਹੁਣ ਪਿੰਡ ਵਾਲਿਆਂ ਤੋਂ ਵੀ ਮੈਂ ਕੁੱਟ ਖਾਵਾਂ? ਇਹ ਮੇਰੇ ਘਰ ਵਾਲਾ ਹੈ। ਤੇਰਾ ਘਰ ਵਾਲਾ ਪਾਲੀ ਆ ਬੰਦੇ ਖਾਣੀ ਹੈ, ਉਹਨੂੰ ਛੱਡ ਕੇ ਇਹਨੂੰ ਮਲੱਕਣ ਨੂੰ ਫਿਰਦੀਆਂ ਮੈਂ ਮਰ ਗਿਆ। ਮੈਂ ਮਨਾ ਕੀਤਾ ਸੀ ਨਾ ਤੁਹਾਨੂੰ, ਤੁਸੀਂ ਫਿਰ ਵੀ ਨਹੀਂ ਟਲੇ। ਉਹ ਪਾਲੀ ਚੰਗਾ ਕੀਤਾ ਤੂੰ ਆ ਗਿਆ, ਇਹ ਆ ਜੀ ਨੀਰੂ ਦਾ ਸੋ ਕਾਲਡ ਘਰ ਵਾਲਾ।
ਪਾਲੀ ਤੁਸੀਂ ਵਿਆਹੇ ਹੋਏ ਸੀ? ਹੁਣ ਕੀ ਬਿਟਰ ਬਿਟਰ ਚੱਕੀ ਜਾਂਦਾ? ਦੱਸ ਕੇ ਨੀਰੂ ਤੇਰੀ ਘਰ ਵਾਲੀ ਆ ਕੀ? ਅੰਕਲ ਜੀ ਇੱਧਰ ਵੀ ਜਾ ਸਕਦੀ ਹੈ। ਅੱਛਾ ਆਜੋ ਆਜੋ, ਚਲੋ 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 ਬਾਈ। ਚਾਚਾ ਜੀ ਕੀ ਹੋਇਆ? ਮੈਨੂੰ ਪੁੱਛਦੇ ਆ ਕੀ ਹੋਇਆ? ਮੈਨੂੰ ਕੁਛ ਨਹੀਂ ਹੋਇਆ, ਪੁੱਛ ਇਹਨੂੰ ਜਿਹਦਾ ਦਿਮਾਗ ਖਰਾਬ ਹੋਇਆ। ਜੱਸ ਤੂੰ ਇੱਥੇ? ਲੋਕੀ ਭੈਣਾਂ ਤੋਂ ਖਹਿੜੇ ਖਿਡਾਉਂਦੇ ਆ, ਵੱਡਾ ਦੁੱਲਾ ਭੱਟੀ ਭੈਣ ਬਣਾਉਣ ਲੱਗਿਆ। ਨੀਰੂ ਭਾਬੀ ਤੁਸੀਂ ਜਿਉਂਦੇ ਹੋ? ਕੀ ਤੁਸੀਂ ਨੀਰੂ ਨੀਰੂ ਲਈ ਹੈ? ਪੰਜਾਬੀ ਫਿਲਮਾਂ ਘੱਟ ਦੇਖਿਆ ਕਰੋ। ਮੈਂ ਜਪਜੀ ਹਾਂ। ਜਪਜੀ ਬੜਾ ਹਾਲੀਵੁੱਡ ਫਿਲਮਾਂ 'ਚ ਕੰਮ ਕਰਦੀ ਹੈ, ਉਹਨੂੰ ਵੀ ਤਾਂ ਪੰਜਾਬੀ ਫਿਲਮਾਂ ਦੀ ਮਿੱਟੀ ਬਾਜਾਂ ਮਾਰਦੀ ਹੈ। ਓਏ ਹੋਏ, ਤੁਸੀਂ ਆਪਣੇ ਜਪ ਬਾਅਦ 'ਚ ਪਾ ਲਿਓ, ਪਹਿਲਾਂ ਮੁੰਡੇ ਨੂੰ ਨਿਬੇੜੋ। ਹਾਂ ਤੂੰ ਪਹਿਲਾਂ ਆਇਆ ਸੀ, ਤੂੰ ਬੋਲ। ਬੋਲਿਆ ਤਾਂ ਹੈ, ਉਹ ਮੇਰੀ ਭੈਣ ਦਾ ਵਿਆਹ ਹੋਇਆ। ਭੈਣ? ਉਹ ਵੀ ਤੇਰੀ? ਆ ਖੜੀ ਹੈ, ਇਹ ਤਾਂ ਬੱਬੂ ਦੀ ਭੈਣ ਹੈ ਪਿੰਕੀ। ਉਹ ਯਾਰ ਬੱਬੂ ਦੀ ਨੀ, ਇਹ ਮੇਰੀ ਭੈਣ ਆ। ਕੌਣ ਹੈ ਸ਼ਗਨ ਇਹ? ਭਾਬੀ ਮੈਂ ਸੌਂਹ ਖਾ ਕੇ ਕਹਿਣਾ, ਵਿਆਹ ਤਾਂ ਦੂਰ ਦੀ ਗੱਲ ਹੈ, ਮੈਂ ਇਹਨਾਂ ਨੂੰ ਜਾਣਦਾ ਤੱਕ ਨਹੀਂ। ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਪਰ ਤੁਹਾਨੂੰ ਵੇਖ ਕੇ ਤਾਂ ਨਹੀਂ ਲੱਗਦਾ ਤੁਸੀਂ ਪ੍ਰੈਗਨੈਂਟ ਹੋ? ਸਭ ਕੁਫਰ ਤੋਲ ਰਹੀ ਆ, ਇਹਦੇ ਕੋਈ ਬੱਚਾ ਬੱਚਾ ਨਹੀਂ ਹੋਣ ਵਾਲਾ। ਅਜੇ ਪਿਛਲੇ ਹਫ਼ਤੇ ਡਾਕਟਰ ਤੋਂ ਮੇਰਾ ਟੈਸਟ ਕਰਵਾ ਕੇ ਹਟਿਆ। ਹੋ ਕੀ ਹੋ ਲਈ ਆ, ਹੁਣ ਮੈਂ ਕੀ ਕਰਾਂ ਜਦੋਂ ਗੱਲਾਂ ਖੁੱਲ ਰਹੀਆਂ। ਤੂੰ ਜੋ ਵੀ ਆ ਨਾ ਪਲੀਜ਼ ਚਲੀ ਜਾ, ਕਿਉਂ ਮੇਰੀ ਭੈਣ ਦਾ ਘਰ ਉਜਾੜਨ ਲੱਗੀ ਆ? ਜਸ ਤੂੰ ਪਾਗਲ ਤੇ ਨਹੀਂ ਹੋ ਗਿਆ? ਇਹ ਤੇਰੀ ਭੈਣ ਨਹੀਂ, ਤੇਰੀ ਘਰ ਵਾਲੀ ਆ। ਲਾਡੀ ਤੂੰ ਸਮਝਦੀ ਨਹੀਂ, ਇਹ ਮੇਰੀ ਘਰ ਵਾਲੀ ਨਹੀਂ, ਮੇਰੀ ਭੈਣ ਆ। ਉਹ ਕਿਹੜੀ ਤੇਰੀ ਮਾਂ ਦਾਜ ਤੇਰੀ ਭੈਣ ਲਿਆਈ? ਬਾਪੂ ਤੂੰ ਇੱਥੇ? ਬਾਪੂ ਬਾਪੂ ਜੀ ਮੇਰੀ ਗੱਲ ਤਾਂ ਸੁਣੋ, ਆਪਾਂ ਇਹ ਕੁੜੀ ਦਾ ਘਰ ਬਚਾਉਣਾ। ਸ਼ਰਮ ਕਰ ਸਾਲਿਆ, ਲੀਡਰਾਂ ਨੂੰ ਕਿੰਨੇ ਕੁ ਬਿਆਨ ਬਦਲੇਗਾ? ਕਦੇ ਇਹਨੂੰ ਘਰ ਵਾਲੀ ਬਣਾਉਣਾ, ਕਦੇ ਭੈਣ ਤੇ ਕਦੇ ਕੁੜੀ। ਜਿੰਨੇ ਕੁ ਜਨਾਨੀਆਂ ਦਾ ਰਿਸ਼ਤਾ ਬਣਦੇ ਹੁੰਦੇ ਆ, ਸਾਲੇ ਸਾਰੇ ਢੱਗਣਾ ਤੇ। ਉਹ ਤੂੰ ਇਧਰ ਆਪਣੇ ਪਿਓ ਨਾਲ ਗੱਲ ਕਰ। ਉਹ ਗੱਲ ਸੁਣ, ਇਹਦੇ ਨਾਲ ਮੇਰਾ ਮੁੰਡਾ ਵੀ ਸ਼ਹਿਰ ਆਇਆ, ਇਹਨੂੰ ਪੁੱਛ ਉਹ ਕਿੱਥੇ ਆ। ਉਹ ਅੰਕਲ ਜੀ ਤੁਸੀਂ ਸਬਰ ਰੱਖੋ, ਸਾਰੇ ਇੱਥੇ ਹੀ ਮਿਲ ਜਾਣੇ ਆ। ਜਨਾਨੀ ਹੁਣ ਤੂੰ ਯਾਰ ਆਪਣਾ ਜੱਬ ਪਾ ਕੇ ਬਹਿ ਜਾ ਵਿੱਚ। ਤੂੰ ਹੈ ਕੌਣ? ਮੈਂ ਇਹਦੇ ਨਾਲ ਆਇਆ। ਤੇ ਤੂੰ ਕੌਣ? ਮੈਂ ਇਹਦੇ ਨਾਲ ਆਇਆ। ਤੁਸੀਂ ਬੰਦੇ ਹੋ ਕਿ ਭੇਡਾਂ ਜਿਹੜੀਆਂ ਇੱਕ ਦੂਜੇ ਦੇ ਮਗਰ ਲੱਗ ਕੇ ਆਈਆਂ? ਤੁਹਾਨੂੰ ਸੱਦਿਆ ਕੀ ਨੇ ਇੱਥੇ? ਸੂਬੇਦਾਰ ਸਾਹਿਬ, ਉਹ ਮੇਰੇ ਬਾਪੂ ਜੀ ਨੇ। ਉਹ ਤੂੰ ਤਾਂ ਯਾਰ ਚੁੱਪ ਹੀ ਰਹਿ, ਤੇਰਾ ਤਾਂ ਮੈਂ ਸੱਤ ਜਨਮ ਵਿਸ਼ਵਾਸ ਨਾ ਕਰਾਂ। ਸਾਲਾ ਜਨਾਨੀ ਵਾਲੇ ਰਿਸ਼ਤੇ ਮੋਗੇ, ਹੁਣ ਤੂੰ ਬੰਦਿਆਂ ਨੂੰ ਤੁਰ ਪਿਆ। ਮੇਰਾ ਯਕੀਨ ਕਰੋ ਜੀ, ਉਹ ਮੇਰੇ ਬਾਪੂ ਜੀ ਨੇ। ਦੋਵੇਂ? ਨਹੀਂ ਜੀ, ਇਹ ਉਹ ਨੀਰੂ ਦੇ। ਨੀਰੂ ਦੇ ਪਾਪਾ? ਉਹ ਸਾਲੇ, ਉਹ ਕਿਹਦਾ ਪਿਓ ਬਣਾਈ ਜਾਂਦੇ ਹੋ ਮੈਨੂੰ? ਡੈਡੀ, ਡੈਡੀ ਜੀ ਫੁੱਟ ਵਿਸ਼ ਕਰਦਾ ਜੀ, ਦੇਖਦੇ ਕੀ ਉਹ ਜੱਫੀ ਪਾਓ ਸਾਰਾ ਸਾਹਿਬ, ਤਾਂ ਉਹ ਸ਼ੀਰਵਾਜੀ ਕਰੋ ਮਿਲ ਲਈ। ਲੱਗਦਾ ਆਪਣੀ ਧੀ ਦੇਣ ਲੱਗਿਆ ਮੈਨੂੰ। ਮੈਂ ਆਪਣੀ ਧੀ ਦੇਣ ਨਹੀਂ ਲੱਗਿਆ ਜੀ, ਅਲਬਤਾ ਤੁਹਾਡੀ ਧੀ ਮੈਂ ਲੈਣ ਲੱਗਿਆ। ਉਹ ਕਿਹੜੀ ਤੇਰੀ ਮਾਂ ਨੇ ਧੀ ਜੰਮਤੀ ਮੇਰੀ? ਆਓ ਜੰਮਤੀ ਧੀ ਨੀਰੂ। ਨੀਰੂ? ਹਾਂ ਦੀਦੀ, ਮੈਨੂੰ ਚੱਕਰ ਆ ਰਿਹਾ। ਉਹ ਨੀਰੂ ਬੋਲ, ਹੁਣ ਕੀ ਜਪ ਆਇਆ? ਮੈਂ ਜਪ ਜੀ ਹਾਂ, ਨੀਰੂ ਮਰ ਚੁੱਕੀ ਹੈ। ਜਿੰਨਾ ਤੂੰ ਮੈਨੂੰ ਸਤਾਇਆ, ਅੱਜ ਮੈਂ ਜਪ ਜੀ ਵੀ ਮਾਰ ਦੇਣੀ ਆ, ਜਪ ਜੀ ਵੀ ਮਾਰ ਦੇਣੀ ਆ, ਜਪ ਜੀ ਵੀ ਮਾਰ। ਇਹੀ ਤਾਂ ਮੇਰਾ ਮੁੰਡਾ। ਮਾਰ ਜੀ, ਮਾਰ ਜੀ, ਮਾਰ ਜੀ। ਹੈ ਉਹ ਜੱਜਾ, ਉਹ ਆ ਜੋ ਓਏ, ਆ ਲੁੱਕੀ ਫਿਰਦੀ ਆ, ਖੜ ਜਾ, ਪਹਿਲਾਂ ਚਾਚੀ ਫੈਂਟਦੀ ਹੈ। ਆਓ ਨਾ, ਆਓ ਹੁਣ, ਆ ਜਾਓ ਬਾਈ। ਗੁੰਡੇ ਲਈ ਫਿਰਦੀ ਹੈ ਨਾਲ? ਉਹ ਡਰਿਓ ਨਾ, ਅੱਜ ਕੱਲਾ ਕੱਲਾ ਫੈਂਟ ਦੇਣਾ। ਸਵੀਟੀ ਸ਼ਰਮ ਕਰ, ਤੇਰੇ ਤੋਂ ਵੱਧ ਗੁੰਡੇ ਤਾਂ ਉਹ ਲਈ ਫਿਰਦੀ ਹੈ। ਤੁਸੀਂ ਸਾਰੇ ਉੱਥੇ
ਮੰਗਣੀ ਤੁੜਾਉਣਾ ਆਇਓ ਨਾ ਹੋਰ ਇੱਥੇ ਮੈਂ ਫੈਂਸੀ ਡਰੈਸ ਕੰਪੀਟੀਸ਼ਨ ਚ ਆਇਆ ਜਿਨ੍ਹਾਂ ਕੋਲ ਤੁਹਾਡੇ ਵਰਗੇ ਯਾਰ ਹੋਣ ਉਹਨਾਂ ਨੂੰ ਦੁਸ਼ਮਣਾਂ ਦੀ ਕੀ ਲੋੜ ਆ ਠੀਕ ਆ ਉਹ ਭਰਾਵਾ ਅਸਤਾ ਇੱਥੇ ਮੰਗਣੀ ਤੁੜਾਉਣਾ ਆਏ ਸੀ ਪਰ ਲੱਗਦਾ ਤਾਂ ਹੱਡੀਆਂ ਤੁੜਾ ਕੇ ਜਾਵਾਂਗੇ ਮੈਂ ਮੰਗਣੀ ਨਹੀਂ ਟੁੱਟਣ ਦੇਣੀ ਕਿਉਂ ਕੀ ਕਰ ਲੇਗਾ ਤੁਸੀਂ ਦੋਹੇ ਵਿੱਗਾ ਲਾਓ ਦੱਸੋ ਉਹਨਾਂ ਨੂੰ ਮੁੰਡੇ ਹੋ ਤੁਸੀਂ ਉਹ ਇੱਥੇ ਸੂਬੇਦਾਰ ਵੀ ਆਇਆ ਹੋਇਆ ਜੀ ਅਸਲੀਅਤ ਦਾ ਪਤਾ ਲੱਗਿਆ ਆਪਣੇ ਤੇ 420 ਦਾ ਕੇਸ ਪੈਣਾ ਹੈ ਜੇ ਭੱਜਣ ਤਾਂ ਹੀ ਭੱਜ ਲਓ ਯਾਰ ਐਵੇਂ ਕਿਵੇਂ ਭੱਜ ਲੂਗੇ ਉਹਦੀ ਜ਼ਿੰਦਗੀ ਦਾ ਸਵਾਲ ਆ ਵਿੱਗਾ ਲਾਓ ਚਲੋ ਉੱਥੇ ਲੈ ਸਟਾਪ ਇਟ ਲੈ ਤੜਾਲਾ ਮੰਗਣੀ ਓ ਮਾਮਾ ਮੈਂ ਆਇਆ ਵੀਰੂ ਮੈਡਮ ਜੀ ਇਹ ਕੌਣ ਨੇ ਮੈਡਮ ਜੀ ਇਹ ਮੇਰੇ ਦੋਸਤ ਨੇ ਮੇਰੀ ਮੰਗਣੀ ਤੁੜਾਉਣ ਕਿਉਂ ਆਏ ਸੀ ਤੁਸੀਂ ਲੈ ਕੇ ਆਏ ਹੋ ਨਾ ਪਾਲੀ ਜੇ ਸਾਡਾ ਰਿਸ਼ਤਾ ਨਹੀਂ ਹੋ ਸਕਿਆ ਤੇ ਤੁਸੀਂ ਮੇਰੇ ਤੋਂ ਇਸ ਤਰ੍ਹਾਂ ਬਦਲਾ ਲਓਗੇ ਦੀਦੀ ਤੁਸੀਂ ਠੀਕ ਸੀ ਤੁਹਾਡੀ ਗੱਲ ਮੰਨ ਕੇ ਮੈਂ ਕਿੱਥੇ ਹੋਰ ਰਿਸ਼ਤਾ ਕਰ ਲਿਆ ਤੁਹਾਡੇ ਨਾਲ ਵਿਆਹ ਕਰਾਂਗੇ ਤਾਂ ਮੈਂ ਸਾਰੀ ਜ਼ਿੰਦਗੀ ਪਛਤਾਉਂਦੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ ਨਾ ਲੋਕਾਂ ਨੂੰ ਨਹੀਂ ਜਾਣਦਾ 420 ਆ ਸਾਰੇ ਬਹੁਤ ਵੱਡਾ ਫਰੌਡ ਨਿਕਲਿਆ ਤੂੰ ਦੀਦੀ ਮੈਨੂੰ ਇੱਥੋਂ ਲੈ ਚਲੋ ਪਲੀਜ਼ ਇੱਕ ਮਿੰਟ ਰਾਣੋ ਇਹ ਵਿਆਹ ਨਹੀਂ ਹੋਇਆ ਇਹ ਸੱਚ ਕਹਿ ਰਿਹਾ ਰਾਣੋ ਪਾਲੀ ਨੇ ਤੇਰੇ ਨਾਲ ਕੋਈ ਧੋਖਾ ਨਹੀਂ ਕੀਤਾ ਨਹੀਂ ਮੈਂ ਡਿਪਟੀ ਹਾਂ ਨੀਰੂ ਵੀ ਮੈਂ ਹੀ ਹਾਂ ਤੇ ਜਪਜੀ ਵੀ ਮੈਂ ਹੀ ਹਾਂ ਪਿੱਛੇ ਹਟ ਜਾਓ ਤੁਸੀਂ ਮੈਨੂੰ ਸਾਰੀਆਂ ਜਨਾਨੀਆਂ ਬਿਓਰ ਕੇ ਲੱਗਦੀਆਂ ਤੇ ਮੈਂ ਵੀ ਪਿੰਕੀ ਨਹੀਂ ਬੱਬੂ ਹਾਂ ਰਾਣੋ ਤੇਰੀ ਮੰਗਣੀ ਤੁੜਾਉਣ ਦਾ ਪਲਾਨ ਸਾਡਾ ਸੀ ਤੇਰੀ ਮੰਗਣੀ ਦੀ ਖਬਰ ਸੁਣ ਕੇ ਇਹ ਤਾਂ ਘਰੇ ਦਿਲ ਸੁੱਟੀ ਬੈਠਾ ਸੀ ਜੇ ਅੱਜ ਅਸੀਂ ਇਹਨੂੰ ਨਾ ਪੁੱਛਦੇ ਤਾਂ ਇਹ ਸਾਨੂੰ ਕਦੇ ਨਾ ਦੱਸਦਾ ਕਿ ਦਿਲ 'ਚ ਕੀ ਦਰਦ ਲੁਕੋਈ ਬੈਠਾ ਇਹ ਤੈਨੂੰ ਸੱਚਾ ਪਿਆਰ ਕਰਦਾ ਤਾਂ ਹੀ ਤਾਂ ਸਾਡੇ ਜ਼ਮੀਰ ਜਾਗੇ ਨੇ ਨਹੀਂ ਤਾਂ ਕਦੇ ਆਪ ਅਸੀਂ 10 ਵਜੇ ਤੋਂ ਪਹਿਲਾਂ ਨਹੀਂ ਜਾਗੇ ਸਾਰੀ ਗਲਤੀ ਸਾਡੀ ਸੀ ਇਹਦਾ ਕੋਈ ਕਸੂਰ ਨਹੀਂ ਸੀ ਇਹਦਾ ਕਸੂਰ ਸਿਰਫ ਇੰਨਾ ਸੀ ਕਿ ਇਹਨੇ ਤੈਨੂੰ ਸੱਚੇ ਦਿਲੋਂ ਪਿਆਰ ਕੀਤਾ ਤੇ ਤੈਨੂੰ ਹੀ ਆਪਣਾ ਸਭ ਕੁਝ ਮੰਨਿਆ ਅੱਜ ਦਾ ਸਭ ਕੁਝ ਇਹ ਤੋਂ ਦੂਰ ਜਾ ਰਿਹਾ ਰਾਣੋ ਮੈਂ ਗਲਤ ਸੀ ਚੰਗਾ ਫਿਊਚਰ ਦੇਣ ਵਾਲੇ ਤਾਂ ਬਹੁਤ ਮੁੰਡੇ ਮਿਲ ਜਾਂਦੇ ਹੈ ਪਰ ਸੱਚਾ ਪਿਆਰ ਕਰਨ ਵਾਲਾ ਤਾਂ ਕਿਸੇ ਕਿਸੇ ਨੂੰ ਮਿਲਦਾ ਹੈ ਜਿਹੜਾ ਮੁੰਡਾ ਤੇਰੀ ਖੁਸ਼ੀ ਲਈ ਆਪਣੀ ਸਾਰੀਆਂ ਖੁਸ਼ੀਆਂ ਛੱਡ ਕੇ ਇੱਥੋਂ ਦੂਰ ਜਾ ਰਿਹਾ ਸੀ ਉਹ ਤੈਨੂੰ ਕਿੰਨਾ ਕੁ ਪਿਆਰ ਕਰਦਾ ਹੋ ਜਿਹੜੀ ਗਲਤੀ ਮੇਰੇ ਤੋਂ ਹੋਈ ਸੀ ਉਹ ਹੁਣ ਤੂੰ ਸੁਧਾਰ ਲੈ ਪਾਲੀ 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 ਤਾਂ ਚਲਾ ਗਿਆ ਰਾਣੋ ਜਾ ਮੇਰੇ ਬੱਚੇ ਉਹਨੂੰ ਰੋਕ ਲੈ ਹਾਂ ਰਾਣੋ ਰੋਕ ਲੈ ਪਾਲੀ ਨੂੰ ਰਾਣੋ ਪਾਲੀ ਇੰਨਾ ਸਭ ਹੋਣ ਤੋਂ ਬਾਅਦ ਵੀ ਤੁਸੀਂ ਜਾ ਰਹੇ ਸੀ ਮੈਨੂੰ ਪਤਾ ਮੈਂ ਗਲਤ ਹਾਂ ਨਾ ਹੀ ਮੈਂ ਆਪਣੇ ਦਿਲ ਦੀ ਗੱਲ ਆਪਣੇ ਦੋਸਤਾਂ ਨੂੰ ਦੱਸਦਾ ਤੇ ਨਾ ਹੀ ਸਭ ਕੁਝ ਹੁੰਦਾ ਜੇ ਨਾ ਦੱਸਦੇ ਤੇ ਸ਼ਾਇਦ ਆਪਾਂ ਹਮੇਸ਼ਾ ਲਈ ਦੂਰ ਹੋ ਜਾਂਦੇ ਮੈਂ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਰਹਿਣਾ ਚਾਹੁੰਦਾ ਸੀ ਪਾਲੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਪਛਾਣ ਹੀ ਨਾ ਸਕੀ ਮੇਰੇ ਦਿਲ ਵਿੱਚ ਵੀ ਬਹੁਤ ਕੁਝ ਸੀ ਬਸ ਕਹਿ ਹੀ ਨਾ ਸਕੀ ਅੱਜ ਤੁਹਾਡੇ ਸੱਚੇ ਪਿਆਰ ਤੇ ਅੱਗੇ ਦੀਦੀ ਦੀ ਜ਼ਿੱਦ ਵੀ ਹਾਰ ਗਈ ਸੱਚੀ ਮੁੱਚੀ ਮੈਂ ਵੀ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਲੈ ਜੇ ਤੁਹਾਡੀ ਦੀਦੀ ਪਹਿਲਾਂ ਮੰਨ ਜਾਂਦੀ ਤਾਂ ਮੰਗਣੀ ਦਾ 1-1.5 ਲੱਖ ਰੁਪਇਆ ਵੱਧ ਜਾਣਾ ਸੀ ਤੁਸੀਂ ਪਾਗਲ ਹੋ ਤੁਸੀਂ ਕੀਤਾ ਜੀ ਸੌਰੀ ਸੂਬੇਦਾਰ ਸਾਹਿਬ ਅਸੀਂ ਕਿਰਾਏ ਦਾ ਮਕਾਨ ਲੈਣ ਲਈ ਜਨਾਨੀਆਂ ਬਣ ਕੇ ਤੁਹਾਡਾ ਦਿਲ ਦੁਖਾਇਆ ਇਹਦੇ ਨਾਲ ਤਾਂ ਚੰਗਾ ਮੈਂ ਫੌਜ 'ਚ ਸ਼ਹੀਦ ਹੋ ਜਾਂਦਾ ਚੱਲ ਜੇ ਉੱਥੇ ਸ਼ਹੀਦ ਨਹੀਂ ਹੋਇਆ ਸੀ ਤੇ ਅੱਜ ਦੀ ਲੜਾਈ 'ਚ ਡਾਂਗ ਖਾ ਕੇ ਮਰ ਜਾਂਦਾ ਤੇ ਘੱਟੋ ਘੱਟ ਤੇਰੀ ਸੱਚਾਈ ਤਾਂ ਮੇਰੇ ਸਾਹਮਣੇ ਆਉਂਦੀ ਚਲੋ ਕੋਈ ਨਾ ਤੁਸੀਂ ਇਹ ਸਮਝੋ ਵੀ ਤੁਹਾਡੀ ਨੀਰੂ ਮਰ ਚੁੱਕੀ ਹੈ ਹੁਣ ਰਹਿੰਦੀ ਬਾਕੀ ਦੀ ਜ਼ਿੰਦਗੀ ਤੁਸੀਂ ਉਹਦੀਆਂ ਯਾਦਾਂ ਸਹਾਰੇ ਜੀਣਾ ਸਾਲੇ ਜਿੱਦਾਂ ਦੀਆਂ ਤੇਰੀਆਂ ਗੰਦੀਆਂ ਯਾਦਾਂ ਨੇ ਮੇਰਾ ਇੱਕ ਦਿਨ ਵੀ ਜੀਣ ਨੂੰ ਜੀ ਨਹੀਂ ਕਰਨਾ
ਉਧਰ ਘਰ ਵੜਦਿਆਂ ਨੂੰ ਚਵਾਰਾ ਮੂੰਹ ਚੜਾਓ। ਮੈਨੂੰ ਸਮਝ ਨਹੀਂ ਆਉਂਦੀ ਸੂਬੇਦਾਰ ਕਿਰਪਾਲ ਸਿੰਘ ਗਿੱਲ ਜਾਊ ਤੇ ਕਿੱਧਰ ਨੂੰ ਜਾਊ। ਸੂਬੇਦਾਰ ਸਾਹਿਬ ਦਿਲ ਛੋਟਾ ਨਾ ਕਰੋ, ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸੰਭਾਲ ਨਹੀਂ ਲੈਂਦੇ ਨਾ, ਮੈਂ ਪ੍ਰੋਮਿਸ ਕਰਦਾ ਮੈਂ ਜਨਾਨੀ ਬਣ ਕੇ ਹਰ ਰੋਜ਼ ਇੱਕ ਘੰਟਾ ਤੁਹਾਡੇ ਨਾਲ ਗੱਲਾਂ ਮਾਰਨ ਆਇਆ ਕਰੂੰ। ਸਾਲਿਆ ਜੇ ਤੂੰ ਹੁਣ ਜਨਾਨੀ ਬਣ ਕੇ ਮੇਰੇ ਨੇੜੇ ਤੇੜੇ ਵੀ ਫਟ ਗਿਆ ਨਾ, ਮੈਂ ਇਹ ਭੁੱਲ ਜੂੰਗਾ ਵੀ ਤੂੰ ਬੰਦਾ। ਓਏ 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 ਫੌਜੀ ਹਿੱਲ ਗਿਆ, ਫੌਜੀ ਹਿੱਲ ਗਿਆ, ਫੌਜੀ ਹਿੱਲ ਗਿਆ, ਹੋਇਆ ਫੌਜੀ ਹਿੱਲ ਗਿਆ ਵਾ। ਓ ਜੁਗਨੂ ਜ਼ਰਾ ਟੇਬਲ ਲਾ ਦੇ, ਉੱਤੇ ਚਾਦਰ ਪਾ ਦੇ, ਅੜ ਦਸ ਪੁੱਤਰਾ ਕਲਾਸ ਸਜਾ ਦੇ। ਓ ਜੁਗਨੂ ਜ਼ਰਾ ਟੇਬਲ ਲਾ ਦੇ, ਉੱਤੇ ਚਾਦਰ ਪਾ ਦੇ, ਅੜ ਦਸ ਪੁੱਤਰਾ ਕਲਾਸ ਸਜਾ ਦੇ। ਨਾਲ ਸ਼ਰਾਬ ਦੇ ਮੁਰਗੇ ਸ਼ੁਰਗੇ ਖਾਣਗੇ।